Father, Son, and Holy Spirit. Amen. 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 Guru Maharaj ji, Juri ji, Antar Shishot hai. Aap Harira Jat Sarvan kar rahe si. Samaar Anant Kaal ton chal rahe. Samay di apni apni maryada hoya kar di hai. Jeeva de tarun da sadhan samay de lang jaan naal badal jaya kar di. ਇੱਕੋ ਸਾਧਨ ਸਜੀਵ ਨਹੀਂ ਰਿਹਾ ਕਰਦਾ ਤੇ ਜੋ ਕਲਯੁਗ ਆ ਗਿਆ ਇਹਦੇ ਵਿੱਚ ਗੁਰੂ ਮਹਾਰਾਜ ਨੇ ਦੋ ਸਾਧਨ ਪ੍ਰਮੁੱਖ ਰੱਖੇ ਹੋਏ ਨੇ ਜਿਹਦੇ ਨਾਲ ਇਸ ਜੀਵ ਦਾ ਉਧਾਰ ਹੋ ਸਕਦਾ ਹੈ। ਜੰਮਣ ਮਰਨ ਦਾ ਜੋ ਮਹਾ ਦੁੱਖ ਇਸ ਦੇ ਗਲ ਵਿੱਚ ਪਿਆ ਹੋਇਆ ਹੈ ਇਹ ਦੂਰ ਹੋ ਸਕਦਾ। ਉਹ ਸਾਧਨ ਜੋ ਪ੍ਰਮੁੱਖ ਹੈ ਜਿਸਦੇ ਹੇਠ ਸਾਰੇ ਬਾਕੀ ਸਾਧਨ ਆ ਜਾਂਦੇ ਨੇ ਉਹ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮ ਨਿਖੇ ਕਰਮਾ। ਸ਼੍ਰੋਮਣੀ ਜੋ ਦੋ ਕਰਮ ਗੁਰੂ ਮਹਾਰਾਜ ਨੇ ਕਲਯੁਗ ਦੇ ਅੰਦਰ ਪ੍ਰਮਾਨ ਕੀਤੇ ਨੇ ਕਿ ਇੱਕ ਤਾਂ ਹਰੀ ਦਾ ਕੀਰਤਨ, ਦੂਸਰੀ ਹੈ ਰਿਅਲਾਈਜ਼ ਸੋਲ ਜਿਹਨੇ ਇਸ ਸੰਸਾਰ ਦੇ ਅੰਦਰ ਤੱਤ ਨੂੰ ਪਛਾਣ ਲਿਆ ਹੋਵੇ ਜਿਸਦੇ ਬੰਦ ਨੇਤਰ ਖੁੱਲ ਚੁੱਕੇ ਹੋਣ ਉਹਦੀ ਜੋ ਸੰਗਤ ਹੈ ਇਹ ਸਾਰੇ ਸ਼੍ਰੋਮਣੀ ਕਰਮਾਂ ਤੋਂ ਸਾਰੇ ਕਰਮਾਂ ਤੋਂ ਸ਼੍ਰੋਮਣੀ ਹੈ। ਨਾਲ ਇਹਦੇ ਪ੍ਰੋਵੀਜ਼ਨ ਲਾ ਦਿੱਤੀ ਗੁਰੂ ਮਹਾਰਾਜ ਨੇ ਪਰ ਇਹ ਮਿਲਦੀ ਨਹੀਂ ਹੈ, ਰੇਅਰ ਰੇਅਰ ਕੇਸ ਹੈ। ਪੂਰੇ ਪੁੰਨ ਕਰਮ ਜਾਗਣ ਫਿਰ ਜਾ ਕੇ ਪ੍ਰਭੂ ਵੱਲੋਂ ਅਰੇਂਜਮੈਂਟ ਹੁੰਦਾ ਤਾਂ ਫਿਰ ਦੋ ਚੀਜ਼ਾਂ ਪ੍ਰਾਪਤ ਹੁੰਦੀਆਂ ਕੌ ਨਾਨਕ ਜਿਸ ਪਾਇਓ ਪ੍ਰਾਪਤ ਜਿਸ ਪੁਰਬ ਲਿਖੇ ਕਰ ਲੈਣ। ਜੇ ਮਸਤਕ ਦੇ ਵਿੱਚ ਲੇਖ ਲਿਖਿਆ ਹੋਇਆ ਫਿਰ ਸਾਧੂ ਦੀ ਸੰਗਤ ਅਤੇ ਹਰੀ ਦਾ ਜਸ ਦੋ ਚੀਜ਼ਾਂ ਪ੍ਰਾਪਤ ਹੋਇਆ ਕਰਦੀਆਂ। ਸੋ ਆਪ ਹੁਣੇ ਹੀ ਹਰੀ ਦਾ ਜਸ ਸਰਵਣ ਕਰ ਰਹੇ ਸੀ, ਮੈਨੂੰ ਵੀ ਆਖਿਆ ਗਿਆ ਦਰਅਸਲ ਤਾਂ ਸਾਡੇ ਪ੍ਰਚਾਰ ਦੇ ਸਾਧਨ ਜੋ ਹਨ ਉਹ ਕੀਰਤਨ ਹੈ ਸਿੱਧਾ ਜਿਹਾ ਜਿਹਾ। ਤੁਸੀਂ ਸਾਨੂੰ ਮਹਾਰਾਜ ਜੀ ਤਾਂ ਸੁਣਿਆ ਕਰਦੇ ਸੀ, ਬੋਲਿਆ ਤਾਂ ਮੈਂ ਕਰਦਾ ਨਹੀਂ, ਹੁਣ ਮੈਂ ਤਾਂ ਇੱਥੇ ਜਿਸ ਕਾਰਜ ਵਾਸਤੇ ਆਇਆ ਸੀ ਉਹਦੇ ਵਿੱਚ ਕੀਰਤਨ ਦਾ ਨਾ ਕੋਈ ਲੈਕਚਰਾਂ ਦਾ ਪ੍ਰੋਗਰਾਮ ਨਹੀਂ ਸੀ। ਉਹ ਹੁਣ ਆਪ ਜੀ ਦੇ ਵਾਰ ਵਾਰ ਹੁਕਮ ਦੇਣ 'ਤੇ ਮੈਂ ਇਸ ਗੱਲ ਨੂੰ ਨਵਾਉਣ ਵਾਸਤੇ ਆਪ ਦੀ ਸੇਵਾ ਵਿੱਚ ਹਾਜ਼ਰ ਹੋਇਆ। ਥੋੜ੍ਹੇ ਜਿਹੇ ਮੈਂ ਭਜਨ ਕਰਾਂਗਾ, ਉਸ ਨੂੰ ਧਿਆਨ ਦੇ ਨਾਲ ਸਰਵਣ ਕਰਿਓ ਕਿਉਂਕਿ ਜੋ ਸਤਸੰਗ ਹੁੰਦੀ ਹੈ ਇਹ ਇੱਕ ਚਾਰ ਸਾਲ ਹੈ। ਮਹਾਰਾਜ ਨੇ ਲਿਖਿਆ ਵੀ ਸਤਸੰਗ ਚਾਰ ਸਾਲ ਹੁੰਦੀ ਹੈ, ਸਕੂਲ ਹੁੰਦਾ ਅਤੇ ਸਤਸੰਗ ਕਰਨ ਵਾਲੇ ਵਿਦਿਆਰਥੀ ਹੁੰਦੇ, ਉਹਨਾਂ ਨੇ ਕੁਛ ਸਿੱਖਣਾ ਹੁੰਦਾ। ਉਹ ਸਿੱਖ ਕੇ ਕੋਈ ਮਾਰਗ ਤਲਾਸ਼ ਕਰਨਾ ਹੁੰਦਾ, ਉਹਦੇ ਵਾਸਤੇ ਜਦੋਂ ਅਸੀਂ ਸਤਸੰਗ ਚ ਆਉਂਦੇ ਹਾਂ ਤਾਂ ਉਹਦੇ ਕੁਛ ਅਸੂਲ ਹੋਇਆ ਕਰਦੇ ਨੇ। ਉਹਨਾਂ ਨੂੰ ਸਮਝਣ ਵਾਸਤੇ 700 ਵੀਡੀਓ ਫਿਲਮ ਸਾਡੀ ਬਣੀ ਹੋਈ ਹੈ, ਉਹਦੇ ਅੰਦਰ ਹਰ ਸਬਜੈਕਟ ਦੇ ਉੱਤੇ 3-3 ਘੰਟੇ, ਕੁਝ ਸਬਜੈਕਟ ਐਸੇ ਵੀ ਨੇ ਜਿਹਨੇ 3 ਘੰਟਿਆਂ ਦੀ ਵਿਆਖਿਆ ਨਹੀਂ ਹੋਈ ਅਤੇ ਉਹ ਲਗਾਤਾਰ ਬਹੁਤ ਲੰਮੇ ਪ੍ਰੋਗਰਾਮ ਹੋ ਗਏ। ਜਿਵੇਂ ਕਿ ਗੁਰੂ ਅੰਗਦ ਸਾਹਿਬ ਮਹਾਰਾਜ
ਬਹੁਤ ਥੋੜਾ ਸਮਾਂ ਗੁਰੂ ਨਾਨਕ ਸਾਹਿਬ ਦੀ ਸੰਗਤ ਵਿੱਚ ਆਏ। ਬਾਬਾ ਬੁੱਢਾ ਜੀ ਬਚਪਨ ਤੋਂ ਹੀ ਸੀ, ਭਾਈ ਬਾਲਾ ਜੀ ਬਚਪਨ ਤੋਂ ਸੀ, ਭਾਈ ਸਰਾਨੰਦ, ਭਾਈ ਮਨਸੁਰਗੜ, ਭਾਈ ਭਗੀਰਥ, ਹੋਰ ਅਨੇਕਾਂ ਸਿੱਖ ਗੁਰੂ ਮਹਾਰਾਜ ਨਾਲ ਬੜੇ ਸਮੇਂ ਤੋਂ ਜੁੜੇ ਹੋਏ ਸੀ। ਉਹ ਕਿਹੜੀ ਗੱਲ ਸੀ, ਉਹ ਕਿਹੜੀ ਧਾਰਨਾ ਸੀ ਜਿਸਨੇ ਗੁਰੂ ਨਾਨਕ ਪਾਤਸ਼ਾਹ ਨੂੰ ਇੰਨਾ ਕਾਇਲ ਕਰ ਲਿਆ ਕਿ ਆਪਣੇ ਹੀ ਸਿੱਖ ਦੇ ਚਰਨਾਂ 'ਤੇ ਸ਼ੀਸ ਨਵਾ ਕੇ ਆਪਣਾ ਰੂਪ ਬਣਾ ਕੇ ਸੰਸਾਰ ਨੂੰ ਜੋਤ ਦੇ ਦਿੱਤੀ। ਇਹ ਇੱਕ ਬਹੁਤ ਵੱਡੀ ਬਾਤ ਹੈ। ਜਦ ਇਸਦਾ ਮੈਂ ਕੀਰਤਨ ਸ਼ੁਰੂ ਕਰਿਆ ਤਾਂ ਮੈਨੂੰ 51 ਘੰਟੇ ਲੱਗੇ ਇਸ ਨੂੰ ਜਸਟੀਫਾਈ ਕਰਨ ਵਾਸਤੇ। 17 ਫਿਲਮਾਂ ਇਸ ਦੀਆਂ ਬਣੀਆਂ ਹੋਈਆਂ ਨੇ ਅਤੇ ਇਸ ਤਰ੍ਹਾਂ ਦੇ ਨਾਲ ਮਾਤਾ ਜੀ ਤੋਂ ਜੀ ਨੇ ਗੁਰੂ ਦਸ਼ਮੇਸ਼ ਪਿਤਾ ਨੂੰ ਬੇਨਤੀ ਕਰੀ ਕਿ ਪਾਤਸ਼ਾਹ ਸਿਮਰਨ ਦੇ ਬਾਰੇ ਆਪ ਬਹੁਤ ਜ਼ੋਰ ਦਿੰਦੇ ਹੋ ਅਤੇ ਨਾਲ ਆਪਦਾ ਇਹ ਵੀ ਫਰਮਾਨ ਹੈ ਕਿ ਸਿਮਰਨ ਦੇ ਵਾਸਤੇ ਕੁਝ ਜਾਣਨ ਦੀ ਲੋੜ ਹੋਇਆ ਕਰਦੀ। ਕਿਰਪਾ ਕਰਕੇ ਮੈਨੂੰ ਉਹ ਭੇਤ ਦੱਸੋ ਜਿਹਦੇ ਨਾਲ ਇਹ ਜੀਵ ਸਿਮਰਨ ਦੇ ਰਾਹੀਂ ਆਪਣੇ ਸਰੂਪ ਨੂੰ ਪਛਾਣ ਕੇ ਪਰਮੇਸ਼ਰ ਵਿੱਚ ਲੀਨ ਹੋ ਸਕਦਾ। ਆਪਣੇ ਸੂਰਜ ਪ੍ਰਕਾਸ਼ ਵਿੱਚ ਸਿਰਫ ਇੱਕ ਪੱਤਰਾ ਹੈ ਇਸਦੇ ਉੱਤੇ, ਹੋਰ ਗ੍ਰੰਥਾਂ ਦੇ ਵਿੱਚ ਵੀ ਅੱਧਾ ਪੱਤਰਾ ਕਿਤੇ ਇੱਕ ਹੈ। ਮੈਂ ਇਸਦੀ ਜਦ ਵਿਆਖਿਆ ਕਰਨੀ ਸ਼ੁਰੂ ਕਰੀ ਤਾਂ ਮੇਰੇ 7 ਦੀਵਾਨ 21 ਘੰਟੇ ਇਸ ਗੱਲ ਨੂੰ ਦੱਸਣ ਵਾਸਤੇ ਲੱਗੇ। ਉਹ ਪ੍ਰੇਮੀਆਂ ਨੇ ਉਹਦੀ ਪੁਸਤਕ ਬਣਾ ਦਿੱਤੀ ਜਿਹਦਾ ਨਾਮ ਸ਼ਬਦ ਸੁੱਖ ਮਾਰਗ ਹੈ, ਉਹ ਮਿਲਦੀ ਹੈ। ਸੋ ਇਸ ਤਰ੍ਹਾਂ ਦੇ ਨਾਲ ਅਸੀਂ ਕੁਛ ਸਮਝਣਾ ਹੈ ਵਿੱਚ ਸੇਲ ਐਂਡ ਪੁਆਇੰਟਸ ਬਹੁਤ ਜ਼ਿਆਦਾ ਹੋਇਆ ਕਰਦੇ। ਜਿਸ ਤਰ੍ਹਾਂ ਇੱਕ ਕਲਾਸ ਹੋਇਆ ਕਰਦੀ ਉਹ ਇੱਕੋ ਦਿਨ ਨਹੀਂ ਹੋਇਆ ਕਰਦੀ, ਉਹਨੂੰ ਵਾਰ ਵਾਰ ਪੜ੍ਹਨਾ ਪੈਂਦਾ, ਵਾਰ ਵਾਰ ਜਾਣਾ ਪੈਂਦਾ। ਸੋ ਇਹ ਸਤਸੰਗ ਜੋ ਹੈ, ਜਦੋਂ ਅਸੀਂ ਸਤਸੰਗ ਕਰਦੇ ਹਾਂ ਉਸ ਵੇਲੇ ਬੇਅੰਤ ਸਬਜੈਕਟ ਸਾਡੇ ਸਾਹਮਣੇ ਹੋਇਆ ਕਰਦੇ ਨੇ। ਮੈਂ ਕੇਵਲ ਜੋ ਬੇਨਤੀ ਕਰਨੀ ਹੈ ਉਹ ਪਾਸਿੰਗ ਰੈਫਰੈਂਸ ਹੋਣਗੇ, ਕਿਸੇ ਗੱਲ ਦੀ ਮੈਂ ਡੂੰਘੀ ਵਿਆਖਿਆ 'ਚ ਨਹੀਂ ਜਾਣਾ, ਕਿਉਂਕਿ ਜੋ ਬੜੀ ਇੰਪੋਰਟੈਂਟ ਚੀਜ਼ ਸਾਡੇ ਵਾਸਤੇ ਹੈ ਉਹਦੀ ਮੈਂ ਬਾਤ ਕਰਨੀ ਹੈ। ਆਪ ਸਾਰੇ ਬਚਨ ਜੋ ਮੈਨੂੰ ਗੁਰੂ ਮਹਾਰਾਜ ਜੀ ਭੇਜ ਰਹੇ ਨੇ ਉਹਨਾਂ ਨੂੰ ਸਰਵਨ ਕਰਨਾ, ਸਰਵਨ ਕਰਕੇ ਮੰਨਣ ਕਰਨਾ ਤੇ ਜਦੋਂ ਅਸੀਂ ਸਰਵਨ ਕਰਕੇ ਮੰਨਣ ਕਰਾਂਗੇ ਫਿਰ ਅਸੀਂ ਉਸਦੇ ਉਸਨੂੰ ਪ੍ਰਗਟ ਕਰਨ ਵਾਸਤੇ ਯਤਨ ਕਰਾਂਗੇ। ਜਿਸ ਚੀਜ਼ ਦੇ ਬਾਰੇ ਜ਼ਿਕਰ ਕੀਤਾ ਗਿਆ ਜਦੋਂ ਉਹ ਚੀਜ਼ ਪ੍ਰਗਟ ਹੋ ਜਾਏਗੀ ਉਸ ਵੇਲੇ ਸਾਡਾ ਮੰਤਰ ਜੋ ਹੈ ਹੱਲ ਹੋ ਜਾਏਗਾ। ਸਾਰਾ ਜੋ ਆਪਣਾ ਜਿੰਨੇ ਵੀ ਆਪ ਸਤਸੰਗ ਦੇ ਵਿੱਚ ਬੈਠੇ ਹੋ ਸਾਰਿਆਂ ਦਾ ਇੱਕ ਮੰਤਵ ਹੈ ਕਿ ਸਾਨੂੰ ਸੁੱਖ ਦੀ ਪ੍ਰਾਪਤੀ ਹੋਵੇ। ਸੁੱਖ ਦੀ ਲੋਚਾ ਇਹ ਕਿਉਂ ਕਰਦਾ, ਕਿਉਂਕਿ ਇੱਕ ਇਹ ਜੀਵ ਜਿਹੜਾ ਹੈ ਸੁੱਖ ਦੇ ਮੰਡਲ ਵਿੱਚੋਂ ਆਇਆ, ਇਹਦੀ ਸਿਮਰਤੀ ਵਿੱਚੋਂ ਸੁੱਖ ਨਹੀਂ ਨਿਕਲਦਾ, ਇਹ ਕਦੇ ਦੁੱਖ ਨਹੀਂ ਮੰਗਦਾ ਕਦੇ। ਤੇ ਗੁਰੂ ਮਹਾਰਾਜ ਜੀ ਨੇ ਇਸ ਗੱਲ ਨੂੰ ਦੱਸਣ ਵਾਸਤੇ ਬਹੁਤ ਤਰੀਕਿਆਂ ਦੇ ਨਾਲ ਸਮਝਾਇਆ ਕਿ ਪਿਆਰਿਓ ਗੱਲ ਸਮਝੋ ਪਹਿਲਾਂ ਸਾਰੀ ਵੀ ਇਹ ਸੰਸਾਰ ਹੈ ਕੀ, ਇਹ ਕਿੱਥੋਂ ਆ ਗਿਆ। ਇਹਦੇ ਉੱਤੇ ਸਾਰੇ ਸਿਆਣਿਆਂ ਨੇ, ਦੁਨੀਆਂ ਭਰ ਦੇ ਸਿਆਣਿਆਂ ਨੇ, ਦੁਨੀਆਂ ਭਰ ਦੇ ਮਤਾਂ ਨੇ ਆਪਣੀਆਂ ਆਪਣੀਆਂ ਰਾਇਆਂ ਦਿੱਤੀਆਂ। ਸਾਡੇ ਜਿਹੜੇ ਹਿੰਦੂ ਸ਼ਾਸਤਰ ਨੇ
ਉਹਨਾਂ ਨੂੰ ਬੜਾ ਇੱਕ ਰੀਤਾ ਪੇਸ਼ ਆਇਆ ਵੀ ਇਹਦੀ ਵਿਆਖਿਆ ਕਿਵੇਂ ਕੀਤੀ ਜਾਵੇ। ਅਤੇ ਉਹਨਾਂ ਦੇ ਜਿਹੜੇ ਪ੍ਰਮੁੱਖ ਨੇ, ਸਾਂਖ ਸ਼ਾਸਤਰ ਹੈ, ਪਾਤਸ਼ਾਹ ਯੋਗ ਸ਼ਾਸਤਰ ਹੈ, ਨਿਆਂ ਸ਼ਾਸਤਰ ਹੈ, ਉਹਨਾਂ ਦੇ ਇਹ ਮੱਤ ਹੈ ਕਿ ਵਾਹਿਗੁਰੂ ਇਕੱਲਾ ਨਹੀਂ ਹੈ, ਵਾਹਿਗੁਰੂ ਦੇ ਨਾਲ ਪ੍ਰਕਿਰਤੀ ਵੀ ਹੈ ਜਿਹਨੂੰ ਮਾਇਆ ਕਹਿੰਦੇ ਹਾਂ, ਅਤੇ ਜੀਵ ਵੀ ਹੈ। ਤਿੰਨ ਚੀਜ਼ਾਂ ਉਹਨਾਂ ਨੇ ਲਿਆਤੀਆਂ, ਟ੍ਰੇਨਿਟੀ ਇਸ ਨੂੰ ਆਖਦੇ ਨੇ। ਉਹਦੇ ਵਿੱਚ ਵਾਹਿਗੁਰੂ ਜਿਹੜਾ ਹੈ ਉਹ ਕੇਵਲ ਸੱਤਾ ਦਿੰਦਾ, ਉਹਦਾ ਕੋਈ ਸੰਬੰਧ ਨਹੀਂ ਦੁਨੀਆਂ ਦੇ ਨਾਲ, ਉਹਦਾ ਕੋਈ ਸੰਬੰਧ ਨਹੀਂ ਹੈ ਜੀਵਾਂ ਦੇ ਨਾਲ। ਜੀਵ ਦੇ ਆਪਣੇ ਐਫਰਟਸ ਨੇ ਵੀ ਇਹ ਕਿਵੇਂ ਨਿਕਲ ਸਕਦਾ ਇਸ ਮਾਇਆ ਦੇ ਚੱਕਰ ਵਿੱਚੋਂ। ਪਰ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਵਕਤ ਇਸ ਦੁਬਧਾ ਨੂੰ ਦੇਖਿਆ ਤਾਂ ਆਪ ਜੀ ਨੇ ਫਰਮਾਨ ਕਰਿਆ ਕਿ ਪਿਆਰਿਓ, ਵਾਹਿਗੁਰੂ ਨੂੰ ਇਸ ਤਰ੍ਹਾਂ ਨਾ ਸਮਝੋ ਵੀ ਉਹ ਈਸ਼ਵਰ ਹੈ, ਇੱਕ ਪਰਮਾਤਮਾ ਹੈ, ਇੱਕ ਈਸ਼ਵਰ ਹੈ, ਇੱਕ ਜੀਵ ਹੈ, ਤਿੰਨ ਚਾਰ ਰੂਪਾਂ ਦੇ ਵਿੱਚ ਪ੍ਰਗਟ ਹੁੰਦਾ। ਕਹਿੰਦੇ ਇਹਦਾ ਸਾਰਾ ਜਿਹੜਾ ਢਾਂਚਾ ਹੈ ਉਹੀ ਬਿਗੜੀ ਹੈ। ਜੇ ਸਾਡਾ ਵਿਸ਼ਵਾਸ ਹੈ ਵਾਹਿਗੁਰੂ 'ਤੇ ਨਾ ਆ ਗਿਆ ਤਾਂ ਅਸੀਂ ਲੰਘਾਂਗੇ ਜਿਸ ਪਾਸੇ। ਬਾਕੀ ਜਿਹੜੇ ਐਫਰਟਸ ਨੇ ਉਹਨਾਂ ਨੇ ਕਰੇ, ਮੈਂ ਉਹਨਾਂ ਦੇ ਵੱਲ ਨਹੀਂ ਜਾਂਦਾ, ਉਹ ਕਿਸੇ ਕਿਨਾਰੇ ਨਹੀਂ ਪਹੁੰਚਾਉਂਦੇ। ਗੁਰੂ ਨਾਨਕ ਪਾਤਸ਼ਾਹ ਨੇ ਜੋ ਸਾਰੇ ਸੰਸਾਰ ਨੂੰ ਸਮਝਾਉਣ ਵਾਸਤੇ ਦੱਸਿਆ ਹੈ ਉਹਦੇ ਬਾਰੇ ਭਾਈ ਗੁਰਦਾਸ ਜੀ ਨੇ ਬੜਾ ਖੋਲ੍ਹ ਕੇ ਗੱਲ ਕਰੀ ਹੈ। ਆਪ ਫਰਮਾਨ ਕਰਦੇ ਹੈ ਕਿ ਨਿਰੰਕਾਰ ਅਕਾਰ ਕਰ, ਇੱਕ ਅੰਕਾਰ ਉਪਾਰ ਸੁਣਾਇਆ। ਜਦੋਂ ਨਿਰੰਕਾਰ ਦੀ ਮੌਜ ਆਈ ਕਿ ਮੈਂ ਸੰਸਾਰ ਦੇ ਇੱਕ ਤੋਂ ਅਨੇਕ ਰੂਪ ਵਿੱਚ ਪ੍ਰਗਟ ਹੋ ਜਾਵਾਂ, ਉਸ ਵੇਲੇ ਜੋ ਸਭ ਤੋਂ ਪਹਿਲੀ ਕਿਰਿਆ ਹੋਈ ਕਿ ਨਿਰੰਕਾਰ ਨੇ ਇੱਕ ਅੰਕਾਰ ਦਾ ਰੂਪ ਧਾਰਨ ਕਰਿਆ ਜਿਸਦਾ ਕੋਈ ਪਾਰਾਵਾਰ ਨਹੀਂ ਹੈ। ਇੱਕ ਅੰਕਾਰ ਤੋਂ ਧੁਨ ਹੋਈ ਸ਼ਬਦ ਦੀ, ਇੱਕ ਅੰਕਾਰੋਂ ਸ਼ਬਦ ਧੁਨ, ਉਹਦਾ ਨਾਂ ਰੱਖਿਆ ਓਂਕਾਰ। ਹੁਣ ਇੱਥੇ ਸਾਨੂੰ ਦੁਬਧਾ ਪੈ ਰਿਹਾ ਹੋਵੇ ਕਿ ਓਂਕਾਰ ਹੋਰ ਹੋ ਗਿਆ, ਇੱਕ ਅੰਕਾਰ ਹੋਰ ਹੋ ਗਿਆ, ਅਤੇ ਉਹ ਸ਼ਬਦ ਹੋਰ ਹੋ ਗਿਆ ਅਤੇ ਇੱਕ ਅੰਕਾਰ ਹੋਰ ਹੋ ਗਿਆ। ਇਹ ਦੁਬਧਾ ਨੂੰ ਮੇਟਣ ਵਾਸਤੇ ਗੁਰੂ ਮਹਾਰਾਜ ਨੇ, ਕਿਉਂਕਿ ਕਿਰਿਆ ਤਾਂ ਇਵੇਂ ਜਿਵੇਂ ਹੋਈ ਹੈ, ਇੱਕ ਅੰਕਾਰੋਂ ਸ਼ਬਦ ਧੁਨ, ਓਂਕਾਰ ਅਕਾਰੋਂ ਪਾਇਆ। ਉਹ ਜੋ ਸ਼ਬਦ ਧੁਨ ਹੋਈ ਉਹਨੂੰ ਅਸੀਂ ਓਂਕਾਰ ਨਾਂ ਰੱਖ ਦਿੱਤਾ। ਉਸ ਓਂਕਾਰ ਨੇ ਸਾਰੇ ਆਕਾਰ ਜਿੰਨੇ ਤੁਸੀਂ ਦੇਖਦੇ ਹੋ, ਖੰਡ ਬ੍ਰਹਮੰਡ ਦੇਖਦੇ ਹੋ, ਪੰਜ ਤੱਤ ਦੇਖਦੇ ਹੋ, ਇਹ ਸਾਰੇ ਉਸ ਤੋਂ ਪੈਦਾ ਹੋਇਆ। ਸਾਰੀ ਚੀਜ਼ ਜਿੰਨੀ ਕ੍ਰੀਏਸ਼ਨ ਹੈ ਸਾਰੀ ਸ਼ਬਦ ਤੋਂ ਪੈਦਾ ਹੋਈ। ਉਹ ਜਿਹੜੀ ਪੈਦਾ ਹੋਈ ਉਹ ਵਾਹਿਗੁਰੂ ਤੋਂ ਅੱਡ ਨਹੀਂ ਹੈ। ਆਪ ਸੱਤ ਕੀ ਆ, ਸਭ ਸੱਤ, ਆਪ ਵੀ ਸੱਤ ਹੈ, ਲੇਕਿਨ ਜੋ ਕੀਤਾ ਹੈ ਉਹ ਵੀ ਸੱਤ ਹੈ। ਅਤੇ ਉਸ ਵੇਲੇ ਇੱਕ ਓਂਕਾਰ ਨੂੰ ਇੱਕ ਬਣਾਇਆ ਮਹਾਰਾਜ ਨੇ। ਇਹ ਨਹੀਂ ਕਿਹਾ ਵੀ ਏਕ ਓਂਕਾਰ ਓਂਕਾਰ ਦੋ ਬਣ ਜਾਂਦੇ, ਉਹਨੂੰ ਕਲਪ ਕਰਤਾ ਏਕ ਦੇ ਨਾਲ ਓਂਕਾਰ ਜੋੜ ਕੇ ਵੀ ਉਹੀ ਹੈ। ਇਸ ਤਰ੍ਹਾਂ ਦੇ ਸਾਰੇ ਮੱਤ ਹੈ ਜਿੱਥੇ ਤੁਸੀਂ ਰਹਿੰਦੇ ਹੋ, ਇੱਥੇ ਸਾਰੀ ਹੈ ਮੱਤ ਜੁਲਾਂ 'ਤੇ ਹੈ। ਉਹਨਾਂ ਦਾ ਵੀ ਫਰਮਾਨ ਹੈ ਕਿ ਬਿਫੋਰ ਦਾ ਕ੍ਰੀਏਸ਼ਨ ਆਫ ਯੂਨੀਵਰਸ ਦੇਅਰ ਵਾਜ਼ ਲੋਗਾਸ, ਦੈਟ ਵਾਜ਼ ਵਿਦ ਇਨ ਗੋਡ। ਅਤੇ ਹਿੰਦੂ ਸ਼ਾਸਤਰਾਂ ਦੇ ਵੀ ਮੱਤ ਹੈ ਜਿਹੜੇ ਆਸਤਕ ਸ਼ਾਸਤਰ ਨੇ ਵੀ ਵਾਹਿਗੁਰੂ ਦੇ ਵਿੱਚ ਸ਼ਬਦ ਸੀਗਾ, ਉਹ ਸ਼ਬਦ ਪ੍ਰਗਟ ਹੋਇਆ। ਗੁਰੂ ਦਸਮੇਸ਼ ਪਾਤਸ਼ਾਹ ਫਰਮਾਨ ਕਰਦੇ ਹੈ ਕਿ ਪ੍ਰਥਮ ਓਂਕਾਰ ਦਿਨ ਕਾ, ਸਭ ਤੋਂ ਪਹਿਲੀ ਦੁਨੀਆਂ ਦੀ ਆਵਾਜ਼ ਜੋ ਸ਼ਬਦ ਹੋਇਆ ਉਹ ਓਂਕਾਰ ਹੋਇਆ।
ਸੌ ਤੁਹਾਨੂੰ ਪੂਰੇ ਜਗਤ ਮਿਲੇ, ਉਹ ਸਾਰੀ ਜਿਹੜੀ ਧੁਨ ਹੈ ਉਹ ਸੰਸਾਰ ਦੇ ਵਿੱਚ ਫੈਲੀ ਹੋਈ ਹੈ, ਕਿਤੇ ਕੋਈ ਥਾਂ ਨਹੀਂ ਜਿਸੇ ਉਹ ਧੁਨ ਨਹੀਂ, ਇੱਥੇ ਅਸੀਂ ਭੁਲੇਖੇ 'ਚ ਪੈ ਜਾਂਦੇ ਹਾਂ ਵੀ ਇਹਦਾ ਫਿਰ ਸ਼ਬਦ ਹੋਇਆ। ਸ਼ਬਦ ਤਾਂ ਇੱਥੇ ਹੁਣ ਮੈਂ ਵੀ ਕਰ ਦਿੰਦਾ, ਦੋਵੇਂ ਹੱਥ ਮਾਰਦਾ, ਥਾਲੀ ਵਜਾ ਦਿੰਦਾ, ਇਹਨੂੰ ਵੀ ਸ਼ਬਦ ਕਹਿੰਦੇ ਨੇ, ਜੋ ਮੈਂ ਬੋਲ ਰਿਹਾ ਇਹ ਵੀ ਸ਼ਬਦ ਕਹਿੰਦੇ ਨੇ। ਉਹ ਸ਼ਬਦ ਜੋ ਚੇਤਨ ਸ਼ਬਦ ਹੈ ਉਸਦੇ ਬਾਰੇ ਕੋਈ ਨਹੀਂ ਜਾਣਦਾ, ਕਿਉਂਕਿ ਨਿਰਾ ਗਿਆਨ ਹੈ, ਨਿਰੀ ਵਿਉਂਤ ਹੈ। ਉਸ ਵਿਉਂਤ ਦੇ ਵਿੱਚੋਂ ਸਾਰੀ ਸ੍ਰਿਸ਼ਟੀ ਦੀ ਉਤਪਤੀ ਹੋਈ, ਜਿਸਨੂੰ ਮਹਾਰਾਜ ਬਹੁਤ ਸਕਾਲੇ ਅੱਖਰਾਂ 'ਚ ਕਹਿੰਦੇ ਨੇ, ਆਪਣੀ ਮਾਇਆ ਆਪ ਸਾਰੀ ਆਪੇ ਵੇਖਣਹਾਰਾ ਨਾਨਾ ਰੂਪ ਧਾਰੇ ਬਹੁ ਰੰਗੀ ਸਭ ਤੇ ਰਹੇ ਨਿਆ। ਇਹ ਮਹਾਰਾਜ ਜੀ ਅਦਵੈਤ ਸਿਧਾਂਤ ਲੈ ਕੇ ਸੰਸਾਰ ਦੇ ਭੁਲੇਖਿਆਂ ਨੂੰ ਦੂਰ ਕਰਨ ਵਾਸਤੇ ਜਿੱਥੇ ਜਿੱਥੇ ਵੀ ਆਪ ਨੇ ਆਬਾਦੀ ਦੇਖੀ ਉੱਥੇ ਉੱਥੇ ਪਹੁੰਚੇ, ਤਾਂ ਕਿ ਇਹਨਾਂ ਦੇ ਭੁਲੇਖੇ ਦੂਰ ਕਰਕੇ ਸੰਸਾਰ ਨੂੰ ਉਸੇ ਥਾਂ ਦੇ ਉੱਤੇ ਜਨਮ ਪਛਾਣ ਕਰਾ ਕੇ ਇਹ ਸੰਸਾਰ ਲੀਨ ਹੋ ਜਾਵੇ ਵਾਹਿਗੁਰੂ ਦੇ ਅੰਦਰ। ਉਹਦੇ ਵਾਸਤੇ ਵੱਡਿਆਂ ਵੱਡਿਆਂ ਕੋਲ ਗਏ, ਜਦੋਂ ਗੋਰਖਨਾਥ ਕੋਲ ਗੁਰੂ ਨਾਨਕ ਪਾਤਸ਼ਾਹ ਪਹੁੰਚਦੇ ਨੇ ਤਾਂ ਗੋਰਖਨਾਥ ਨਾਲ ਜਦੋਂ ਬਾਤ ਹੋਈ, ਕਿਉਂਕਿ ਉਹ ਤਿੰਨ ਦੇ ਵਿੱਚ ਵਿਸ਼ਵਾਸ ਕਰਦੇ ਸੀ ਵੀ ਪ੍ਰਕਿਰਤੀ ਹੋਰ ਹੈ, ਜੀਵ ਹੋਰ ਹੈ, ਵਾਹਿਗੁਰੂ ਹੋਰ ਹੈ। ਜਦੋਂ ਵਾਹਿਗੁਰੂ ਹੇਠਾਂ ਆ ਕੇ ਕੰਮ ਕਰਦਾ ਉਹ ਈਸ਼ਵਰ ਬਣ ਜਾਂਦਾ ਹੈ, ਉਹ ਈਸ਼ਵਰ ਦਾ ਸੰਸਾਰ ਨਾਲ ਕੋਈ ਸੰਬੰਧ ਨਹੀਂ। ਅਤੇ ਇਹ ਜੀਵ ਫਸਿਆ ਹੋਇਆ ਇਹਨੂੰ ਕੱਢਣ ਦਾ ਇੱਕੋ ਇੱਕ ਤਰੀਕਾ ਹੈ ਕਿ ਯੋਗ ਕੀਤਾ ਜਾਵੇ, ਅਤੇ ਪਤੰਜਲ ਦੇ ਜੋ ਯੋਗ ਦਰਸ਼ਨ ਦੇ ਸਾਧਨ ਨੇ ਉਹ ਬਣਾਏ ਜਾਣ, ਮਾਇਆ ਤੋਂ ਨਿਰਲੇਪ ਹੋਵੇ। ਗੁਰੂ ਨਾਨਕ ਨੇ ਕਿਹਾ ਗੋਰਖ ਤੈਨੂੰ ਬੜਾ ਭੁਲੇਖਾ ਪਿਆ ਹੈ, ਸੰਸਾਰ ਵਿੱਚ ਨਾ ਕੋਈ ਪ੍ਰਕਿਰਤੀ ਨਾਮ ਦੀ ਚੀਜ਼ ਹੈ, ਨਾ ਕੋਈ ਜੀਵ ਨਾਮ ਦੀ ਚੀਜ਼ ਹੈ, ਇਹ ਤਾਂ ਵਾਹਿਗੁਰੂ ਜੀ ਆਪਣੇ ਆਪ ਆਪੇ ਹੀ ਆਪਣੇ ਐਕਸਪੈਂਡ ਹੋਏ। ਇਹਦੇ ਵਿੱਚ ਦੂਸਰਾ ਥਾਂ ਹੈ ਕੋਈ ਪਾਰ ਬ੍ਰਹਮ ਕੇ ਸਗਲੇ ਥਾਂ, ਜਿੱਤ ਜਿੱਤ ਕਰ ਰੱਖੇ ਤੈਸਾ ਤੇ ਥਾਂ, ਫਸੇ ਉਹ ਆਪ ਹੋਏ ਅਣਕ ਤਰੰਗ, ਲਖੇ ਨਾ ਜਾਏ ਪਾਰ ਬ੍ਰਹਮ ਕੇ। ਉਹ ਆਪ ਅਨੇਕਾਂ ਤਰੰਗਾਂ ਦੇ ਵਿੱਚ ਅਨੇਕਾਂ ਰੂਪਾਂ 'ਚ ਹੋ ਕੇ ਵਾਹਿਗੁਰੂ ਆਪ ਹੀ ਫਸਿਆ ਹੋਇਆ, ਉਹ ਲਖਿਆ ਨਹੀਂ ਜਾਂਦਾ। ਆਪੀ ਮੈਂ ਆਪ ਸਾਜਿਓ, ਆਪੀ ਮੈਂ ਰਜਿਓ ਨਾ, ਦੋਈ ਕੁਦਰਤ ਸਾਜੀ ਕਰਾਸਨ ਡਿਠਾ ਚਾਹ। ਉਹ ਆਪ ਉਸਨੇ ਜੀਵ ਰਚਨਾ ਕਰੀ ਹੈ, ਉਸਨੇ ਨਾਮ ਦੀ ਰਚਨਾ ਕਰੀ ਹੈ, ਉਸਨੇ ਕੁਦਰਤ ਨੂੰ ਮਾਇਆ ਨੂੰ ਰਚਿਆ ਹੈ, ਅਤੇ ਆਪ ਇਹ ਆਪਣਾ ਖੇਲ ਦੇਖ ਰਿਹਾ ਕਿ ਇੱਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰੇ। ਗੋਰਖ ਨੇ ਜਿਹੜੇ ਬਚਨ ਸੁਣੇ ਕਹਿੰਦਾ ਹੇ ਨਾਨਕ, ਜੋ ਵਾਹਿਗੁਰੂ ਦੇ ਪ੍ਰਮੁੱਖ ਲੱਛਣ ਨੇ ਉਹ ਦਸ ਮਹਾਰਾਜ ਕਹਿਣ ਲੱਗੇ ਵੀ ਉਹ ਸੱਤ ਹੈ, ਚਿੱਤ ਹੈ, ਆਨੰਦ ਹੈ, ਫਿਰਿਆ ਹੈ, ਪਿਆਰ ਹੈ। ਉਹ ਸੰਸਾਰ ਦੇ ਵਿੱਚ ਪਿਆਰ ਦਾ ਰੂਪ ਹੋ ਕੇ ਫੈਲਿਆ ਹੋਇਆ, ਗੁਰੂ ਦਸ਼ਮੇਸ਼ ਪਾਤਸ਼ਾਹ ਫਰਮਾਨ ਕਰ ਰਹੇ ਹਾਂ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਆ ਉਹਨਾਂ ਨਾਲ। ਫਿਰ ਉਹ ਕਹਿਣ ਲੱਗਿਆ ਵੀ ਜੇ ਵਾਹਿਗੁਰੂ ਆਪ ਹੀ ਹੈ ਸਾਰਾ ਸੰਸਾਰ ਹੈ ਤਾਂ ਦੁੱਖ ਕਿੱਥੋਂ ਪੈਦਾ ਹੋ ਗਿਆ, ਤੇ ਵਾਹਿਗੁਰੂ ਨੂੰ ਸੰਸਾਰ ਦਾ ਰੂਪ ਸੰਸਾਰ ਕਿਉਂ ਕਹਿਣ ਲੱਗੇ, ਉਹ ਵਾਹਿਗੁਰੂ ਆ ਸੰਸਾਰ ਨੂੰ ਅੱਡ ਕਿਉਂ ਕਰ ਦਿੱਤਾ। ਬੜਾ ਵੱਡਾ ਸਵਾਲ ਸੀ ਸਾਡੇ ਵਾਸਤੇ ਵੀ, ਇਹ ਵੱਡਾ ਸਵਾਲ ਹੈ ਕਿਉਂਕਿ ਜੋ ਸ਼ੰਕਾ ਗੋਰਖ ਦੇ ਮਨ ਵਿੱਚ ਆਇਆ ਉਹ ਸਾਡੇ ਵੀ ਮਨ ਵਿੱਚ ਹੈ ਵੀ ਜੇ ਵਾਹਿਗੁਰੂ ਆਪ ਹੈ ਫਿਰ ਇਹ ਚੰਗੇ ਬੰਦੇ ਉੱਚੇ ਨੀਵੇਂ ਕਿੱਥੋਂ ਆ ਗਏ। ਗੁਰੂ ਨਾਨਕ ਕਹਿਣ ਲੱਗੇ ਗੋਰਖਨਾਥ, ਵਾਹਿਗੁਰੂ ਦਾ ਆਪ ਹੀ ਹੈ, ਲੇਕਿਨ ਇਹ ਸੰਸਾਰ ਜਿਹੜਾ ਤੂੰ ਕਹਿੰਦਾ ਇਹ ਵਾਹਿਗੁਰੂ ਜੀ ਨੇ ਜਦ ਰਚਨਾ ਕਰੀ ਤਾਂ ਸਭ ਤੋਂ ਪਹਿਲਾ ਤੱਤ ਜਿਹੜਾ ਨਾ ਉਹ ਹਉਮੈ ਦਾ ਪੈਦਾ ਕਰਿਆ।
ਉਸ ਹਉਮੈ ਤੱਤ ਨੇ ਪਰਮੇਸ਼ਰ ਦੇ ਤਿੰਨ ਟੁਕੜੇ ਕਰ ਦਿੱਤੇ, ਇੱਕ ਪਰਮੇਸ਼ਰ ਬਣਾ ਦਿੱਤਾ, ਇੱਕ ਜੀਵ ਬਣਾ ਦਿੱਤਾ ਤੇ ਇੱਕ ਪ੍ਰਕਿਰਤੀ ਮਾਇਆ ਬਣਾ ਦਿੱਤੀ। ਉਹ ਹਉਮੈ ਕਰਕੇ ਹੈ ਸਾਰੀ। ਉਹਨੇ ਸਵਾਲ ਕਰਿਆ ਕਿਤ ਕਿਤ ਵਿਧ ਜਗ ਉਪਜੇ ਪੁਰਖਾ, ਕਿਤ ਕਿਤ ਵਿਧ ਦੁੱਖ ਬਿਨ ਸਜਾਈ। ਇਹ ਦੁੱਖ ਪਿਆ ਹੋਇਆ ਕਿਵੇਂ ਜਾਏਗਾ ਤੇ ਕਿਵੇਂ ਇਹ ਸੰਸਾਰ ਬਣ ਗਿਆ? ਮਹਾਰਾਜ ਕਹਿੰਦੇ ਹਉਮੈ ਵਿੱਚ ਜਗ ਉਪਜੇ ਪੁਰਖਾ, ਨਾ ਵਿਸਰਿਆ ਦੁੱਖ ਪਾਈ। ਦੁੱਖ ਦੇ ਦੂਰ ਕਰਨ ਵਾਸਤੇ ਨਾਮ ਦੀ ਮਹਾਰਾਜ ਨੇ ਸੋਝੀ ਦਿੱਤੀ ਵੀ ਨਾਮ ਜਿਹੜਾ ਹੈ ਇਹ ਦੁੱਖਾਂ ਨੂੰ ਦੂਰ ਕਰ ਦਿੰਦਾ। ਤੇ ਮੈਂ ਸੰਸਾਰ ਨੂੰ ਨਾਮ ਦੇਣ ਆਇਆ, ਮੇਰੇ ਕੋਲ ਹੋਰ ਕੋਈ ਚੀਜ਼ ਨਹੀਂ, ਨਾ ਮੈਂ ਵਿਧੀਆਂ ਸਿੱਧੀਆਂ ਦਿਖਾਉਣ ਵਾਸਤੇ ਆਇਆ, ਨਾ ਮੈਂ ਸ਼ਕਤੀਆਂ 'ਚ ਲੋਕਾਂ ਨੂੰ ਪ੍ਰਚਾਰਵਾ ਕਰਨ ਵਾਸਤੇ, ਨਾਟਕ ਥੀਏਟਰ ਕਰਨ ਵਾਸਤੇ ਆਇਆ। ਮੈਂ ਨਾਮ ਦੀ ਜਾਂਚ ਦੱਸਣੀ ਹੈ ਕਿਉਂਕਿ ਇਹ ਅਨੇਕ ਰੂਪ 'ਚ ਹੋ ਕੇ ਭੁੱਲਿਆ ਹੋਇਆ, ਦੁਖੀ ਹੋ ਰਿਹਾ, ਸਾਹੋ ਸਾਹ ਹੋਇਆ, ਬਹੁਤ ਦੁੱਖ ਦੇ ਨਿਰਮਾਣਾ ਅਤੇ ਨਿਤਾਰਾ ਹੋਇਆ ਪਿਆ। ਅਤੇ ਨਾਨਕ ਦੇ ਘਰ ਕੇਵਲ ਨਾਮ ਸਾਡੇ ਕੋਲ ਤਾਂ ਕੇਵਲ ਨਾਮ ਹੈ, ਨਾਮ ਹੈ ਮੈਂ ਲੈ ਕੇ ਆਇਆ ਅਤੇ ਨਾਮ ਹੈ ਮੈਂ ਸੰਸਾਰ ਦੇ ਅੰਦਰ ਵੰਡਿਆ। ਸੋ ਇਹ ਹਉਮੈ ਤੱਤ ਹੈ ਸਾਧ ਜੀ, ਇਹਨੂੰ ਸਮਝਣਾ ਚਾਹੀਦਾ। ਹਉਮੈ ਦੇ ਬਾਰੇ ਤੁਸੀਂ ਪੜ੍ਹਿਆ ਲਿਖਿਆ ਨਾਲ ਗੱਲ ਕਰੋ, ਪ੍ਰਚਾਰਕਾਂ ਨਾਲ ਗੱਲ ਕਰੋ, ਨਹੀਂ ਅਰਥ ਦੱਸ ਸਕਦੇ। ਇਹ ਸਮਾਗਮ ਦੇ ਅੰਦਰ ਸਾਡਾ ਸਮਾਗਮ ਹੁੰਦਾ ਦਸੰਬਰ ਅਕਤੂਬਰ ਦੇ ਮਹੀਨੇ ਫਸਟ ਹਫ਼ਤੇ, ਅਤੇ 1000 ਫੁੱਟ ਲੰਮਾ ਭੰਡਾਰ ਹੋਇਆ ਕਰਦਾ, 250 ਫੁੱਟ ਚੌੜਾ ਹੁੰਦਾ, ਸਮਝੋ ਵੀ 200 ਫੁੱਟ ਬਾਹਰ ਬੈਠੇ ਹੁੰਦੇ ਨੇ, ਕੋਈ 1.5-2 ਫੁੱਟ ਲਾਂਗ ਦਾ ਭੰਡਾਰ ਹੁੰਦਾ ਜਿਹੜਾ ਖਚਾ ਖਚ ਭਰਿਆ ਹੁੰਦਾ, ਅਤੇ 120 ਟੈਲੀਵਿਜ਼ਨ ਉਹਦੇ ਵਿੱਚ ਲਾਏ ਹੁੰਦੇ ਨੇ ਤਾਂ ਕਿ ਸਾਰੀਆਂ ਸੰਗਤਾਂ ਦੇਖ ਦਰਸ਼ਨ ਵੀ ਕਰ ਸਕਣ ਅਤੇ ਸੁਣ ਵੀ ਸਕਣ। ਉਹਦੇ 'ਚ ਪ੍ਰੋਫੈਸਰ ਲੋਕਾਂ ਨੂੰ ਅਸੀਂ ਬੁਲਾਉਂਦੇ ਹਾਂ, ਸਬਜੈਕਟ ਦਿੰਦੇ ਹਾਂ, ਅਤੇ ਸਾਰੇ ਨਾਲ ਮੈਨੂੰ ਦੱਸਿਆ ਵੀ ਇਹ ਬਹੁਤਾ ਪੜ੍ਹਿਆ ਹੋਇਆ ਅਤੇ ਇਹਨੂੰ ਸਬਜੈਕਟ ਦਿਓ, ਮੈਡਾ ਇਹਨੂੰ ਦੇ ਦਿਓ, ਵੀ ਹਮਾ ਕੀ ਹੈ, ਬੜਾ ਸਹਾਰਾ ਹੈ, ਬਹੁਤ ਔਖਾ ਨਹੀਂ ਹੈ ਸਬਜੈਕਟ। ਉਹ ਜਿਸ ਵਕਤ ਉਹਨੇ ਵਿਚਾਰ ਸੁਣੇ ਉਹ ਕਹਿਣ ਲੱਗਿਆ ਮੇਰਾ ਸਬਜੈਕਟ ਬਦਲ ਦਿਓ, ਬੇਟੇ ਨਹੀਂ ਆਉਣਾ। ਫਿਰ ਇੱਕ ਪ੍ਰੋਫੈਸਰ ਹੋਰ ਆਇਆ ਪ੍ਰਿੰਸੀਪਲ, ਉਹਨੇ ਲੇਖ ਭੇਜਿਆ, ਕਹਿੰਦੇ ਮੈਂ ਲੇਖ ਮੰਗਾ ਲੈਂਦਾ ਵੀ ਮੈਨੂੰ ਦਿਖਾਓ ਪਹਿਲਾਂ, ਐਵੇਂ ਇੰਨੀ ਸੰਗਤ ਨੇ ਸੁਣਨਾ ਅਤੇ ਮਿਸਕੋਟੇਸ਼ਨ ਨਾ ਹੋ ਜਾਵੇ, ਫਾਇਦੇ ਦੀ ਥਾਂ 'ਤੇ ਨੁਕਸਾਨ ਨਾ ਕਰਨ, ਗਲਤ ਧਾਰਨਾਵਾਂ ਲੈ ਕੇ ਘਰਾਂ 'ਚ ਨਾ ਚਲੇ ਜਾਣ। ਸੋ ਸਾਰੇ ਤੁਹਾਡੇ ਬੋਲਣ ਵਾਲੇ ਲੇਖ ਜਿੰਨੇ ਵੀ ਹੈ, ਚਾਹੇ ਕਾਗਜ਼ 'ਤੇ ਪੜ੍ਹੋ ਚਾਹੇ ਤੁਸੀਂ ਜਵਾਨੀ ਕਰੋ, ਅਤੇ ਪਹਿਲਾਂ ਦਿਖਾਉਣੇ ਪੈਣਗੇ, ਅਪਰੂਵ ਕਰਾਉਣੇ ਪੈਣਗੇ। ਸੋ ਉਹ ਹਉਮੈ ਦੇ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਦਾ, ਹੈ ਬੜੀ ਸਿਆਣੀ ਚੀਜ਼ ਹਉਮੈ, ਯਾਦ ਜਾਤਾ ਹਉਮੈ ਕਰਮ ਕਮਾਏ, ਹਉਮੈ ਹੀ ਬੰਧਣਾ ਫਿਰ ਜੂਨੀ ਪਾਏ। ਮੈਂ ਤੁਸੀਂ ਬਾਤ ਕਰਨਾ ਵੀ ਹਉਮੈ ਕੀ ਹੈ, ਜਿਹਦੇ ਨਾਲ ਸੰਸਾਰ ਬਣ ਗਿਆ ਅਤੇ ਦੁੱਖਾਂ ਦਾ ਅਭਿਆਸ ਸ਼ੁਰੂ ਹੋ ਗਿਆ। ਹਉਮੈ ਜਿਹੜੀ ਇਹ ਬਹਿਰੀ ਜਾਤ ਹੈ ਨਾ, ਜਿਹਨੂੰ ਅਸੀਂ ਪਰਸਨੈਲਿਟੀ ਕਹਿੰਦੇ ਹਾਂ, IM ਕਹਿੰਦੇ ਹਾਂ, ਇਹ ਇਸੇ ਨੂੰ ਹਉਮੈ ਕਹਿੰਦੇ ਨੇ। ਕੋਈ ਇਹਦੇ ਡੂੰਘੇ ਹੱਥ ਨਹੀਂ ਹੈ, ਕੋਈ ਖੁਲਾਸੀ ਕਰਨ ਦੀ ਲੋੜ ਨਹੀਂ ਹੈ। ਅਤੇ IM ਜਦ ਅਸੀਂ ਪੁੱਛਦੇ ਹਾਂ ਵੀ ਤੂੰ ਕੌਣ ਹੈ, ਉਹ ਕਹੇਗਾ ਮੈਂ ਫਲਾਣਾ ਸਿੰਘ ਹਾਂ। ਤੂੰ ਦੱਸ ਸਕਦਾ ਹੱਥ ਲਾ ਕੇ ਤੂੰ ਕੌਣ ਹੈ? ਕਹਿੰਦਾ ਮੈਂ ਤੇਰੇ ਸਾਹਮਣੇ ਖੜਾ, ਇਹ ਹੋਰ ਮੈਂ ਕੀ ਹਾਂ। ਇਹ ਅਸਲ ਨੂੰ ਨਕਲ ਸਮਝਣਾ, ਇਹਨੂੰ ਮਾਇਆ ਵੀ ਕਹਿੰਦੇ ਨੇ, ਅਲਿਊਜ਼ਨ ਇਗਨੋਰੈਂਸ ਵੀ ਕਹਿੰਦੇ ਨੇ, ਭਰਮ ਵੀ ਕਹਿੰਦੇ ਨੇ। ਅਤੇ ਗੁਰੂ ਮਹਾਰਾਜ ਨੇ ਇਹਨੂੰ ਟਰਮ ਦਿੱਤੀ ਹੈ ਹਉਮੈ ਦੀ। ਹਉਮੈ ਨੇ ਇਹ ਕਰਿਆ, ਵਾਹਿਗੁਰੂ ਪਰਿਪੂਰਨ ਉਹਦੇ ਵਿਚਾਰੇ ਪਰਦਾ ਪਾ ਕੇ ਆਪਣਾ, ਕਿਉਂਕਿ ਬਾਲੂ ਨੂੰ ਵਾਹਿਗੁਰੂ ਕੋਲੋਂ ਮਿਲਿਆ ਹੋਇਆ,
ਉਹਦਾ ਆਪਣਾ ਬਲ ਨਹੀਂ, ਭਾਈ ਖੇਲ ਕੀਤੀ ਹੋਈ ਹੈ, ਵਾਹਿਗੁਰੂ ਦੀ ਸ਼ਕਤੀ ਹੈ, ਉਹਨੇ ਵਾਹਿਗੁਰੂ ਦੀ ਸ਼ਕਤੀ ਨੇ ਆਪਣਾ ਕੰਮ ਕਰਨਾ। ਉਹਨੇ ਕੰਮ ਕੀ ਕਰਿਆ ਕਿ ਇਹ ਸਰੀਰ ਦੇ ਅੰਦਰ ਵਾਹਿਗੁਰੂ ਜੀ ਵੱਸਦੇ, ਉਹਦੇ ਵਿੱਚ ਪਰਦਾ ਪਾਰਨਾ, ਜੀਵ ਮੈਂ ਵੀ ਇਹਦੇ ਵਿੱਚ ਰਹਿਣਾ ਤੇ ਵਾਹਿਗੁਰੂ ਜੀ ਵੀ ਇਹਦੇ ਵਿੱਚ ਰਹਿੰਦੇ ਨੇ, ਹਮੇ ਨੇ ਪਰਦਾ ਪਾਰਨਾ, ਕੰਧ ਬਣਾ ਦਿੱਤੀ ਇਹਨੇ ਵਿਜੀਬਿਲਤਾ। ਉਹ ਜਿੰਨਾ ਜ਼ੋਰ ਲੱਗਦਾ ਇਤਿਹਾਸ ਸੁਣਾਈ ਜਾਓ, ਜਿੰਨਾ ਜ਼ੋਰ ਲੱਗਦਾ ਅਰਥ ਸੁਣਾਈ ਜਾਓ, ਜਿੰਨਾ ਜ਼ੋਰ ਲੱਗਦਾ ਵਿਆਖਿਆ ਸੁਣਾਈ ਜਾਓ, ਇਹ ਨਾ ਤਾਂ ਜੀਵ ਮੰਨੇ ਇਸ ਗੱਲ ਨੂੰ। ਜੇ ਅਸੀਂ ਕਹਿੰਦੇ ਹਾਂ ਵੀ ਗੁਰੂ ਸਾਹਿਬ ਦੀ ਬਾਣੀ ਤੂੰ ਮੰਨ, ਤੂੰ ਗੁਰੂ ਸਾਹਿਬ ਨੂੰ ਕੀ ਸਮਝਦਾ? ਉਹ ਬਿਲਕੁਲ ਮੰਨਣ ਨੂੰ ਤਿਆਰ ਨਹੀਂ ਕੋਈ ਬੰਦਾ। ਹਰ ਬੰਦਾ ਕਹਿੰਦਾ ਵੀ ਮੈਂ ਹਾਂ, ਮੇਰਾ ਨਾਮ ਫਲਾਣਾ ਸਿੰਘ ਹੈ, ਮੈਂ ਗੋਰਾ, ਮੈਂ ਕਾਲਾ, ਮੈਂ ਸਿੱਖ ਹਾਂ, ਮੈਂ ਹਿੰਦੂ ਹਾਂ, ਮੈਂ ਫਲਾਣਾ, ਮੈਂ ਇਸਲਾਮ ਵਾਲਾ। ਕਿਸੇ ਨੂੰ ਇਹ ਮਾਰਾ ਕਹਿੰਦੇ ਕੀ ਹੋਇਆ ਸੰਸਾਰ ਨੂੰ, ਇਹਦਾ ਸਾਰੇ ਹੀ ਸੌਂਗੇ। ਜਿਹਨੂੰ ਆਪਣੇ ਆਪ ਦਾ ਹੀ ਪਤਾ ਨਹੀਂ ਉਹਨੂੰ ਤੁਸੀਂ ਕੀ ਕਹੋਗੇ ਵੀ ਅਗਲ ਵਾਲਾ ਤੇ ਬੇਹੋਸ਼ ਹੈ? ਸੰਤ ਮਹਾਰਾਜ ਜੀ ਛੋਟੀਆਂ ਛੋਟੀਆਂ ਸਾਖੀਆਂ ਸੁਣਾ ਕੇ ਗੱਲਾਂ ਦੱਸਿਆ ਕਰਦੇ ਸੀ, ਤਾਂ ਕਿ ਇਹ ਚੀਜ਼ ਚੰਗੀ ਤਰ੍ਹਾਂ ਪਤਾ ਲੱਗ ਜਾਵੇ। ਆਪ ਇਹ ਫਰਮਾਉਂਦੇ ਸੀ ਕਿ ਇਸ ਜੀਵ ਨੂੰ ਮਾਇਆ ਦਾ ਨਸ਼ਾ ਚੜ ਗਿਆ, ਉਹ ਨਸ਼ੇ ਨੇ ਇਸ ਜੀਵ ਦੀ ਜਿਹੜੀ ਸੁਰਤ ਹੈ ਉਹ ਭੁਲਾ ਦਿੱਤੀ। ਮਿਸਾਲ ਇਹ ਦਿਆ ਕਰਦੀ ਸੀ ਕਿ ਇੱਕ ਰਾਜਾ ਨਾਲ ਦੇ ਗੁਆਂਢੀ ਰਾਜੇ ਦੇ ਡਿਨਰ ਉੱਤੇ ਗਿਆ ਤੇ ਉੱਥੇ ਸ਼ਰਾਬ ਨਸ਼ਾ ਜ਼ਿਆਦਾ ਪੀ ਲਿਆ, ਜਿਸ ਬਾਅਦ ਉਹਦੇ ਵਜ਼ੀਰਾਂ ਨੇ ਦੇਖਿਆ ਕਿ ਨਸ਼ੇ ਵਿੱਚ ਹੋ ਗਿਆ ਤੇ ਇਹਨਾਂ ਦੀਆਂ ਉਦਲੀਆਂ ਗੱਲਾਂ ਮਾਰਨ ਲੱਗ ਗਿਆ ਵੀ ਸਾਡੇ ਮਹਾਰਾਜੇ ਦੀ ਬੜੀ ਇੱਥੇ ਬੇਇੱਜ਼ਤੀ ਹੋਏਗੀ। ਉਹਨਾਂ ਨੇ ਉਸ ਨੂੰ ਮੱਗੀ 'ਚ ਬਿਠਾਇਆ ਅਤੇ ਆਪਣੇ ਰਾਜ ਵਿੱਚ ਲਾਇਆ ਹੈ। ਜਦੋਂ ਆਪਣੇ ਮਹਿਲ ਕੋਲ ਪਹੁੰਚਦਾ ਉੱਥੇ ਕੀ ਦੇਖਦਾ ਵੀ ਪਹਿਰਾ ਦੇ ਰਹੇ ਨੇ ਸਾਰੇ। ਉਸ ਵੇਲੇ ਨੇ ਭੁੱਲਿਆ ਹੋਇਆ ਕਿ ਮੈਂ ਰਾਜਾ ਨਹੀਂ। ਪੁੱਛਿਆ ਵੀ ਤੁਸੀਂ ਕੌਣ ਹੋ? ਕਹਿੰਦੇ ਅਸੀਂ ਤੁਹਾਡੇ ਵਜ਼ੀਰ ਹਾਂ। ਕਹਿੰਦੇ ਕਿਹਦੇ? ਕਹਿੰਦੇ ਤੁਹਾਡੇ ਤੋਂ। ਮੈਂ ਕੌਣ ਹਾਂ? ਕਹਿੰਦੇ ਰਾਜੇ। ਮੈਂ ਤਾਂ ਰਾਜਾ ਪੁੱਛਿਆ, ਕੋਈ ਨਹੀਂ, ਮੈਂ ਤਾਂ ਪਹਿਰਾ ਦਊਂ ਰਾਜੇ ਦਾ। ਮੱਗੀ ਦਾ ਉਤਰਿਆ ਜਦ ਬਹੁਤ ਆਬਾਦੀ ਲਿਆਤੀ, ਉਹਨੇ ਬਾਜੀ ਪਾ ਲਈ, ਮੰਡੋਲੀਆ ਤੰਗ ਲਿਆ, ਰਾਈਫਲ ਫੜ ਲਈ, ਬੀੜ ਤੇ ਘੁੰਮਣਾ ਸ਼ੁਰੂ ਕਰ ਦਿੱਤਾ। ਜਦ 2 ਘੰਟੇ ਲੰਘੇ, ਥੋੜ੍ਹਾ ਥੋੜ੍ਹਾ ਦੇਖਣ ਲੱਗ ਗਿਆ ਆਪਣੇ ਆਪ ਨੂੰ। ਵਜ਼ੀਰ ਨੇ ਸਮਝ ਲਿਆ ਵੀ ਹੋਸ਼ ਪਰਤ ਰਹੀ ਹੈ। ਥੋੜ੍ਹੀ ਦੇਰ ਤੋਂ ਬਾਅਦ ਜਦ ਚੰਗੀ ਤਰ੍ਹਾਂ ਦੇਖਿਆ ਵੀ ਇਹਨੂੰ ਹੋਸ਼ ਆ ਗਈ, ਉਸੇ ਵੇਲੇ ਆ ਕੇ ਉਹਨਾਂ ਨੇ ਆਪਣਾ ਸਲੂਟ ਕਰੇ, ਆਦਰ ਕਰਿਆ। ਕਹਿੰਦਾ ਇਹ ਕੱਪੜੇ ਮੇਰੇ ਕਿਹਨੇ ਪਾਏ? ਕਹਿੰਦੇ ਹਜ਼ੂਰ ਆਪ ਨੇ ਅੱਜ ਨਸ਼ਾ ਜ਼ਿਆਦਾ ਪੀ ਲਿਆ ਸੀ, ਉੱਥੋਂ ਤੁਹਾਨੂੰ ਅਸੀਂ ਲੈ ਆਏ ਹਾਂ ਅਤੇ ਇੱਥੇ ਪਹਿਰੇ ਦਿੰਦੇ ਦੇਖ ਕੇ ਆਪਨੇ ਉਹੀ ਕੱਪੜੇ ਮੰਗਾ ਲਏ। ਅਸੀਂ ਬਹੁਤ ਆਪ ਨੂੰ ਕਿਹਾ ਕਿ ਆਪ ਤਾਂ ਬਾਦਸ਼ਾਹ ਹੋ, ਲੇਕਿਨ ਆਪਨੇ ਮੰਨਿਆ ਨਹੀਂ ਅਤੇ ਇਹ ਕੱਪੜੇ ਪਾ ਕੇ ਆਪ ਪਹਿਰੇ ਦਿੰਦੇ ਨੇ, ਅਤੇ ਜਿਸ ਵਕਤ ਇਹਦਾ ਤੁਹਾਡੇ ਪਹਿਰੇ ਅਸੀਂ ਬਥੇਰਾ ਕਿਹਾ ਵੀ ਤੁਹਾਡੇ ਪਹਿਰਾ ਦੇਣ ਵਾਸਤੇ ਸਾਰੇ ਸਿਪਾਹੀ ਖੜ੍ਹੇ ਨੇ, ਇਹ ਮਹਿਲ ਦੇ ਦੁਆਲੇ ਘੁੰਮਦੇ ਨੇ ਤਾਂ ਕਿ ਕੋਈ ਬੰਦਾ ਅੰਦਰ ਨਾ ਦਾਖਲ ਹੋ ਜਾਵੇ, ਤੁਸੀਂ ਮੰਨੇ ਨਹੀਂ ਤੇ ਮੈਂ ਵੀ ਪਹਿਰਾ ਦਊਂ। ਉਹ ਰਾਜਾ ਇੰਨਾ ਭੁੱਲ ਗਿਆ ਕਿ ਉਹਨੂੰ ਚਿੱਤ ਚੇਤਾ ਬਣਾ ਰਿਹਾ ਕਿ ਮੈਂ ਕੌਣ। ਮਿਸਾਲ ਲਿਆ ਕਰਦੇ ਕਿ ਇਸੇ ਤਰ੍ਹਾਂ ਦੇ ਨਾਲ ਇਹ ਜਿਹੜਾ ਜੀਵ ਹੈ ਇਹ ਆਤਮ ਸ਼ਹਿਜਾਦ ਹੈ, ਇਹ ਇੰਨਾ ਭੁੱਲ ਗਿਆ ਆਪਣੇ ਆਪ ਨੂੰ ਕਿ ਆਪਣੇ ਆਪ ਨੂੰ 3.5 ਹੱਥ ਦੀ ਦੇਹ ਮੰਨਣ ਲੱਗ ਗਿਆ ਤੇ ਦੇਹ ਦੇ ਧਰਮਾਂ ਨੂੰ ਆਪਣੇ ਧਰਮ ਮੰਨਣੇ ਸ਼ੁਰੂ ਕਰ ਦਿੱਤੇ। ਅਰ ਇਹਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਮੈਂ ਕੌਣ ਹਾਂ। ਮਹਾਰਾਜ ਕਹਿੰਦੇ ਸੁਣਨੇ ਤੂੰ ਕੌਣ, ਕਹਾਂ ਤੇ ਆਇਆ? ਤੂੰ ਆਪਣੇ ਆਪ ਨੂੰ ਬਹੁਤ ਪੜ੍ਹਿਆ ਲਿਖਿਆ ਕੌਣ ਹੈ, ਸੁਣ ਮੇਰੀ ਗੱਲ, ਤੂੰ ਕੌਣ ਹੈ?
ਕੋਈ ਵੀ ਨਹੀਂ ਦੱਸ ਸਕਦਾ ਕਿ ਮੈਂ ਕੌਣ, ਦੇਖਿਆ ਹੋਵੇ ਆਪਣਾ ਤਾਂ ਦੱਸੇ ਵੀ ਮੈਂ ਫਲਾਣਾ। ਉਹ ਸਰੀਰ ਨੂੰ ਅਸੀਂ ਆਪਣਾ ਆਪ ਕਹਿੰਦੇ ਹਾਂ ਗਲਤੀ ਦੇ ਨਾਲ। ਇਹ ਹੋਇਆ ਕਿਉਂ? ਕਿਉਂਕਿ ਜਿਹੜਾ ਹਉਮੈ ਦਾ ਤੱਤ ਹੈ ਉਹ ਐਡਾ ਜ਼ਬਰਦਸਤ ਹੈ ਕਿ ਇਸ ਜੀਵ ਨੂੰ ਉਹਨੇ ਭੁਲਾਤਾ। ਜੀਵ ਕੀ ਹੈ? ਜੀਵ ਦੀ ਹੋਂਦ ਅਸਤਿਤਵ ਪੱਕਾ ਨਹੀਂ ਹੈ, ਇਹ ਕੇਵਲ ਚੇਤਨ ਸ਼ਕਤੀ ਇਸ ਪ੍ਰਕਿਰਤੀ ਦੇ ਨਾਲ ਰਲ ਕੇ ਕੰਮ ਕਰ ਰਹੀ ਹੈ। ਕਬੀਰ ਨਿਰਮਲ ਬੂੰਦ ਕਾਸ਼ ਕੀ ਮਿਲ ਗਈ ਭੂਮ ਵਿਕਾਰ, ਬਿਨ ਸੰਗਤ ਉਹ ਮਾਨਈ ਹੋਏ ਗਈ ਪਾਤਸ਼ਾਹ। ਵਾਹਿਗੁਰੂ ਨਾਲੋਂ ਸੰਗਤ ਟੁੱਟਣ ਨਾਲ, ਲਿਵ ਟੁੱਟਣ ਨਾਲ ਇਹ ਮਿੱਟੀ ਸਮਝਣਾ ਸ਼ੁਰੂ ਕਰਦਾ ਇਸ, ਆਪਣੇ ਆਪ ਨੂੰ ਜੰਮਣ ਮਰਨ ਵਾਲਾ ਸ਼ੁਰੂ ਕਰ ਦਿੱਤਾ। ਮਹਾਰਾਜ ਕਹਿੰਦੇ ਪਿਆਰੇ ਹੋ, ਜਨਮ ਮਰਨ ਹਾਰੇ ਜੀਰਾ ਨਹੀਂ, ਜੋ ਤੁਸੀਂ ਹੋ ਤੁਸੀਂ ਕਦੇ ਨਹੀਂ ਮਰਦੇ। ਤੁਸੀਂ ਕਰਮਾਂ ਦੇ ਹਿਸਾਬ ਨਾਲ ਕੱਪੜਾ ਬਦਲਦੇ ਹੋ, ਮਰਦੇ ਨਹੀਂ ਹੈ ਕੋਈ ਵੀ, ਕੱਪੜਾ ਬਦਲਦੇ ਹੋ। ਇੱਕ ਵਾਰੀ ਸਵਾਮੀ ਰਾਮ ਤੀਰਥ ਜੀ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਲੈਕਚਰ ਦੇਣ ਗਏ, ਯੂਨੀਵਰਸਿਟੀ ਵਿੱਚ ਲੈਕਚਰ ਦੇ ਰਹੇ ਸੀ, ਅਤੇ ਉੱਥੇ ਇੱਕ ਅਮੈਰੀਕਨ ਬੜਾ ਹੀ ਪ੍ਰਭਾਵਿਤ ਹੋਇਆ, ਕਹਿਣ ਲੱਗਿਆ ਸਵਾਮੀ ਜੀ ਮੇਰੇ ਘਰ ਚਰਨ ਪਾਓ। ਸਵਾਮੀ ਜੀ ਕਹਿਣ ਲੱਗੇ ਆਪਣਾ ਐਡਰੈਸ ਦਿਓ, ਐਡਰੈਸ ਲਿਖਾਉਂਦਾ ਸਵਾਮੀ ਜੀ ਗਏ ਨਾ। ਦੂਸਰੇ ਦਿਨ ਆਇਆ ਕਹਿੰਦਾ ਮੈਂ ਬੜਾ ਇੰਤਜ਼ਾਰ ਕਰਿਆ ਸਵਾਮੀ ਜੀ ਤੁਸੀਂ ਆਏ ਨਾ, ਕਹਿੰਦੇ ਤੇਰਾ ਐਡਰੈਸ ਗਲਤ ਹੈ। ਕਹਿੰਦੇ ਮੇਰਾ ਐਡਰੈਸ ਠੀਕ ਹੈ, ਫਿਰ ਹੋਰ ਦੇਤਾ ਵੀ ਫਲਾਣਾ ਉੱਥੇ ਆਏਗਾ, ਫਲਾਣਾ ਬੋਰਡ ਆਏਗਾ, ਬੱਤੀਆਂ ਆਉਣਗੀਆਂ, ਚੁਰਾ ਹੋਰ ਚੰਗੀ ਤਰ੍ਹਾਂ ਨਕਸ਼ਾ ਬਣਾ ਕੇ ਦੇਤਾ ਸਵਾਮੀ ਜੀ। ਫੇਰ ਮੈਂ ਗਏ, ਤੀਸਰੇ ਦਿਨ ਕਹਿਣ ਲੱਗਿਆ ਸਵਾਮੀ ਜੀ ਮੈਂ ਅੱਜ ਫਿਰ ਆਪਦਾ ਇੰਤਜ਼ਾਰ ਕਰਿਆ, ਆਪ ਆਏ। ਕਹਿਣ ਲੱਗੇ ਤੇਰਾ ਐਡਰੈਸ ਗਲਤ ਸੀ, ਤਾਂ ਨਹੀਂ ਮੈਂ ਆਇਆ। ਕਹਿੰਦਾ ਮੇਰਾ ਐਡਰੈਸ ਬਿਲਕੁਲ ਠੀਕ ਹੈ। ਕਹਿੰਦੇ ਚੰਗਾ ਮੈਨੂੰ ਐਂ ਦੱਸ ਤੂੰ ਕੌਣ ਹੈ? ਕਹਿੰਦਾ ਮੈਂ ਤੁਹਾਡੇ ਸਾਹਮਣੇ ਖੜਾ, ਮੈਂ ਇਹੀ ਹਾਂ। ਕਹਿੰਦੇ ਜੇ ਤੇਰੀਆਂ ਦੋਵੇਂ ਬਾਹਾਂ ਕੱਢ ਕੇ ਇੱਥੇ ਰੱਖ ਦਿੱਤੀਆਂ ਦਿੱਤੀਆਂ ਜਾਣ ਤਾਂ ਤੂੰ ਕੀ ਕਹੇਗਾ? ਕਹਿੰਦਾ ਮੈਂ ਕਹੂੰ ਦੀਦਾਰ ਮਾਈ ਯਾਰ ਚੰਗਾ ਰਿਸ਼ਤੇ, ਅੱਗੇ ਤੇਰੀਆਂ ਦੋਵੇਂ ਲੱਤਾਂ ਕੱਢ ਕੇ ਇੱਧਰ ਰੱਖਤੀਆਂ, ਤੂੰ ਕੀ ਕਹੇਗਾ? ਕਹਿੰਦਾ ਮੈਂ ਕਹੂੰ ਦੀਦਾਰ ਮਾਈ ਲੈਸ। ਕਹਿੰਦੇ ਤੇਰਾ ਹੈਡ ਕੱਟ ਕੇ ਰੱਖ ਦੀਏ ਗਰਦਨ ਤੋਂ, ਤੇ ਧੜ ਰੱਖ ਲਈਏ, ਤੇ ਤੂੰ ਬੋਲਣ ਦੀ ਤਾਕਤ ਰੱਖਦਾ ਹੋਵੇਂ, ਚੱਲ ਫਰਜ਼ ਕਰ ਲੈ ਵੀ ਤੈਨੂੰ ਅਸੀਂ ਕੱਟ ਕੇ ਇਹਦੇ ਟੁਕੜੇ ਕਰਕੇ ਰੱਖਦਾ, ਹੁਣ ਤੂੰ ਕੀ ਲਏਗਾ? ਕਹਿੰਦਾ ਮੈਂ ਤੁਹਾਨੂੰ ਡਿਸਨ ਮਾਈ ਹੈਡ, ਡਿਸਨ ਮਾਈ ਟਰੰਕ, ਡਿਸਨ ਤੀਹ ਹਜ਼ਾਰ ਮਾਈ ਲੈਗ, ਤੀਹ ਹਜ਼ਾਰ ਮਾਈ ਆਰਮਸ। ਕਹਿੰਦੇ ਹੁਣ ਤੂੰ ਕੌਣ ਹੋਇਆ? ਤਾਂ ਮਾਈ ਹੈ ਤੇਰੀ, ਤੂੰ ਤਾਂ ਕੁਛ ਬਣਾ ਹੋਇਆ, ਹੁਣ ਤੈਨੂੰ ਤਾਂ ਆਪਣੇ ਆਪਦਾ ਹੀ ਨਹੀਂ ਪਤਾ ਮੈਂ ਕਿੱਥੇ ਆਉਂਦਾ। ਇਹ ਮਸਾਲਾ ਛੋਟੀਆਂ ਛੋਟੀਆਂ ਸਾਡੇ ਸਮਝਣ ਵਾਸਤੇ, ਜਿੰਨੀ ਦੇਰ ਤੱਕ ਅਸੀਂ ਸਮਝਦੇ ਨਹੀਂ ਹਾਂ ਸਾਡਾ ਜੰਮਣਾ ਮਰਨਾ ਕਦੇ ਵੀ ਖਤਮ ਨਹੀਂ ਹੋਏਗਾ, ਕਿਉਂਕਿ ਗਿਆਨ ਨਹੀਂ ਆਇਆ ਸਰ। ਮਹਾਰਾਜ ਕਹਿੰਦੇ ਕਦੇ ਇਹ ਜੀਵ ਸਤਸੰਗ ਦੇ ਵਿੱਚ ਆ ਜਾਵੇ ਜਿੱਥੇ ਇਹ ਬਾਤਾਂ ਦਾ ਨਿਰਣਾ ਹੁੰਦਾ, ਤਾਂ ਉਹ ਸਤਸੰਗ ਤੇ ਭਾਵ ਹੈ, ਉਸ ਸਥਾਨ ਤੇ ਬਹੁਤ ਨਾਭ ਹੈ, ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਸਥਾਨ ਦਾ ਨਹੀਂ ਮਿਲਾ। ਮਾਤਾ ਨਾਮ ਰਤੇ ਇੱਕ ਰੰਗ ਸਦਾ ਵਸੇ ਪਾਪ ਨਾਮ ਕੇ ਸਨ, ਜਿਉਂ ਜਨਮੇ ਜਾਂ ਰਾਜ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੇ ਸਦ ਕਰਨ। ਮਹਾਰਾਜ ਕਹਿਣ ਲੱਗੇ ਗੋਰਖਨਾਥ ਹਉਮੈ ਤੱਤ ਐਡਾ ਜ਼ਬਰਦਸਤ ਹੈ, ਇਸ ਨੇ ਰੱਬ ਨੂੰ ਸੰਸਾਰ ਬਣਾ ਦਿੱਤਾ, ਔਰ ਬਿਲਕੁਲ ਸੱਚ ਮੰਨ ਲਿਆ ਸਾਰਿਆਂ। ਕੋਈ ਬੰਦਾ ਐਸਾ ਨਹੀਂ ਹੈ ਜਿਹੜਾ ਇਹ ਕਹੇ ਵੀ ਮੈਂ ਸਰੀਰ ਨਹੀਂ ਹਾਂ, ਸਰੀਰ ਮੇਰਾ ਹੈ, ਇਹ ਮੇਰਾ ਵਹੀਕਲ ਹੈ। ਕੋਈ ਆਦਮੀ ਕਾਰ ਵਿੱਚ ਬੈਠਾ ਹੈ, ਉਹਨੂੰ ਤੁਸੀਂ ਪੁੱਛੋ ਕਹੋ ਮੈਂ ਆਹ ਕਾਰ ਹਾਂ, ਮੈਂ ਤਾਂ ਆਹ ਮਰਸਰੀ ਹਾਂ, ਮੈਂ ਫਲਾਣੀ ਕਾਰ ਹਾਂ, ਮੈਂ ਜਿਹੜੀ ਕਾਰ ਦਾ ਨਾਂ ਹੈ ਉਹਦਾ ਨਾਂ ਲੈ ਕੇ
ਸਾਰੇ ਲੋਕ ਅੱਜ ਪੈਣਗੇ ਵੀ ਦੇਖੋ ਇਹ ਕੁੱਤੇ ਦਾ ਦਿਮਾਗ ਨੂੰ ਕੀ ਹੋਇਆ ਰਿਹਾ, ਇਹਨੂੰ ਇਹ ਨੀ ਪਤਾ ਕਿ ਮੈਂ ਕੌਣ। ਪਰ ਜਦੋਂ ਅਸੀਂ ਆਪ ਗੱਲ ਕਰਦੇ ਹਾਂ ਵੀ ਤੂੰ ਕੌਣ ਹੈ, ਸਾਡਾ ਆਲੋ ਹੀ ਅਸੀਂ ਆਪਣੇ ਬੈਂਕਰ ਨੂੰ ਕਹਿ ਰਹੇ ਹਾਂ ਜੀ, ਤਾਂ ਸਾਨੂੰ ਸਰੀਰ ਕਰੋੜਾਂ ਮਿਲ ਚੁੱਕੇ ਨੇ, ਕਈ ਜਨਮ ਪਏ ਗੀਤ ਪਤੰਗਾ, ਕਈ ਜਨਮ ਗੱਲ ਮੀਨ ਕਰਾਂਗਾ, ਕਈ ਜਨਮ ਪੰਛੀ ਸਰਫ ਹੋਇਓ, ਕਈ ਜਨਮ ਹੈਵਰ ਵਿਸ਼, ਕਿਤੇ ਰੁੱਖ ਬਿਰਖਾ ਜੀਨੇ, ਕਿਤੇ ਪਸ਼ੂ ਪਾਏ, ਕਿਤੇ ਨਾਗਪੁਰੀ ਮੇ ਆਏ, ਕਿਤੇ ਬੰਕ ਉੜਾਏ। 83,99,900 ਸਰੀਰ ਪ੍ਰਾਪਤ ਕਰਕੇ ਆਹ ਸਾਨੂੰ ਮਨੁੱਖ ਦਾ ਸਰੀਰ ਮਿਲਿਆ, ਇਹਨੂੰ ਅਸੀਂ ਮੈਂ ਕਰਕੇ ਬਹਿ ਗਏ ਵੀ ਤੂੰ ਤਾਂ ਤੁਰਿਆ ਫਿਰਦਾ, ਤੂੰ ਆਪਣੇ ਆਪ ਨੂੰ ਪਹਿਲਾਂ ਸਮਝ। ਸਮਝ ਕਿਉਂ ਨਹੀਂ ਆਉਂਦੀ? ਕਿਉਂਕਿ ਹਮੇ ਤੱਕ ਜਿਹੜਾ ਉਹ ਤੈਨੂੰ ਸਮਝਣ ਨਹੀਂ ਦਿੰਦਾ। ਉਪਦੇਸ਼ ਲੱਖ ਕਰ ਲੈ, ਕਿਤਾਬਾਂ ਲਾਇਬ੍ਰੇਰੀਆਂ ਪੜ੍ਹ ਲੈ ਜਿੰਨੀਆਂ ਪੜ੍ਹਨੀਆਂ, ਪੜ੍ਹ ਪੜ੍ਹ ਗੱਡੀ ਲੱਗੀ ਹੈ, ਪੜ੍ਹ ਭਰੀਆ ਸਾਫ, ਪੜ੍ਹ ਪੜ੍ਹ ਮੇਰੀ ਪਾਈ ਹੈ, ਪੜ੍ਹ ਪੜ੍ਹ ਗੱਡੀ ਹੈ ਖਰਾਬ, ਪੜ੍ਹਿਆ ਜੇਤੇ ਵਰਸ ਵਰਸ, ਪੜ੍ਹਿਆ ਜੇਤੇ ਮਾਸ ਨਾਨਕ ਲੈ ਕੇ ਇੱਕ, ਪੜ੍ਹਿਆ ਜੇਤੀ ਆ ਜਾ, ਪੜ੍ਹਿਆ ਜੇਤੇ ਸਾਫ ਨਾਨਕ ਲੇਖਾ ਇੱਕ ਗੱਲ। ਮਹਾਰਾਜ ਕਹਿੰਦੇ ਗੱਲ ਤਾਂ ਲਿਖਿਆ ਇੱਕ ਸੀ, ਇਹ ਤੂੰ ਹਮੇ ਦੇ ਝਰਨੇ ਚ ਪੈ ਗਿਆ, ਨਾਨਕ ਲੇਖਾ ਇੱਕ ਗੱਲ ਹੋਰ ਹਮੇ ਝਗੜਾ ਚਾਹ। ਸਾਡਾ ਸਾਰਾ ਜੀਵਨ ਹਮੇ ਦੇ ਝਗੜਾ ਚਾਹ ਦੇ ਵਿੱਚ ਜਾ ਰਿਹਾ ਹੈ। ਮਹਾਰਾਜ ਕਹਿੰਦੇ ਪਿਆਰਿਆ ਤੈਨੂੰ ਬੜੀ ਮੁਸ਼ਕਲ ਦੇ ਨਾਲ ਇਹ ਮਾਨਸ ਦੇ ਮਿਲ ਗਏ, ਜੇ ਤਾਂ ਹੁਣ ਸਮਝ ਗਿਆ ਤੂੰ ਮੈਂ ਲੈਣ ਕੋਲ ਨਹੀਂ ਤਿਆਰ ਹੋ ਜਾ, ਤੈਂ ਕੰਮ ਕੀਤੇ ਨੇ, ਤੈਂ ਗਿਆ ਮੈਂ ਸੇਵਾ ਕਰੀ ਗੁਰਦੁਆਰੇ, ਮੈਂ ਦਾਨ ਕਰਿਆ, ਮੈਂ ਮਾੜੀ ਗੱਲ ਨਾ ਕਰਦਾ ਤੇ ਇਹ ਗੱਲ ਨਹੀਂ ਸੀ ਹੋ ਸਕਦੀ। ਤੂੰ ਆਪਣੇ ਆਪ ਨੂੰ ਵਿੱਚ ਲਿਆ ਹੈ, ਬਾਣੀ ਕਹਿੰਦੀ ਹੈ ਤੂੰ ਆਪਣੇ ਆਪ ਨੂੰ ਕਾਹਨੂੰ ਵਿੱਚ ਲਿਆਉਣਾ, ਇਸ ਦਾ ਬਲ ਨਾਹੀ ਅਹਿਸਾਸ ਕਰਨ ਕਲਾਬ ਨੂੰ ਸਭ ਕੋ ਨਾਥ ਆਗਿਆਕਾਰੀ ਬਬਰਾ ਜੀਓ ਜੋਤ ਪਾਵੈ ਸੋਈ ਜੀਓ। ਤੇਰੇ ਦਾਇਰ ਕੀ ਹੈ? ਤੂੰ ਆਪਣੇ ਆਪ ਨੂੰ ਮੰਨਦਾ ਹੈ, ਉਹ ਮੰਨਣ ਦੇ ਨਾਲ ਸਾਰੇ ਕਰਮ ਚ ਬੁਰੀ, ਉਹ ਕਰਮਾਂ ਦਾ ਨੇਕ ਤੇ ਬਦ ਫਲ ਜਿਹੜਾ ਹੈ ਉਹ ਭੋਗਣ ਵਾਸਤੇ ਫਿਰ ਤੁਰ ਪੈਂਦਾ, ਮੁੜ ਕੇ ਫਿਰ ਚੱਕਰ ਵਿੱਚ ਪੈ ਜਾਂਦਾ ਹੈ। ਇਹ ਚੱਕਰ ਸਾਡੇ ਕਰੋੜਾਂ ਅਸੀਂ ਖਾ ਚੁੱਕੇ ਹਾਂ, ਕਿਉਂਕਿ ਸਾਨੂੰ ਸੋਝ ਹੀ ਨਹੀਂ ਆਉਂਦੀ ਤੇ ਨਾ ਅਸੀਂ ਸੀਰੀਅਸਲੀ ਸੋਚ ਰਹੇ ਹਾਂ ਇਸ ਗੱਲ ਨੂੰ, ਨਾ ਸਾਡੇ ਸਮਝ ਵਿੱਚ ਆਉਂਦੀ ਹੈ ਇਹ ਗੱਲ। ਗੁਰੂ ਕਹਿੰਦੇ ਨੇ, ਅਸੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੋ, ਇਹ ਸਮਰੱਥ ਗੁਰੂ ਹੈ, ਕੋਈ ਇਹਦੇ ਮੁਕਾਬਲੇ ਦਾ ਗੁਰੂ ਹੋਰ ਕੋਈ ਹੈ ਨਹੀਂ। ਬਾਕੀ ਸਾਧੂ ਸੰਤ ਮਹਾਂਪੁਰਸ਼ ਇਸ ਰਸਤੇ ਤੇ ਚਲਾਉਣ ਦੀ ਸਹਾਇਤਾ ਕਰਦੇ ਨੇ ਤੇ ਗੁਰੂ ਮਹਾਰਾਜ ਉਹਦੀ ਇੰਨੀ ਵਡਿਆਈ ਕਰਦੇ ਆ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾ। ਇਸ ਗੁਰੂ ਨੂੰ ਜੇ ਤੁਸੀਂ ਕੇਵਲ ਮੱਥੇ ਟੇਕਣੇ ਨੇ, ਰਮਾਨੇ ਹੀ ਚਾੜਨੇ ਨੇ, ਅਖੰਡ ਪਾਠ ਜੇ ਕਰਾਈ ਜਾਂਦੇ ਨੇ ਆਪਣੇ ਕੰਮਾਂ ਵਾਸਤੇ, ਅਖੰਡ ਪਾਠ ਬਾਣੀ ਇਹ ਹੈ ਕਲਿਆਣ ਕਰਨ ਵਾਲੀ, ਅਸੀਂ ਕਹਿੰਦੇ ਜੀ ਸਾਡੇ ਘਰ ਦੇ ਉੱਤੇ ਵਿਘਨ ਹੈ, ਭਾਈ ਕਹਿੰਦੇ ਨੇ ਸੰਤ ਕਹਿੰਦੇ ਤੂੰ ਅਖੰਡ ਪਾਠ ਚਲਾ ਲੈ, ਦੋਵੇਂ ਗਲਤ। ਨਾ ਉਹਨੇ ਗੁਰੂ ਨੂੰ ਸਮਝਿਆ ਤੇ ਨਾ ਉਹਨੇ ਸਮਝਾਉਣ ਦਾ ਯਤਨ ਕੀਤਾ। ਜਿੰਨੀ ਦੇਰ ਤੱਕ ਅਸੀਂ ਰੀਅਲੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਤੇ ਇਹਦੇ ਵਚਨ ਦੀ ਕਮਾਈ ਨਹੀਂ ਕਰਦੇ, ਅਸੀਂ ਕਿਸੇ ਕਿਨਾਰੇ ਜਾ ਹੀ ਨਹੀਂ ਸਕਦੇ। ਜਿਹਦਾ ਅਸੀਂ ਕਿਸੇ ਸੰਤ ਦੇ ਚੇਲੇ ਹੋਈਏ, ਉਹ ਸਾਨੂੰ ਰੋਕੀ ਜਾਵੇ, ਨਾਲ ਦੀ ਨਾਲ ਦੱਸੀ ਜਾਵੇ। ਹੁਣ ਗੁਰੂ ਗ੍ਰੰਥ ਸਾਹਿਬ ਨੇ ਤਾਂ ਜਨਰਲੀ ਸਾਨੂੰ ਗਾਈਡ ਕਰਨਾ ਹੈ, ਉਹਨੇ ਡਿਊਟੀ ਲਾਤੀ ਗੁਰਸਿੱਖਾਂ ਦੀ। ਜਿਹੜੇ ਰਿਅਲਾਈਜ਼ ਹੋ ਰਹੇ ਵੀ ਤੁਸੀਂ ਦੱਸੋ ਤੇ ਤੁਹਾਡੀ ਪਦਵੀ ਐਡੀ ਹੈ ਕਿ ਮੈਂ ਧੂੜ ਮੰਗਦਾ ਤੁਹਾਡੀ, ਤੇ ਤੁਹਾਡੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ। ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇ, ਪ੍ਰਭ ਹੈ ਮੋਹ ਹੈ ਤਾਸ ਮੈਂ ਰੰਜ ਕਰਾਈ ਪੇ। ਗੁਰੂ ਦਸ਼ਮੇਸ਼ ਪਿਤਾ ਦੇ ਪਾਸ ਸੰਗਤ ਅਰਜ ਕਰਦੀ ਹੈ ਕਿ ਸੱਚੇ ਪਾਤਸ਼ਾਹ ਕਰਮ ਕਿਵੇਂ ਕੰਮ ਕਰਦੇ ਨੇ ਆਪ ਕਿਰਪਾ ਕਰਕੇ ਦੱਸੋ। ਮਹਾਰਾਜ ਕਹਿੰਦੇ ਭਾਈ ਭਾਈ ਦਿਆਲ ਸਿੰਘ ਮੇਰਾ ਰੂਪ ਹੈ,
ਮੇਰੇ ਵਿੱਚ ਤੇ ਭਾਈ ਦਇਆ ਸਿੰਘ ਦੀ ਕੋਈ ਫਰਕ ਨਾ ਸਮਝੋ, ਜਾਂ ਉਹਨਾਂ ਤੇ ਪੁੱਛ ਲਓ ਤੇ ਉਹ ਤੁਹਾਨੂੰ ਨਿਰਣਾ ਕਰਕੇ ਦੱਸ ਦੇਣ। ਤੇ ਗੁਰੂ ਜਿਹੜਾ ਹੈ ਗੁਰਸਿੱਖ ਦੇ ਨਾਲ ਕੋਈ ਭੇਦ ਨਹੀਂ ਹੁੰਦਾ, ਗੁਰੂ ਸਿੱਖ ਜਿਹੜਾ ਹੈ ਗੁਰੂ ਦੇ ਪਿਆਰ ਵਿੱਚ ਅਭੇਦ ਅਵਸਥਾ ਵਿੱਚ ਪਹੁੰਚ ਜਾਇਆ ਕਰਦਾ, ਉਹ ਹਰ ਵਕਤ ਗੁਰੂ ਦੇ ਨਾਲ ਜੁੜਿਆ ਰਹਿੰਦਾ। ਐਸੀਆਂ ਸਾਖੀਆਂ ਹੁੰਦੀਆਂ ਜਿਸ ਵਕਤ ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਕੋਲ ਲਾਹੌਰ ਦਾ ਭਾਈ ਬੁੱਧੂ ਆਉਂਦਾ ਹੈ, ਉਹ ਕਹਿੰਦਾ ਮਹਾਰਾਜ ਕਾਰੋਬਾਰ ਮੈਂ ਬੜਾ ਕਰਦਾ ਪਰ ਮੈਨੂੰ ਮੇਰੇ ਕਾਰੋਬਾਰ 'ਚ ਬਰਕਤ ਨਹੀਂ ਪੈਂਦੀ, ਘਾਟਾ ਪੈਂਦਾ ਤੇ ਮੈਂ ਦਸਵੰਧ ਦਾ ਲੈ ਆਇਆ ਪਰ ਮੇਰਾ ਗੁਜ਼ਾਰਾ ਨਹੀਂ ਚੱਲਦਾ, ਪਾਤਸ਼ਾਹ ਮੇਰੀ ਕੁਲ ਮੈਨੂੰ ਕੋਈ ਜੋਗਾ ਦੱਸੋ। ਮਹਾਰਾਜ ਕਹਿੰਦੇ ਦੇਖੋ ਅਸੀਂ ਤਾਂ ਸਭ ਕੁਛ ਪ੍ਰਗਟ ਕਰ ਲੈਂਦਾ, ਗੁਪਤ ਨਹੀਂ ਰੱਖਿਆ, ਚਾਰ ਪਦਾਰਥ ਜੇ ਕੋ ਮੰਗਿਆ ਸਾਧ ਜਨਾ ਕੀ ਸੇਵਾ ਕਰੇ। ਚਾਰ ਪਦਾਰਥ ਜਿਹੜੇ ਇਹਨਾਂ 'ਚ ਧਨ ਵੀ ਆ ਜਾਂਦਾ, ਮੁਕਤੀ ਵੀ ਆ ਜਾਂਦੀ ਹੈ, ਕਾਮਨਾਵਾਂ ਵੀ ਸਾਰੀਆਂ ਆ ਜਾਂਦੀਆਂ, ਹੋਰ ਚੀਜ਼ਾਂ ਆ ਜਾਂਦੀਆਂ, ਧਰਮ ਅਰਥ ਕਾਮ ਮੋਖ। ਤੇ ਤੂੰ ਇਹ ਗੱਲ ਗੁਰਸਿੱਖਾਂ ਨੂੰ ਕਰ ਲੈ ਜਾ ਤੇ ਉੱਥੇ ਅਰਦਾਸ ਕਰਾ, ਪ੍ਰਸ਼ਾਦ ਛਕਾ ਲਿਆ, ਆਸ਼ੀਰਵਾਦ ਹੋ ਗਿਆ, ਅਰਦਾਸ ਕਰਾ ਦਿੱਤੀ। ਫਿਰ ਇੱਕ ਸਿੱਖ ਨੇ ਬਾਹਰੋਂ ਜਿਹੜਾ ਭੇਦ ਵਸਦਾ ਰਸ, ਉਹ ਕਹਿਣ ਲੱਗਿਆ ਕਿ ਭਾਈ ਬੁੱਧੂ ਤੇਰੇ ਆਵੇ ਕੱਚੇ ਰਹਿਣਗੇ, ਕੱਚੇ ਰਹਿਣਗੇ, ਕੱਚੇ ਰਹਿਣਗੇ। ਸਾਸਾ ਪੈ ਗਿਆ, ਦਰਵਾਜ਼ਾ ਖੋਲਿਆ ਤੇ ਉਸ ਵੇਲੇ ਕਹਿਣ ਲੱਗਿਆ ਤੂੰ ਕਿੱਧਰੋਂ ਆ ਗਿਆ, ਗੁਰੂ ਦਾ ਵੀ ਉੱਤੇ ਹੋ ਗਿਆ, ਸਾਰੀ ਸੰਗਤ ਇੱਕ ਪਾਸੇ ਹੈ ਤੇ ਤੂੰ ਇੱਕ ਪਾਸੇ, ਕਹਿੰਦਾ ਐਵੇਂ ਹੋਏਗਾ। ਸੰਗਾ ਪੈ ਗਿਆ ਤੇ ਗੁਰੂ ਮਹਾਰਾਜ ਕੋਲ ਚਲਿਆ ਗਿਆ। ਮਹਾਰਾਜ ਸੱਚੇ ਪਾਤਸ਼ਾਹ ਆਪਦੇ ਹੁਕਮ ਦੇ ਨਾਲ ਕਾਰਜ ਸਾਰਾ ਸ਼ੁੱਧ ਹੋ ਗਿਆ। ਸੰਗਤ ਨੇ ਬੜੇ ਪ੍ਰਸੰਨ ਹੋ ਕੇ ਅਸੀਸਾਂ ਦਿੱਤੀਆਂ, ਪ੍ਰਸ਼ਾਦਾ ਛਕਿਆ, ਅਰਦਾਸ ਕਰੀ ਤੇ ਸੱਚੇ ਪਾਤਸ਼ਾਹ ਇੱਕ ਸਿੱਖ ਆ ਗਿਆ ਤੇ ਉਹਨੇ ਇਹ ਕਹਿਤਾ ਮੈਂ ਹੁਣ ਆਵਾ ਆਪਣਾ ਦੇਖਿਆ ਮਹਾਰਾਜ ਇੱਟਾਂ ਪਿੱਲੀਆਂ ਨਿਕਲੇ। ਮਹਾਰਾਜ ਕਹਿੰਦੇ ਬੁੱਧੂ ਤੇ ਤੋਂ ਭੁੱਲ ਹੋ ਗਈ ਕੋਈ, ਤੈਂ ਕਿਸੇ ਗੁਰਸਿੱਖ ਨੂੰ ਪ੍ਰਸ਼ਾਦ ਨਹੀਂ ਛਕਾਇਆ, ਗੁਰਸਿੱਖ ਨੂੰ ਤੈਂ ਮਾਨਤਾ ਨਹੀਂ ਦਿੱਤੀ। ਕਹਿਣ ਲੱਗਿਆ ਮਹਾਰਾਜ ਭਾਈ ਲੱਖੂ ਸੀਗਾ, ਜਿਹੜਾ ਡਾਕੇ ਮਾਰਦਾ ਹੁੰਦਾ ਤੇ ਉਹ ਮਹਾਰਾਜ ਕਹਿਣ ਲੱਗੇ ਜਿਹੜਾ ਲੱਖੂ ਤੂੰ ਕਹਿੰਦਾ ਨਾ, ਉਹ ਤਾਂ ਮੇਰੇ ਵਿੱਚ ਹੀ ਰਹਿੰਦਾ, ਹਰ ਵਕਤ ਭੇਦ ਵਸਤਾ ਦਾ ਗੁਰਸਿੱਖ ਹੈ, ਉਹ ਮੇਰੇ ਚਰਨਾਂ ਨਾਲ ਉਹ ਕਦੇ ਵੀ ਅੜ ਨਹੀਂ ਹੁੰਦਾ, ਮੈਂ ਉਹਦੇ ਵਿੱਚ ਰਹਿੰਦਾ ਉਹ ਮੇਰੇ ਵਿੱਚ ਰਹਿੰਦਾ, ਉੱਥੇ ਤਾਂ ਮੈਂ ਹੀ ਬੋਲਿਆ ਸੀ। ਫਿਰ ਪ੍ਰਭ ਜੀ ਵਸੇ ਸਾਧ ਕੀ ਦੱਸਾਂ, ਉਹਦਾ ਵਜਨ ਮੇਰਾ ਹੋ ਗਿਆ ਸਿੱਖ ਦੇ ਨਾਲ। ਮਹਾਰਾਜ ਤੁਸੀਂ ਸਮਰੱਥ ਹੋ, ਕਿਰਪਾ ਕਰੋ ਤੇ ਇਸ ਵਚਨ ਨੂੰ ਨਿਰਭਰ ਕਰ ਦਿਓ। ਮਹਾਰਾਜ ਕਹਿਣ ਲੱਗੇ ਬੁੱਧੂ ਮੈਂ ਗੁਰਸਿੱਖ ਦਾ ਵਚਨ ਨਿਰਭਰ ਨਹੀਂ ਕਰ ਸਕਦਾ ਕਿਉਂਕਿ ਆਦਿ ਜਗਾਤ ਤੋਂ ਇਹ ਰੀਤ ਚੱਲੀ ਆਈ ਹੈ, ਮੇਰਾ ਵਚਨ ਗੁਰੂ ਟਾਲ ਸਿੱਖ ਟਾਲ ਸਕਦਾ ਪਰ ਜਿਹੜਾ ਮੇਰੇ ਵਿੱਚ ਭੇਦ ਹੋਇਆ ਹੋਇਆ ਉਹ ਨਹੀਂ ਟਾਲ, ਮੈਂ ਨਹੀਂ ਉਹਦੇ ਨੂੰ ਟਾਲ ਸਕਦਾ, ਮੇਰਾ ਕੀਤਾ ਹੋਇਆ ਉਹ ਬਦਲ ਸਕਦਾ। ਗੁਰੂ ਨਾਨਕ ਪਾਤਸ਼ਾਹ ਦਿੱਲੀ ਜਮਨਾ ਦੇ ਕੰਢੇ ਜਿੱਥੇ ਵਜਨੂ ਟਿੱਲਾ ਹੈ ਉੱਥੇ ਮਹਾਰਾਜ ਜੀ ਦਾ ਆਸਣ ਲੱਗਿਆ ਹੋਇਆ ਤੇ ਕੋਲ ਹਾਥੀ ਕਾਨਾ ਸੀ। ਅਮਰ ਦੇ ਵੇਲੇ ਰੋਣ ਦੀ ਆਵਾਜ਼ ਆਈ, ਗੁਰੂ ਮਹਾਰਾਜ ਜੀ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਅੰਤਰ ਧਿਆਨ ਹੋ ਰਹੇ ਸੀ। ਮਹਾਰਾਜ ਕਹਿੰਦੇ ਬਰਦਾਨਿਆ ਦੇਖਦਾ ਕੌਣ ਰੋ ਰਿਹਾ ਇਸ ਵੇਲੇ। ਬਰਦਾਨਾ ਗਿਆ ਕਹਿੰਦੇ ਸੱਚੇ ਪਾਤਸ਼ਾਹ ਮਾਵਤ ਸੀ ਉਹ ਇੱਕ ਹਾਥੀ ਦੇ ਉੱਤੇ ਨੌਕਰ ਰੱਖਿਆ ਕਿਉਂਕਿ ਇੱਕ ਹਾਥੀ ਤੇ ਇੱਕ ਮਾਵਤ ਆਉਂਦਾ, ਉਹ ਰੋ ਰਿਹਾ ਮਹਾਰਾਜ ਉਹਦਾ ਹਾਥੀ ਮਰ ਗਿਆ, ਉਹ ਇਸ ਗੱਲ ਤੇ ਵੀ ਮੈਨੂੰ ਹੁਣ ਕੀ ਹੋਏਗਾ, ਨੌਕਰੀ ਮੈਂ ਤੋਂ ਮੈਂ ਜਾਂਦਾ ਰਹਾਂਗਾ, ਬਾਲ ਬੱਚੇ ਰੋਟੀ ਕਿੱਥੋਂ ਖਾਣਗੇ। ਬੜੇ ਦੁਖੀ ਹਿਰਦੇ ਦੇ ਨਾਲ ਬਹੁਤ ਸਾਰੇ ਵਿਰਾਗ ਦੇ ਵਿੱਚ ਮਹਾਰਾਜ ਕਹਿੰਦੇ ਜਾ ਜਾ ਉਹਨੂੰ ਕਹਿ ਦੇ ਵੀ ਹਾਥੀ ਤਾਂ ਜਿਉਂਦਾ ਐਵੇਂ
ਹੋਇਆ ਹੋਇਆ ਜਾਂ ਜਾ ਕੇ ਹਾਥੀ ਨੂੰ ਕਹਿ ਉਹਨੂੰ ਕਹਿੰਦੇ ਵੀ ਹੱਥ ਲਾਵੇ ਅਤੇ ਹਾਥੀ ਨੂੰ ਉਠਾ ਲੈ। ਉਹ ਜਦੋਂ ਉਹ ਹਾਥੀ ਦੇ ਕੋਲ ਗਿਆ ਉਹਨੇ ਲੱਤ ਮਾਰੀ ਤੋਂ ਉੱਠ ਕੇ ਖੜ ਗਿਆ। ਇਹ ਗੱਲ ਸਾਰੇ ਸ਼ਹਿਰ 'ਚ ਫੈਲੀ, ਪਾਤਸ਼ਾਹ ਨੂੰ ਪਤਾ ਲੱਗਿਆ ਅਤੇ ਦੂਸਰੇ ਦਿਨ ਉਹ ਵੀ ਆ ਗਿਆ ਵੀ ਇੱਕ ਦਰਵੇਸ਼ ਆਇਆ ਜਾਂ ਆਇਆ ਜਿਹਨੇ ਮਰਿਆ ਹੋਇਆ ਹਾਥੀ ਜਿਉਂਦਾ ਕਰ। ਗੁਰੂ ਮਹਾਰਾਜ ਕੋਲ ਆ ਗਿਆ, ਕਹਿਣ ਲੱਗਿਆ ਦਰਵੇਸ਼ ਸਾਈਂ ਮੈਂ ਸੁਣਿਆ ਕਿ ਤੂੰ ਹਾਥੀ ਜਿਉਂਦਾ ਕਰਦਾ। ਮਹਾਰਾਜ ਕਹਿੰਦੇ ਬਾਦਸ਼ਾਹ ਇਹ ਮਾਰਨਾ ਅਤੇ ਜਵਾਰਨਾ ਅਕਾਲ ਪੁਰਖ ਦੇ ਆਪਣੇ ਹੱਥ ਵਿੱਚ ਹੋਇਆ ਕਰ। ਕਹਿੰਦਾ ਫਿਰ ਮਾਰ ਕੇ ਦਿਖਾ। ਮਹਾਰਾਜ ਕਹਿੰਦੇ ਇਹ ਤਾਂ ਪਹਿਲਾਂ ਹੀ ਮਰਿਆ ਹੋਇਆ, ਉਹ ਹਾਥੀ ਕਲਾਮ ਕਰਕੇ ਗਿਰ ਗਿਆ। ਕਹਿੰਦਾ ਹੁਣ ਜਿਉਂਦਾ ਕਰਕੇ ਦਿਖਾ। ਮਹਾਰਾਜ ਕਹਿੰਦੇ ਬਾਦਸ਼ਾਹ ਇਹ ਜਿਹੜਾ ਹਾਥੀ ਹੈ ਨਾ ਇਹ ਅਕਾਲ ਪੁਰਖ ਦੇ ਮਾਰਤਾ ਸੀ, ਸਾਧੂ ਨੇ ਇਹਨੂੰ ਬਚਾ ਦਿੱਤਾ। ਅਕਾਲ ਪੁਰਖ ਜਿਹੜੀ ਕੀਤੀ ਹੋਈ ਸਾਧੂ ਹੱਥ ਚੁੱਕ ਰਿਹਾ ਕਰ ਰਹੇ, ਲੇਕਿਨ ਸਾਧੂ ਦਾ ਕੀਤਾ ਹੋਇਆ ਕੋਈ ਦੁਨੀਆਂ ਦੀ ਸ਼ਕਤੀ ਨਹੀਂ ਜਿਹੜੀ ਚੁੱਕ ਲਵੇ। ਹੁਣ ਨਹੀਂ ਇਹ ਜਗਾ ਕੋਈ ਜਿਉਂਦਾ ਕਰ ਸਕਦਾ। ਕਹਿੰਦੇ ਕਿਵੇਂ? ਕਹਿਣ ਲੱਗੇ ਸਾਧੂ ਪਰਮੇਸ਼ਰ ਦੇ ਨਾਲ ਤੱਤਪਰ ਹੋਏ ਹੁੰਦੇ ਨੇ, ਜਿਵੇਂ ਅੱਗ ਦੇ ਵਿੱਚ ਲੋਹਾ ਫਿਰ ਲਓ ਉਹ ਅੱਗ ਦਾ ਹੀ ਰੂਪ ਬਣਿਆ ਹੁੰਦਾ। ਕੋਲੇ ਨੂੰ ਤਾਂ ਚੁੱਕਿਆ ਜਾ ਸਕਦਾ, ਲੇਕਿਨ ਲੋਹੇ ਨੂੰ ਤਾਂ ਹੱਥ ਲਾ ਕੇ ਦੇਖੋ ਕਦੇ ਜਲੇ ਦਾ ਹੱਥ ਚੱਲਦੇ। ਸੋ ਸਾਧੂ ਦੀ ਕੀਤੀ ਹੋਈ ਨਹੀਂ ਕੋਈ ਚੁੱਕਣ ਨੂੰ ਸਮਰੱਥ ਹੁੰਦਾ। ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਕਹਿਣ ਲੱਗੇ ਭਾਈ ਬੁੱਧੂ ਸਿੱਖ ਦਾ ਵਚਨ ਨਿਰਭਰ ਨਹੀਂ ਹੋ ਸਕਦਾ। ਆਦ ਜਗਾਤ ਤੋਂ ਇਹ ਰੀਤ ਚੱਲੀ ਆ। ਇਹ ਤੈਨੂੰ ਪਤਾ ਹੈ ਮਸ਼ਹੂਰ ਰੀਤ ਕਹਾਣੀ ਹੈ ਕਿ ਕ੍ਰਿਸ਼ਨ ਮਹਾਰਾਜ ਜੀ ਦੇ ਕੋਲ ਜਿਹੜੇ ਬੱਚੇ ਸੀ ਸਾਰੇ ਉਹਨਾਂ ਨੂੰ ਤਪ ਭੇਜ ਦਿੱਤਾ ਪ੍ਰਭਾਤ ਖੇਤਰ 'ਚ, ਅਤੇ ਉੱਥੇ ਸਾਧੂ ਆਏ ਹੋਏ ਸੀ ਬੇਅੰਤ, ਹਰ ਸਾਰੇ ਆਉਂਦੇ ਸੀ ਸਾਧੂ। ਅਤੇ ਇਹ ਬੱਚਿਆਂ ਨੂੰ ਕੀ ਸ਼ਰਾਰਤ ਸੁਝੀ ਵੀ ਇਹ ਸਾਧ ਐਵੇਂ ਤੁਰੇ ਫਿਰਦੇ ਨੇ, ਇਹਨਾਂ ਦਾ ਟੈਸਟ ਲਈ। ਇੱਕ ਲੜਕੇ ਦੇ ਪੇਟ ਉੱਤੇ ਬਾਟੀ ਬੰਨ ਦਿੱਤੀ, ਬੀਬੀਆਂ ਦੇ ਕੱਪੜੇ ਪਵਾ ਦਿੱਤੇ, ਤੇ ਇਕੱਲੇ ਇਕੱਲੇ ਸੰਤ ਕੋਲ ਜਾਂਦੇ ਆ ਕੇ ਸੰਤ ਜੀ ਨਮਸਕਾਰ, ਕਿਵੇਂ ਆਇਓ ਬੱਚੇ? ਉਹ ਕਹਿੰਦੇ ਸਮਾਰਾ ਚ ਆ ਬੀਬੀ ਬੜੀ ਸੰਗਦੀ ਹੈ, ਤੁਸੀਂ ਇਹ ਦੱਸੋ ਇਹਦੇ ਲੜਕਾ ਹੋਏਗਾ ਕਿ ਲੜਕੀ ਹੋਈ? ਉਹ ਚੁੱਪ ਕਰ ਜਾਂਦੇ ਨੇ, ਬੱਚਿਆਂ ਦੀ ਆਦਤ ਚਰਚਲ ਹੁੰਦੀ ਹੈ, ਚਲੋ ਕੀ ਹੈ ਟਾਲ ਦੋ। ਚੱਲਦੇ ਚੱਲਦੇ ਦਰਵਾਸੇ ਦੇ ਕੋਲ ਪਹੁੰਚ ਗਏ, ਦਰਵਾਸਾ ਰਿਸ਼ੀ ਇਹਨਾਂ ਦੀ ਗੁਰੂ ਸੀ। ਜਦ ਉਹਨੇ ਦੇਖਿਆ ਵੀ ਇਸ ਕੁੱਲ ਦੇ ਇੰਨੀ ਗੁਸਤਾਖੀ ਆ ਗਈ ਤੇ ਇੰਨਾ ਇਹ ਸਾਧੂਆਂ ਤੋਂ ਦੂਰ ਚਲੇ ਗਏ, ਕਹਿੰਦੇ ਦੱਸੀਏ ਅਸੀਂ, ਕਹਿੰਦੇ ਦੱਸੋ। ਕਹਿੰਦੇ ਇਹਦੇ ਵਿੱਚੋਂ ਉਹ ਪੈਦਾ ਹੋਏਗਾ ਜਿਹੜਾ ਤੁਹਾਡੀ ਕੁੱਲ ਦਾ ਨਾਸ਼ ਕਰੇਗਾ। ਕ੍ਰਿਸ਼ਨ ਮਹਾਰਾਜ ਕੋਲ ਆ ਕੇ ਰੋਣ ਲੱਗ ਗਏ, ਕਹਿੰਦੇ ਮਹਾਰਾਜ ਬਾਟੀ ਬੰਨੀ ਹੋਈ ਸੀ, ਆ ਮੂਸਲ ਨਿਕਲਿਆ ਤੇ ਤੁਸੀਂ ਉਹਦਾ ਜਿਹੜਾ ਵਚਨ ਹੈ ਉਹ ਫੇਰ ਦਿਓ। ਉਹ ਕਹਿਣ ਲੱਗੇ ਵੀ ਮੇਰੇ 'ਚ ਤਾਕਤ ਨਹੀਂ ਹੈ ਵਚਨ ਫੇਰਨ ਦੀ, ਇਹਦਾ ਆਦ ਜਗਾਰ ਤੋਂ ਰੀਤ ਚੁਲੀ ਚਲੀ ਜਾਂਦੀ ਹੈ, ਮੇਰੀ ਮਨ ਦੀ ਭੱਜ ਚਲਾਵੈ ਵਾਧਾ ਭਗਤ ਨਾ ਛੂਟੈ ਹੋਏ, ਇੱਕ ਸਮੇਂ ਹੋ ਪਊਗਾ ਬੰਦੇ ਤੋਫਨ ਹੋ ਪੈ ਜਵਾਬ ਨਾ। ਇਹ ਨਹੀਂ ਮਹਾਰਾਜ ਕਹਿਣ ਲੱਗੇ ਵੀ ਉਹਨੇ ਕੁੱਲ ਦਾ ਨਾਸ਼ ਕਰਾ ਲਿਆ, ਵਚਨ ਤਾਂ ਨਹੀਂ ਨਾ ਬਦਲਿਆ। ਗੁਰੂ ਸਮਰੱਥ ਹੋਇਆ ਕਰਦਾ, ਵਚਨ ਬਦਲ ਸਕਦਾ, ਕੋਈ ਐਸੀ ਬਾਤ ਨਹੀਂ। ਲੇਕਿਨ ਇਹ ਰੀਤ ਹੈ ਸਿੱਖ ਦੀ ਰਸ, ਕਿਉਂਕਿ ਸਿੱਖ ਅਭੇਦ ਅਵਸਥਾ ਦਾ ਹੋਇਆ। ਸੋ ਜਦੋਂ ਸਿੱਖ ਅਭੇਦ ਅਵਸਥਾ ਦਾ ਹੋ ਕੇ ਗੁਰੂ ਦੇ ਰੰਗ ਦੇ ਵਿੱਚ ਰਹਿੰਦਾ ਤੇ ਉਹ ਨਾਮ ਜਪਾਉਂਦਾ, ਮਹਾਰਾਜ ਕਹਿੰਦੇ ਮੈਂ ਉਸਦੀ ਧੂੜੀ ਮੰਗਦਾ ਉਸ ਸਿੱਖ ਦੀ ਜਿਹੜਾ ਆਪ ਹੀ ਨਾਮ ਜਪਦਾ ਤੇ ਦੂਸਰੇ ਹੱਥ ਵੀ ਜਪਾਉਂਦਾ। ਸੋ ਇਸ ਦੇ ਨਾਲ ਸਾਧ ਸੰਗਤ ਜੀ ਮੈਂ ਜਿਹੜੀ ਬੇਨਤੀ ਕਰਦਾ ਸੀ ਉਹ ਇਹ ਸੀ ਕਿ ਇਹ ਜਿਹੜਾ ਜੀਵ ਹੈ ਇਹ ਹਉਮੈ ਦੇ ਕਾਰਨ ਆਪਣੇ ਆਪ ਨੂੰ ਸਰੀਰ ਸਮਝਦਾ,
ਉਹ ਸਰੀਰ ਸਮਝਣ ਦੇ ਨਾਲ ਇਹਨੂੰ ਗਿਆਨ ਨਹੀਂ ਹੁੰਦਾ। ਕਿਉਂ? ਇਹ ਕਰਮ ਕਰਦਾ, ਕਰਮ ਕਰਕੇ ਜਦੋਂ ਕਹਿੰਦਾ ਜਾਵੇ ਜਾਣਾ ਮੈਂ ਕੁਛ ਕਰਤਾ ਤਬ ਲੱਗ ਕਰਮ ਜਨਮੇ, ਫਿਰ ਤਾਂ ਕੌਣ ਕਹਿੰਦਾ ਮੈਂ ਨਹੀਂ ਕਰਨਾ। ਇਹ ਦੀਵਾਰ ਬਣੀ ਹੋਈ ਹੈ ਧਨ ਫਿਰ ਘਰ ਇੱਕ ਹੀ ਸੰਗ ਵਰਸਾ ਵਿੱਚ ਹਮੈ ਪੀਤ ਕਰਾਰੀ, ਗੁਰਪੁਰੇ ਹਮੈ ਪੀਤ ਤੋਰੀ ਜਨ ਨਾਨਕ ਮਿਲੇ। ਗੁਰੂ ਨਾਨਕ ਕਹਿੰਦੇ ਗੋਰਖ ਨਾਥ ਇਹ ਹਮੈ ਕਰਕੇ ਸੰਸਾਰ ਬਣਿਆ ਨਜ਼ਰ ਆਉਂਦਾ, ਇੱਥੇ ਵਾਹਿਗੁਰੂ ਦੇ ਬਗੈਰ ਕੋਈ ਹੈ ਹੀ ਨਹੀਂ। ਉਹ ਆਪ ਹੀ ਹੈ ਗੁਰੂ ਸੰਦੇਸ਼ ਪਿਤਾ ਫਰਮਾਨ ਕਰਦੇ ਆ, ਕਤ ਨੂੰ ਸੁਚੇਤ ਹੋਏ ਕਿ ਚੇਤਨਾ ਕੋ ਜਾ ਕੀ ਹੋ, ਕਤ ਨੂੰ ਅਚਿੰਤ ਹੋਏ ਕਿ ਸੋਤ ਅਚੇਤ ਹੋ, ਕਤ ਨੂੰ ਭਿਖਾਰੀ ਹੋਏ ਕਿ ਮੰਗਤ ਫਿਰਤ ਵੀ, ਕਹੂੰ ਮਹਾਰਾਜ ਹੋਏ ਕਿ ਮੰਗਿਓ ਧਨ ਦੇ ਤੋ, ਕਹੂੰ ਮਹਾਰਾਜ ਕੋਟੀ ਜਿਤਾ ਅਨੰਤ ਜਾ, ਕਹੂੰ ਮਹਾਰਾਜ ਤੇ ਛੀਨ ਛਿਤ ਲੈ ਤੋ, ਕਹੂੰ ਬੇਰੀ, ਕਹੂੰ ਤਰਸ ਵਪਰੀਤ, ਕਹੂੰ ਤਿਰਗੁਣ ਅਤੀਤ, ਕਹੂੰ ਸਰਗੁਣ ਸਮੇਤ। ਉਹ ਆਪ ਹੀ ਹੈ ਹਰ ਥਾਂ ਦੇ ਉੱਤੇ, ਲੇਕਿਨ ਹਉਮੈ ਤੱਤ ਨੇ ਤਿੰਨ ਵਾਰਾਂ ਤੇ, ਇੱਕ ਮੈਂ ਬਣ ਗਿਆ, ਇੱਕ ਆ ਸੰਸਾਰ ਬਣ ਗਿਆ, ਇੱਕ ਵਾਹਿਗੁਰੂ ਬਣ ਗਿਆ। ਗੁਰੂ ਮਹਾਰਾਜ ਕਹਿੰਦੇ ਗੋਰਖ ਨਾਥ ਇਹ ਸੰਸਾਰ ਤਾਂ ਬਣਿਆ ਕਿਉਂਕਿ ਹਉਮੈ ਤੱਤ ਇੱਥੇ ਵਾਹਿਗੁਰੂ ਨੇ ਪੈਦਾ ਕਰਿਆ, ਉਸ ਹਉਮੈ ਦੇ ਅਸਰ ਦੇ ਅਧੀਨ ਸਾਰੇ ਸੰਸਾਰ ਤੁਰਿਆ। ਕਿੰਨੀ ਬੜੀ ਹਉਮੈ ਵੀ ਮੇਰੇ ਵਰਗਾ ਗਿਆਨੀ ਕੋਈ ਨਹੀਂ ਹੈ, ਮੇਰੇ ਵਰਗੇ ਅਰਥ ਨਹੀਂ ਕੋਈ ਕਰਨਾ, ਮੈਂ ਸਭ ਕੁਛ ਜਾਣ ਗਿਆ। ਮਹਾਰਾਜ ਕਹਿੰਦੇ ਸੋ ਜਾਣ ਕਹੇ ਮੈਂ ਜਾਣਿਆ, ਜਿਹੜਾ ਕਹਿੰਦਾ ਮੈਂ ਜਾਣ ਗਿਆ ਮੇਰੇ ਨਾਲ ਉੱਤੇ ਕੋਈ ਨਹੀਂ, ਉਹਦਾ ਹਉਮੈ ਉਹਦਾ ਅੰਧਕਾਰ ਦੇ ਵਿੱਚ ਫਸਿਆ ਹੋਇਆ, ਉਹਦਾ ਨਿਕਲਣ ਦਾ ਕੋਈ ਸਾਧਨ ਨਹੀਂ ਹੈ। ਸੋ ਉਸ ਵੇਲੇ ਮਹਾਰਾਜ ਨੇ ਕਿਹਾ, ਉਹਨੇ ਸਵਾਲ ਕਰਿਆ ਕਿਤ ਕਿਤ ਵਿੰਧ ਜਗ ਉਪਜੇ ਪੁਰਖਾ, ਕਿਤ ਕਿਤ ਵਿੰਧ ਦੁੱਖ ਵਿੰਧ ਸਜਾਈ। ਮਹਾਰਾਜ ਕਹਿੰਦੇ ਹਉਮੈ ਵਿੱਚ ਜਗ ਉਪਜੇ ਪੁਰਖਾ, ਨਾ ਵਿਸਰਿਆ ਦੁੱਖ ਪਾਏ। ਹੁਣ ਜਿਹੜੀ ਮੈਂ ਬੇਨਤੀ ਕਰਨੀ ਸੀ, ਜਿਸ ਨੂੰ ਆਪਣੇ ਬੜੇ ਧਿਆਨ ਨਾਲ ਸਰਵਣ ਕੀਤਾ ਹੈ, ਇਹ ਸੰਸਾਰ ਦੇ ਵਿੱਚ ਮੇਰਾ ਤੇਰਾ ਜਿੰਨਾ ਵੀ ਹੈ, ਇਹੀ ਸਾਨੂੰ ਫਸਾਉਂਦਾ ਤੁਰਿਆ ਫਿਰਦਾ, ਇਹਦਾ ਰਾਜ ਕੀ ਹੈ? ਹੁਣ ਮੈਂ ਇਸ ਗੱਲ ਦਾ ਯਕੀਨ ਕਰੋ, ਮੈਂ ਕਹਿੰਦਾ ਤੇ ਵਾਹਿਗੁਰੂ ਦੇ ਬਗੈਰ ਕੋਈ ਨਹੀਂ। ਗੁਰੂ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਬਗੈਰ ਕੋਈ। ਉਹਨਾਂ ਨੇ ਜਦੋਂ ਮੂਲ ਮੰਤਰ ਦਾ ਪ੍ਰਕਾਸ਼ ਹੋਇਆ ਤੇ ਹੁਕਮ ਹੋਇਆ ਕਿ ਹੇ ਅਰਜ ਤੂੰ ਆਪਣੀ ਮੋਹਰ ਲਾ, ਗੁਰੂ ਨਾਨਕ ਪਾਤਸ਼ਾਹ ਨੇ ਫਰਮਾਨ ਕੀਤਾ ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਉਸੇ ਵੀ ਸੱਚ। ਹੁਣ ਇਹ ਸਾਡੇ ਜਿਹੜੇ ਇੰਟਲੈਕਚੁਅਲ ਲੈਵਲ ਦੇ ਬੰਦੇ ਨੇ, ਇਹਦਾ ਅਰਥ ਇਹ ਕਰਦੇ ਨੇ ਵੀ ਉਹ ਪਹਿਲਾਂ ਵੀ ਸੱਚਾ ਸੀ, ਉਹ ਜਦੋਂ ਜੁਗਾ ਜੁਗਾਂਤਰ ਚੱਲੇ ਫਿਰ ਵੀ ਉਹ ਸੱਚ, ਜਦੋਂ ਹੁਣ ਅੱਜ ਦਾ ਸਮਾਂ ਇਹ ਵੀ ਸੱਚ, ਜਦੋਂ ਕੁਛ ਵੀ ਨਹੀਂ ਰਹੇਗਾ ਫਿਰ ਵੀ ਸੱਚ। ਇਹਦੇ ਵਿੱਚ ਹੋਇਆ ਕੀ? ਉਹ ਇੱਕ ਤਰਫਾ ਅਸੀਂ ਅਰਥ ਕਰ ਦਿੱਤਾ, ਗੁਰੂ ਮਹਾਰਾਜ ਦਾ ਜਿਹੜਾ ਸਿਧਾਂਤ ਸੀ ਉਸ ਨੂੰ ਔਖਾ ਓਲੇ ਕਰਕੇ ਅਸੀਂ ਇਹਦਾ ਵਾਇਆ ਪੀਰੀਆ ਕਰ ਲਿਆ, ਲੇਕਿਨ ਜਿਹੜਾ ਗੁਰੂ ਮਹਾਰਾਜ ਨੇ ਕਿਹਾ ਸੀ ਹੇ ਪ੍ਰਭੂ ਇਹ ਸੰਸਾਰ ਦੇ ਪਹਿਲਾਂ ਵੀ ਤੂੰ ਉੱਤੋਂ ਹੀ ਸੀਗਾ, ਜਦ ਸੰਸਾਰ ਦੇ ਰੂਪ ਵਿੱਚ ਤੂੰ ਪ੍ਰਗਟ ਹੋਇਆ ਉਸ ਵੇਲੇ ਤੂੰ ਹੀ ਹੈ, ਇੱਥੇ ਹੋਰ ਕੋਈ ਹੈ ਨਹੀਂ। ਇਹ ਜਿਹੜੇ ਖੰਡ ਬ੍ਰਹਮੰਡ ਜੋ ਨਜ਼ਰ ਆਉਂਦੇ ਨੇ, ਸੱਚੇ ਤੇਰੇ ਖੰਡ, ਸੱਚੇ ਬ੍ਰਹਮੰਡ, ਸੱਚੇ ਤੇਰੇ ਲੋਕ, ਸੱਚੇ ਅਕਾਰ, ਇਹ ਸਾਰੇ ਹੀ ਸੱਚ ਹੈ। ਤੂੰ ਆਪ ਹੀ ਹੈ, ਆਪ ਸੱਤ ਕੀ ਆ, ਸਭ ਸੱਤ, ਇੱਥੇ ਦੂਜਾ ਨਹੀਂ ਕੋਈ ਤੇਰੇ ਬਿਨਾਂ ਹੈ। ਹੁਣ ਵੀ ਤੂੰ ਹੀ ਹੈ, ਇੱਥੇ ਕੋਈ ਤੇਰੇ ਬਿਨਾਂ ਹੋਰ ਨਹੀਂ ਹੈ, ਅਤੇ ਜਦੋਂ ਕੁਛ ਵੀ ਨਹੀਂ ਹੋਏਗਾ ਉਸ ਵੇਲੇ ਵੀ ਤੂੰ ਹੀ ਹੈ। ਤੂੰ ਆਪ ਹੀ ਸੰਸਾਰ ਦੇ ਅੰਦਰ ਅਨੇਕ ਰੂਪ ਧਾਰ ਕੇ ਪ੍ਰਗਟ ਹੋ ਜਾਂਦਾ, ਦੁਨੀਆਂ ਬਣ ਜਾਂਦਾ, ਅਗਿਆਨ ਧਾਰਨ ਕਰ ਲੈਂਦਾ, ਆਪ ਇਹ ਤੂੰ ਦੂਜਾ ਪਾਸਾ ਹੋ ਜਾਂਦਾ। ਮਹਾਰਾਜ ਦਸ਼ਮੇਸ਼ ਪਿਤਾ ਕਹਿੰਦੇ ਨੇ ਇੱਕ ਮੂਰਤ ਅਨੇਕ ਦਰਸ਼ਨ, ਕੇਵ ਰੂਪ ਅਨੇਕ ਖੇਲ, ਖੇਲ 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 ਅਨੰਤ ਕੋ। ਇਹ ਸਾਡਾ ਸਿਧਾਂਤ ਹੈ ਗੁਰਮੁਖ ਦਾ, ਜਿੱਥੇ ਅਸੀਂ ਪਹੁੰਚਣਾ। ਅੱਜ ਸਾਨੂੰ ਪੁੱਛੇ ਵੀ ਤੁਸੀਂ ਕਿਹੜੀ ਨਵੀਂ ਗੱਲ ਲੈ ਕੇ ਸੰਸਾਰ 'ਚ ਲਈ ਫਿਰਦੇ ਹੋ ਵੀ ਅਸੀਂ ਸਿੱਖ ਹਾਂ,
ਤੁਹਾਡੇ ਕੋਲ ਹੈ ਕਿ ਜਿਹੜੀ ਚੀਜ਼ ਤੋਂ ਦੱਸਣੀ ਹੈ? ਕਹਿੰਦੇ ਸਾਡੇ ਕੋਲ ਹੈ ਨਾਮ ਜਪਣਾ, ਕਿਰਤ ਕਰਨਾ, ਵੰਡ ਛਕਣਾ। ਹੈਰਾਨ ਹੋ ਜਾਂਦਾ ਵੀ ਇਹ ਤਾਂ ਮੈਂ ਉੱਥੇ ਅਮੈਰੀਕਾ ਸੀ, ਉੱਥੇ ਫਲਾਡਾ ਗਿਆ ਬੰਗਲਾਦੇਸ਼, ਉੱਥੇ ਜਿਹੜੇ ਐਕਟਰ ਸੀ ਉਹਨਾਂ ਨੇ 3 ਘੰਟੇ ਦਾ ਪ੍ਰੋਗਰਾਮ ਕਰਿਆ, 12,66,00,000 ਰੁਪਇਆ ਇਕੱਠਾ ਹੋ ਗਿਆ। ਉਹ ਸਾਰੇ ਦਾ ਸਾਰਾ ਦੂਸਰੇ ਦਿਨ ਟੈਲੀਵਿਜ਼ਨ 'ਤੇ ਦਿਖਾ ਰਹੇ ਨੇ ਕਿ ਉਹ ਰਾਸ਼ਨ ਵੰਡ ਰਹੇ ਨੇ, ਰਜਾਈਆਂ ਵੰਡ ਰਹੇ ਨੇ, ਪੈਸਾ ਵੰਡ ਰਹੇ ਨੇ। ਉਹ ਅਸੀਂ ਤਾਂ ਕਦੇ ਵੀ ਨਹੀਂ, ਕਦੇ ਸਾਡਾ ਵੀ ਸੁਣਿਆ ਵੀ ਸਾਡੇ ਬੰਦੇ ਕਿਤੇ ਫਲਾਣੇ ਤੋਂ ਜਾ ਕੇ ਵੰਡ ਰਹੇ ਨੇ। ਉਹ ਵੰਡ ਛੱਡਣ ਵਾਲੀ ਕਿੱਥੇ ਰਹਿ ਗਈ? ਉਹ ਸਾਡੇ ਨਾਲੋਂ ਵੀ ਵੱਧ ਨੇ। ਕਿਰਤ ਕਰਨ ਵਾਲੇ ਸਾਡੇ ਨਾਲੋਂ ਜ਼ਿਆਦਾ ਨੇ, ਅਸੀਂ ਬਕਰੇ ਹੋ ਜਾਂਦੇ ਹਾਂ। ਬਗੈਰ ਕੰਮ ਕਰੇ ਤਾਂ ਅਸੀਂ ਗੁਜ਼ਾਰਾ ਕਰਨਾ ਚਾਹੁੰਦੇ ਹਾਂ, ਲੇਕਿਨ ਜਿਹੜੇ ਕਿਰਤ ਕਰਨ ਵਾਲੇ ਨੇ, ਕਿਰਤ ਦੀ ਮਾਨਤਾ ਗੁਰੂ ਨਾਨਕ ਪਾਤਸ਼ਾਹ ਨੇ ਪਹਿਲੀ ਉਦਾਸੀ ਦਾ ਪਹਿਲਾ ਕਦਮ ਜਿਹੜਾ ਪੁੱਟਿਆ, ਉਹ ਆਪਣੇ ਕਿਰਤ ਦੀ ਮਹਾਨਤਾ ਦੱਸਣ ਵਾਸਤੇ ਕਿਸੇ ਰਾਜੇ ਰਾਣੇ ਕੋਲ ਨਹੀਂ ਗਏ, ਕਿਸੇ ਵੱਡੇ ਪੰਡਿਤ ਕੋਲ ਨਹੀਂ ਗਏ, ਕਿਸੇ ਸੰਤ ਕੋਲ ਨਹੀਂ ਗਏ। ਉਹ ਗਏ ਕਿੱਥੇ? ਜਿੱਥੇ ਇੱਕ ਬੰਦਾ ਕਿਰਤ ਕਰ ਰਿਹਾ ਸੀ, ਲੱਕੜੀ ਦਾ ਕੋਈ ਬੰਦੇ ਬਣਾਉਣੇ, ਕੋਈ ਹੋਰ ਚੀਜ਼ਾਂ ਕਰਨੀਆਂ, ਭਾਈ ਲਾਲ ਉਹਦੇ ਪਾਸ ਪੜਨੇ। ਕਿਰਤ ਦਾ ਮਹਾਨਤਾ ਗੁਰੂ ਨਾਨਕ ਪਾਤਸ਼ਾਹ ਨੇ ਦੱਸੀ। ਸੋ ਇਹ ਤਾਂ ਸਾਰੀ ਦੁਨੀਆ ਹੀ ਕਿਰਤ ਕਰ ਰਹੀ ਹੈ, ਮਗਰੇ ਨਹੀਂ ਹੈਗੇ। ਸਾਡੇ ਇੰਡੀਆ ਜਾ ਕੇ ਦੇਖੋ ਤੁਸੀਂ, ਕੋਈ ਕੰਮ ਕਰਦਾ ਹੀ ਨਹੀਂ, ਸੜਕਾਂ ਦੇ ਉੱਤੇ ਬੈਠੇ ਨੇ, ਉਹ ਚਲਿਆ ਗਿਆ। ਨਾ ਉਹ ਡਿਊਟੀ 'ਤੇ ਆਵੇ, ਨਾ ਉਹ ਕੰਮ ਕਰ, ਕੰਮੇ ਕੋਈ ਨਹੀਂ ਹੋ ਰਿਹਾ, ਦਫ਼ਤਰਾਂ ਚਲੇ ਜਾਓ। ਪਾਠ ਵੀ ਬਥੇਰਾ ਕਰਨਗੇ, ਕਦੇ ਵੀ ਨਹੀਂ ਕੰਮ ਕਿਸੇ ਨਾਲ ਕਰਦੇ, ਕਿਉਂਕਿ ਕਿਸੇ ਦੀ ਮਹਾਨਤਾ ਨਹੀਂ ਹੈ, ਸੁੱਚਤਾ ਨਹੀਂ ਹੈ ਮਨਾਉਂਦੇ ਆ। ਸੋ ਨਾਮ ਜਪਣਾ, ਨਾਮ ਦਾ ਸਾਨੂੰ ਪਤਾ ਹੀ ਨਹੀਂ ਅਸੀਂ ਜਪੀਏ ਕਿਵੇਂ। ਉਹ ਤਿੰਨੇ ਹੀ ਸਿਧਾਂਤ ਜਿਹੜੇ ਨੇ ਸਾਡੇ ਕੋਲ ਗੱਲਾਂ 'ਤੇ ਰਹਿ ਗਏ, ਗੁਰਮੁਖ ਨਾਮ ਦਾ ਇਸ਼ਨਾਨ। ਸਾਨੂੰ ਇਹ ਨਹੀਂ ਪਤਾ ਵੀ ਅਸੀਂ ਪਹੁੰਚਣਾ ਕਿੱਥੇ ਹੈ, ਸਾਡਾ ਅੰਤਮ ਗੋਲ ਕੀ ਹੈ। ਗੁਰੂ ਮਹਾਰਾਜ ਕਹਿੰਦੇ ਬਰਮ ਦੀਸੇ ਬਰਮ ਸੁਣੀਏ, ਇਹ ਬਖਾਣੀਏ ਆਤਮ ਸਾਰਾ ਕਰਨ ਹਾਰਾ ਪ੍ਰਭ ਇਹਨਾਂ ਨਹੀਂ ਕਰ। ਸਾਡਾ ਗੋਲ ਜਿਹੜਾ ਹੈ ਉਹ ਇਹ ਹੈ ਕਿ ਅਸੀਂ ਮਾਇਆ ਦੇ ਛੌਲ ਕੱਟ ਕੇ, ਇਲਿਊਜ਼ਨ ਕੱਟ ਕੇ ਸਹੀ ਸੁਰਤ ਦੇ ਵਿੱਚ ਅਸੀਂ ਨਿਵਾਸ ਕਰਨਾ। ਗੁਰੂ ਨਾਨਕ ਕਹਿੰਦੇ ਭੋਲਿਆ ਹਮੈ ਸੁਰਤ ਵਸਾ, ਤੇਰੀ ਸੁਰਤ ਹਮੇ ਆ ਰਹੀ ਹੈ। ਤੂੰ ਕਹਿੰਦਾ ਮੇਰਾ ਪੁੱਤਰ, ਮੇਰੀ ਧੀ, ਮੇਰਾ ਘਰ, ਮੇਰਾ ਕਾਰੋਬਾਰ, ਤੂੰ ਤਾਂ ਹਮੇ ਦੀ ਸੁਰਤ ਨੇ ਘੇਰ ਲਿਆ। ਇਹਦੇ ਵਿੱਚੋਂ ਨਿਕਲ, ਹਮੇ ਦੀ ਸੁਰਤ ਚੋਂ ਨਿਕਲ ਕੇ ਉਨਵਲੀ ਸੁਰਤ ਚ ਜਾ, ਕੌਸਮਿਕ ਸੁਰਤ ਚ ਜਾ। ਉੱਥੇ ਦੇਖ ਸੰਸਾਰ ਦਾ ਵਰਤਾਰਾ ਕੀ ਹੈ, ਇਹਨੇ ਤੋਂ ਮੇਰੇ ਵਾਰ ਤੋਂ ਮੈਂ ਜੋ ਤਰੀ, ਹਰ ਵੇਲਾ ਵਰਨਾ ਦੇਖੋ ਕੋਈ, ਹਰ ਵੇਲਾ ਵਰਨਾ ਦੇਖੋ ਕੋਈ, ਨਜ਼ਰੀ ਹਰ ਰਿਹਾ ਇਹ ਵੀ ਸੰਸਾਰ ਤੋਂ ਦੇਖਦੇ, ਇਹ ਹਰ ਦਾ ਰੂਪ ਹੈ, ਹਰ ਰੂਪ ਨਜ਼ਰੀ ਹੈ। ਇੱਥੇ ਤਾਂ ਨਹੀਂ ਮੇਰੀ ਤੇਰੀ ਨਹੀਂ ਹੰਡਦੀ, ਹਮੇ ਦੇ ਚੱਕਰ 'ਚ ਪੈ ਰਹੇ ਹੈ। ਸੋ ਉਹ ਹਮੇ ਜਾਂਦੀ ਨਹੀਂ ਹੈ। ਉਸ ਗੁਰੂ ਨਾਨਕ ਪਾਤਸ਼ਾਹ ਦੇ ਸਵਾਲ ਹੋਇਆ ਵੀ ਫਿਰ ਰੀਅਲ ਇਹ ਰੀਅਲਾਈਜ਼ ਕਿਵੇਂ ਕਰੇ? ਮਹਾਰਾਜ ਕਹਿੰਦੇ ਨਾ ਤਾਂ ਇਹ ਸੋਚ ਦਾ ਮਤਲਬ ਸੋਚੀ ਜਾਓ, ਫਿਲਾਸਫੀ ਉਹ ਬੁੱਧੀ ਮੰਡਲ ਤੋਂ ਅੱਗੇ ਨਹੀਂ ਲੱਗਦੀ। ਬੁੱਧੀ ਮੰਡਲ ਲਿਮਿਟ ਦੇ ਵਿੱਚ ਹੈ, ਉਹ ਪ੍ਰਕਿਰਤੀ ਦੀ ਆਖਰੀ ਆਸ ਬੁੱਧੀ ਮੰਡਲ ਪੈਦਾ ਨਹੀਂ ਪਾਰ ਨਹੀਂ ਕਰ ਸਕਦੀ। ਫਿਰ ਸਮਾਧੀਆਂ ਲਾ ਲਓ ਜਿੰਨੀਆਂ ਲਾਉਣੀਆਂ ਨੇ, ਖੋਲਣਾ ਨਹੀਂ ਮਰ ਸਕਦਾ, ਮਨ ਨਹੀਂ ਕਦੇ ਵੀ ਮਰਿਆ ਕਰਦਾ। ਚਾਹੇ 5,000 ਸਾਲ ਦੀ ਸਮਾਧੀ ਲਾ ਲਓ, ਨਹੀਂ ਕਰਦਾ। ਗੁਰੂ ਮਹਾਰਾਜ ਜਦੋਂ ਅੰਮ੍ਰਿਤਸਰ ਦੀ ਸੇਵਾ ਕਰਾ ਰਹੇ ਨੇ, 63 ਯੁੱਗ ਦਾ ਉਹਦੇ ਵਿੱਚ ਜੋਗੀ ਨਿਕਲਿਆ। ਗੁਰੂ ਦਸਵੇਂ ਪਾਤਸ਼ਾਹ ਜਦ ਜੋਗੀ ਪੁਰ ਗਏ, ਉੱਥੇ ਮਹਾਰਾਜ ਨੇ ਦੱਸਿਆ ਵੀ 5,113 ਸਾਲ ਦੀ ਉਮਰ ਹੈ ਜੀ, ਉਹਨੂੰ ਲੱਭੇ ਹੀ ਕੁਛ ਨਹੀਂ ਤਾਂ ਫਿਰ ਇੰਨੀ ਸਮਾਧੀ ਤੋਂ ਬਾਅਦ ਰੀਅਲਾਈਜੇਸ਼ਨ ਹੋ ਜਾਣੀ ਚਾਹੀਦੀ ਸੀ। ਮਹਾਰਾਜ ਕਹਿੰਦੇ ਜੇ ਭੁੱਖ ਉਤਾਰਨ ਵਾਸਤੇ ਭੋਗਾਂ ਦੀ ਫਲਾਸਫੀ ਤੁਸੀਂ ਕਰੋ, ਕਹਿੰਦੇ ਇਹਦੇ ਨਾਲ ਵੀ ਭੁੱਖ ਨਹੀਂ ਉਤਰਦੀ। ਜਿੰਨੀ ਅੱਗ ਦੇ ਵਿੱਚ ਲੱਗਣਾ ਪਾਓਗੇ ਓਨੀ ਹੋਰ ਵਧੇਗੀ।
ਤੇ ਨਾ ਸਹਿਸਿਆਂ ਵੱਲ ਨਾ ਖੋਲੇ ਇਕਲਾ ਚੱਲੇ ਨਾਲ ਰੀਅਲਾਈਜੇਸ਼ਨ ਵਾਸਤੇ ਅਗਲਾ ਮਨ ਤੱਕ ਕਿਤਾਬਾਂ ਨਹੀਂ ਜਾਂਦੀਆਂ। ਸਵਾਲ ਹੋਇਆ ਵੀ ਹੇ ਰਾਣੇ ਫਿਰ ਕੋਈ ਨੰਗਣ ਦਾ ਰਸਤਾ ਤਾਂ ਇਹ ਹੀ ਸੋਚਿਆ ਤੂੰ ਦੁਨੀਆਂ ਨੂੰ ਕੀ ਦੇ ਰਿਹਾ ਕਿਵ ਸਚਿਆਰਾ ਹੋ ਗਈ ਕਿਵ ਕੂੜਾ ਟੁੱਟਾ। ਮਹਾਰਾਜ ਕਹਿੰਦੇ ਸਚਿਆਰ ਹੋਣ ਵਾਸਤੇ ਹੁਕਮ ਰਾਹੀਂ ਚੱਲਣਾ ਨਾਨਕ ਲਿਖਿਆ। ਇਹ ਸਾਰੀ ਕਿਰਿਆ ਜਿੰਨੀ ਸੰਸਾਰ ਦੀ ਹੋ ਰਹੀ ਹੈ ਹੁਕਮ ਦੇ ਅਧੀਨ ਹੋ ਰਹੀ, ਉਹਦੀ ਰਜ਼ਾ ਦੇ ਅਧੀਨ ਹੋ ਰਹੀ ਹੈ। ਤੂੰ ਇਹਦੇ ਵਿੱਚੋਂ ਆਪਣਾ ਆਪ ਕੱਢ ਲੈ, ਹੁਕਮੇ ਬੰਦਾ ਹੋਏਗਾ, ਜਿੱਥੇ ਤੈਨੂੰ ਲਿਜਾਂਦਾ, ਜਿੱਥੇ ਭੇਜਦਾ, ਜੋ ਕੰਮ ਕਰਾਉਂਦਾ ਕਰੀਗਾ, ਆਪਣੀ ਮਾਇਆ ਦਾ ਵਿਚਤਾ। ਹੁਣ ਇਹ ਤਾਂ ਮਹਾਰਾਜ ਨੇ ਕਹਿ ਦਿੱਤਾ ਗਾਹਾਂ ਰਾਜ ਦੱਸਿਆ ਕਿ ਪਿਆਰਿਓ ਇਹ ਗੱਲ ਇੰਨੀ ਸੁਖਾਲੀ ਨਹੀਂ, ਇਹਨਾਂ ਕਿਤਾਬਾਂ ਪੜ੍ਹਿਆ ਤੇ ਜਾਵੇ ਨਾ ਤੀਰਥ ਯਾਤਰਾ ਕੀਤੇ ਤੇ ਜਾਵੇ। ਇਹਦਾ ਇੱਕੋ ਹੀ ਇਲਾਜ ਹੈ ਕਿ ਸੰਸਾਰ ਵਿੱਚ ਜੋ ਨਾਮ ਸ਼ਕਤੀ ਹੈ ਜਦ ਤੱਕ ਉਹ ਤੁਹਾਡੇ ਅੰਦਰ ਪ੍ਰਗਟ ਨਹੀਂ ਹੁੰਦੀ ਉੰਨੀ ਦੇਰ ਤੱਕ ਹਉਮੈ ਦਾ ਨਾਸ਼ ਨਹੀਂ ਹੁੰਦਾ, ਕਿਉਂਕਿ ਦੋਹਾਂ ਦਾ ਵਿਰੋਧ ਪਿਆ ਹੈ। ਹਉਮੈ ਨਾਮੇ ਨਾਲ ਵਿਰੋਧ ਹੈ, ਦੋਹਾਂ ਦਾ ਬਸ ਇੱਕ ਹੈ, ਦੋਹਾਂ ਦਾ ਬਸ ਹੈ। ਹੁਣ ਨਾਮ ਤੈਨੂੰ ਕਿੱਥੋਂ ਮਿਲੇਗਾ, ਨਾਮ ਸ਼ਕਤੀ ਤੇਰੇ ਅੰਦਰ ਪ੍ਰਗਟ ਕਿਹੜੇ ਹੋ। ਤਾਂ ਸਭ ਨੂੰ ਪਤਾ ਵੀ ਧਰਤੀ ਦੇ ਵਿੱਚ ਪਾਣੀ ਹੈ, ਲੇਕਿਨ ਉਹ ਪਤੇ ਦਾ ਕੀ ਕਰੇਗਾ, ਚਾਹੇ 2 ਫੁੱਟ ਗਹਿਰਾ ਹੈ, ਪਿਆਸ ਤਾਂ ਹੋਣ ਲੱਗੀ ਹੋਈ ਹੈ, ਪਾਣੀ ਕਿੱਥੋਂ ਆਜੂਗਾ ਸਾਨੂੰ ਜੇ ਪਤਾ ਹੋਇਆ। ਉਹਦੇ ਵਾਸਤੇ ਐਫਰਟਸ ਕਰਨੇ ਪੈਂਦੇ, ਬੋਰ ਕੀਤਾ, ਬੋਰ ਕਰਕੇ ਉਹਦੇ 'ਚ ਬੋਰ ਪਾਇਆ, ਨਾਲੀਆਂ ਪਾਈਆਂ ਅਤੇ ਹੇਠਾਂ ਫਿਲਟਰ ਪਾਇਆ, ਉਹਦੇ ਬਾਅਦ ਮੋਟਰ ਫਿੱਟ ਕਰੀ, ਕਰੰਟ ਦਿੱਤੀ ਅਤੇ ਉਹ ਬਟਨ ਦੱਬਿਆ, ਪਾਣੀ ਆਇਆ। ਕਿਉਂ ਨਹੀਂ ਆਇਆ, ਕਿਉਂਕਿ ਵਿੱਚ ਗੈਪ ਪਿਆ ਹੋਇਆ, ਉੱਤੋਂ ਪਾਣੀ ਪਾਇਆ, ਉਸ ਪਾਣੀ ਨੇ ਹੇਠਲੇ ਪਾਣੀ ਨਾਲ ਜਦ ਰਲ ਗਿਆ, ਵਾਰ ਵਾਰ ਹਵਾ ਨਿਕਲ ਕੇ ਫੇਰ ਮੁੜ ਕੇ ਬਟਨ ਦੱਬੋ, ਫਟਾਫਟ ਪਾਣੀ ਆ ਜਾਏ। ਸੇਮ ਟੂ ਸੇਮ ਹੈ, ਨਾਮ ਸਾਡੇ ਅੰਦਰ ਪਿਆ, ਨਾਮ ਨੇ ਅੰਮ੍ਰਿਤ ਪ੍ਰਭ ਦਾ ਨਾਮ ਦੇਈ ਮੈਂ ਇਸ ਦਾ ਵਿਸਰਾਮ, ਸੁਣ ਸਮਾਦ ਅਨੰਤ ਹੈ ਨਾਦ ਕਹਿ ਨਾ ਜਾਈ ਚੱਜ ਵਿਸਮਾ। ਲੇਕਿਨ ਉਹ ਨਾਮ ਪ੍ਰਗਟ ਕਿਵੇਂ ਹੋਵੇ, ਨਾਮ ਦਾਰੂ ਸਾਡੇ ਹੱਥ ਵਿੱਚ ਕਿਵੇਂ ਆਵੇ। ਗੁਰੂ ਮਹਾਰਾਜ ਦੱਸਦੇ ਹਨ ਕਿ ਹਰ ਔਖਲ ਸਭ ਘੱਟ ਹੈ ਭਾਈ, ਗੁਰਪੂਰੇ ਨੇ ਬਿਧਰਾ ਹੁੰਦਾ ਹੈ, ਗੁਰਪੂਰੇ ਸੰਜਮ ਕਰ ਲਿਆ ਤਾਂ ਨਾਮ ਫਿਰ ਦੂਰ ਨਾ ਸੀ। ਮਹਾਰਾਜ ਕਹਿੰਦੇ ਇਹ ਜਿਹੜਾ ਨਾਮ ਹੈ, ਜਿੰਨੀ ਦੇਰ ਤੱਕ ਤੂੰ ਸਵਰਥ ਗੁਰੂ ਦੀ ਸ਼ਰਨ ਕਬੂਲ ਨਹੀਂ ਕਰਨਾ, ਓਨੀ ਦੇਰ ਤੱਕ ਤੈਨੂੰ ਨਾਮ ਦੀ ਸੋਝੀ ਨਹੀਂ ਆਈ, ਤੇ ਨਾ ਤੈਨੂੰ ਨਾਮ ਦਾ ਤਰੀਕਾ ਆਉਣਾ ਵੀ ਨਾਮ ਪ੍ਰਗਟ ਮੈਂ ਕਿਵੇਂ ਕਰਾਂ। ਸਾਡੇ ਜੋ ਗੁਰੂ ਦੇਸ਼ ਪਿਤਾ ਨੇ ਸਾਨੂੰ ਰਸਤੇ 'ਚ ਪਾਇਆ ਹੈ ਉਹ ਇਹ ਹੈ ਕਿ ਪਿਆਰੇ ਗੁਰੂ ਧਾਰਨ ਕਰੋ। ਜਦ ਤੱਕ ਤੁਸੀਂ ਕਹਿੰਦੇ ਗੁਰੂ ਦਾ ਗੁਰੂ ਗ੍ਰੰਥ ਸਾਹਿਬ, ਬਈ ਜਦੋਂ ਤੱਕ ਤੁਸੀਂ ਮੰਤਰ ਨਹੀਂ ਲੈਂਦੇ ਗੁਰੂ ਦਾ ਤੁਹਾਡਾ ਸੰਬੰਧ ਕਿਵੇਂ ਜੁੜ ਗਿਆ। ਕਿਸੇ ਨੇ ਰਾਧਾ ਸਵਾਮੀ ਬਣਨਾ ਹੋਵੇ, ਰਾਧਾ ਸਵਾਮੀ ਮੰਤਰ ਲੈਣਾ ਪੈਂਦਾ ਹੈ, ਤਾਂ ਉਹ ਰਾਧਾ ਸਵਾਮੀ ਕਹੋ। ਕਿਸੇ ਗੁਰੂ ਕੋਲ ਜਾਓ, ਕਹਿੰਦਾ ਜੀ ਮੇਰਾ ਗੁਰੂ ਤਾਂ ਫਲਾਣ ਹੈ, ਅਸੀਂ ਮੱਥੇ ਦੇ ਕੇ ਨਹੀਂ ਬਣ ਸਕਦੇ, ਸਪੈਂਡ ਕਰਕੇ ਨਹੀਂ ਬਣ ਸਕਦੇ। ਜਦ ਤੱਕ ਅਸੀਂ ਗੁਰੂ ਦਾ ਮੰਤਰ ਪ੍ਰੋਪਰ ਵੇ ਨਾਲ ਨਹੀਂ ਲੈਂਦੇ, ਅਸੀਂ ਆਪਣੇ ਆਪ ਨੂੰ ਜੋੜ ਨਹੀਂ ਸਕਦੇ। ਸਾਡੀ ਸ਼ਕਲ ਜ਼ਰੂਰ ਸਿਖਾਉਣੀ ਹੈ, ਆਪੇ ਹੀ ਅਸੀਂ ਕਹੀ ਜਾਂਦੇ ਹਾਂ ਜੀ ਸਾਡੇ ਗੁਰੂ ਨੇ, ਵੀ ਗੁਰੂ ਦਾ ਜਿਹੜਾ ਤੈਨੂੰ ਚੀਜ਼ ਦਾ ਜੇ ਮਿਲੀ ਨੇ ਗੁਰੂ ਕੋਲ ਕੀ ਹੈ, ਸਤਿਗੁਰ ਕੀ ਸੇਵਾ ਲੱਗਿਆ ਕਰ ਰਤਨ ਦੇਵਾ ਪ੍ਰਕਾਸ਼, ਮੇਰੇ ਸਤਿਗੁਰ ਨਾਉ ਨਾ ਪਾਈ ਹੈ ਬੁੱਝੋ ਕਰ ਵਿਚਾਰ, ਨਾਨਕ ਪੂਰੇ ਭਾਗ ਸਤਿਗੁਰ ਮਿਲੇ ਸੁੱਖ ਪਾਏ ਜੋ ਵਿਚਾਰ। ਸਾਡਾ ਜੋ ਤਰੀਕਾ ਹੈ ਉਹ ਇਹ ਹੈ ਕਿ ਸਾਨੂੰ ਪੰਜ ਪਿਆਰਿਆਂ ਦੇ ਪੇਸ਼ ਹੋਣਾ ਪੈਂਦਾ, ਉਸ ਵੇਲੇ ਉਹ ਮਾਹੌਲ ਬਣਾਉਂਦੇ ਨੇ, ਤਿਆਰ ਕਰਦੇ ਆ, ਜਿਹਨੂੰ ਅਸੀਂ ਅੰਮ੍ਰਿਤ ਕਹਿੰਦੇ ਹਾਂ, ਉਹ ਅੰਮ੍ਰਿਤ ਛਕਾਉਂਦੇ ਨੇ ਤੇ ਬਾਹਰੋਂ ਨੱਸਦੇ ਨੇ ਵੀ ਤੈਨੂੰ ਅਸੀਂ ਮੰਤਰ ਦਿੰਦੇ ਹਾਂ, ਇਹਦੇ ਨਾਲ ਤੇਰੇ ਅੰਦਰੋਂ ਨਾਮ ਪ੍ਰਗਟ ਹੋ ਜਾਏ। ਉਹ ਵਾਹਿਗੁਰੂ ਮੰਤਰ ਦਿੰਦੇ, ਵਾਹਿਗੁਰੂ ਮੰਤਰ ਦਾ ਅਭਿਆਸ ਕਰਦੇ ਹਾਂ, ਵਾਰ ਵਾਰ ਅਭਿਆਸ ਕਰਦੇ ਹਾਂ, ਉਹਦੇ ਸਾਨੂੰ
ਰਿਕੇ ਲੱਗਦੇ ਨੇ, ਉਹ ਸਿਰੇ ਨਹੀਂ ਪਹੁੰਚਦਾ, ਪਤਾ ਨਹੀਂ ਲੱਗਦਾ, ਉਹਦੀਆਂ ਰਹਿਤਾਂ ਹੁੰਦੀਆਂ ਨੇ, ਜਿੰਨੀ ਦੇਰ ਤੱਕ ਅਸੀਂ ਉਹ ਰਹਿਤਾਂ ਨਹੀਂ ਰੱਖਦੇ, ਜਿਹਦੇ ਨਾਲ ਨਾਮ ਪ੍ਰਫੁੱਲਤ ਹੋਵੇ, ਨਹੀਂ ਨਾਮ ਪ੍ਰਫੁੱਲਤ। ਸੋ ਇਸ ਕਰਕੇ ਸਾਡੇ ਇਹ ਹੈ ਕਿ ਫਿਰ ਉਹ ਮੰਤਰ ਦੇ ਨਾਲ ਅਸੀਂ ਅੰਦਰ ਦਾਖਲ ਹੁੰਦੇ ਹਾਂ, ਅੰਦਰ ਵਾਹਿਗੁਰੂ ਜੀ ਬੈਠੇ ਨੇ, ਅੰਦਰ ਨਾਮ ਹੈ, ਨੌਵੇਂ ਦਾ ਵਰਤ ਪ੍ਰਾਪਤ ਦਾ ਨਾਮ, ਅੰਦਰ ਪਰਮੇਸ਼ਵਰ ਦਾ ਸਥਾਨ ਹੈ, ਕਾਇਆ ਨਗਰ ਨਗਰ ਗੜ ਅੰਦਰ, ਸਾਚਾ ਵਾਸਾ ਪੁਰ ਗਗਨ ਅੰਦਰ, ਅਸਲ ਸਥਾਨ ਸਦਾ ਨਰਮਾਇਣ ਆਪੇ ਆਪ ਪਾਏ, ਅੰਦਰ ਕੋਟ ਛੱਜੇ ਹੱਟ ਨਾਲੇ, ਆਪੇ ਲੇਵੇ ਬਸ ਸਮਾਲੇ, ਬਜਰ ਕਪਾਟ ਜਿਹੜੇ ਜਰ ਜਾਣੇ, ਗੁਰ ਸ਼ਬਦ ਦੀ ਕਲਾ। ਜੋ ਸਾਨੂੰ ਸ਼ਬਦ ਮਿਲਿਆ ਉਹਦੇ ਨਾਲ ਅੰਦਰਲਾ ਮਨ ਜਿਹੜਾ ਹੈ ਬਜਰ ਕਪਾਟ ਉਹ ਖੁੱਲ ਜਾਇਆ ਕਰ, ਤੇ ਇਸ ਤੋਂ ਬਾਅਦ ਜਦੋਂ ਖੁੱਲ ਗਿਆ ਹੋਰ ਤਰੱਕੀ ਕਰੀ, ਪੀਤਰ ਕੋਟ ਗੁਫਾ ਕਰ ਜਾਈ, ਨੌਗਰ ਥਾਪੇ ਹੁਕਮ ਲਗਾਈ, ਹੁਣ ਅੱਖਾਂ ਆਪਣੇ ਆਪ ਨਹੀਂ ਦੇਖਦੀਆਂ, ਹੁਕਮ ਵਿੱਚ ਆ ਗਏ, ਕੰਨ ਨਿੰਦਿਆ ਨਹੀਂ ਸੁਣਦੇ, ਚੁਗਲੀਆਂ ਨਹੀਂ ਸੁਣਦੇ, ਚੰਗੇ ਨਹੀਂ ਲੱਗਦੇ, ਨਾਮ ਦੀ ਧੁਨ ਸੁਣਦੇ, ਰਸਨਾ ਜਿਹੜੀ ਹੈ ਮੀਰ ਮਾਸ ਮੱਛੀਆਂ ਨਹੀਂ ਖਾਂਦੀ, ਉਹ ਨਾਮ ਦਾ ਰਸ ਇਹਨੂੰ ਚੜ੍ਹਦਾ, ਤੇ ਅੰਦਰੋਂ ਰਸ ਦੀ ਪ੍ਰਾਪਤੀ ਕਰਦਾ, ਜਿਹੜੀ ਭੁੱਖ ਸੀ ਰਸ ਮਾਰਨ ਦੀ ਉਹ ਖਤਮ ਹੋ ਗਈ, ਕੰਨਾਂ ਨੂੰ ਬਾਹਰੋਂ ਸੁਣਨ ਦੀ ਲੋੜ ਨਹੀਂ, ਕੰਨਾਂ ਦੇ ਅੰਦਰ ਹੀ ਐਸਾ ਨਾਮ ਹੋ ਗਿਆ ਜਿਹੜਾ ਇਸ ਨੂੰ ਹਰ ਵਕਤ ਮਸਤ ਰੱਖਦਾ। ਕਹਿੰਦੇ ਨੌਗਰ ਥਾਪੇ ਹੁਕਮ ਜਾਈ, ਦਸਵੇਂ ਪੁਰਖ ਰੇਖ ਬਾਰੀ, ਆਪੇ ਲੱਖ ਲਿਖਾਇਆ, ਉਹ ਆਪਣੇ ਆਪੇ ਆਪਣੀ ਖੋਜ ਕਰੋ, ਆਪੇ ਹੀ ਪਤਾ ਲੱਗ ਜਾਏਗਾ ਕਿ ਮੈਂ ਕੀ ਹਾਂ। ਇਹਨਾਂ ਦਾ ਮੰਨ ਲਓ ਸਾਧ ਸੰਗਤ ਜੀ ਕਿ ਅਸੀਂ ਸਰੀਰ ਨਹੀਂ ਹਾਂ, ਅਸੀਂ ਇਹਦੇ ਵਿੱਚ ਰਹਿਣ ਵਾਲੇ ਜੀਵ ਹਾਂ, ਅਸੀਂ ਜੀਵ ਹਾਂ, ਅਸੀਂ ਆਪਣਾ ਪਤਾ ਕਿਵੇਂ ਕਰਾਉਣਾ? ਮਹਾਰਾਜ ਕਹਿੰਦੇ ਨਾਮ ਤੇ ਬਗੈਰ ਨਹੀਂ ਹੁੰਦਾ, ਬਾਕੀ ਸਾਧਨ ਜਿਹੜੇ ਸਮਿਆਂ ਦੇ ਸੀ ਪਹਿਲੇ ਉਹ ਖਤਮ ਹੋ ਗਏ, ਉਹਨਾਂ ਦੀ ਵੈਲਿਊ ਨਹੀਂ ਰਹੀ। ਸਤਯੁਗ ਦੇ ਅੰਦਰ 10,000 ਸਾਲ ਤਪੱਸਿਆ ਕੀਤ ਕਰੇ, ਤ੍ਰੇਤੇ ਯੁਗ ਦੀ 1,000 ਸਾਲ ਦੀ ਤਪੱਸਿਆ ਦੇ ਬਰਾਬਰ ਹੁੰਦਾ, 100 ਸਾਲ ਦੀ ਤਪੱਸਿਆ ਦੁਆਪਰ ਦੇ ਵਿੱਚ ਸਤਯੁਗ ਦੀ 10,000 ਸਾਲ ਦੀ ਤਪੱਸਿਆ ਦੇ ਬਰਾਬਰ ਹੁੰਦਾ। ਕਲਯੁਗ ਦੇ ਅੰਦਰ ਕਿੰਨਾ ਕਨਸੈਸ਼ਨ ਦੇਤਾ, ਜੇ ਇੱਥੇ ਭਲਾਉਣ ਵਾਲੀਆਂ ਚੀਜ਼ਾਂ ਨੇ, ਟੈਲੀਵਿਜ਼ਨ ਆ ਗਈਆਂ, ਟੁਰਬੇ ਅੰਤ ਲਿਟਰੇਚਰ ਆ ਗਿਆ, ਪੈਸੇ ਦੀ ਦੌੜ ਵਿੱਚ ਅਸੀਂ ਪੈ ਗਏ, ਸਾਡਾ ਆਧਾਰ ਕਿਵੇਂ ਹੋ? ਮਹਾਰਾਜ ਕਹਿੰਦੇ ਪਿਆਰੇ ਬੇਦਿਲ ਨਾ ਹੋ, ਐਸੀ ਚੀਜ਼ ਕਲਯੁਗ ਵਿੱਚ ਆ ਗਈ, ਤਾਂ ਕੇਵਲ ਨਾਮ ਉਧਾਰ, ਇਹਦੇ ਵਿੱਚ ਨਾਮ ਨੇ ਉਧਾਰ ਕਰਨੇ, ਤੇ ਇੱਕ ਘੜੀ ਦੀ ਕੀਤੀ ਵਾਲੀ ਸੰਗਤ 24.5 ਮਿੰਟ ਦੀ 10,000 ਸਾਲ ਦੀ ਤਪੱਸਿਆ ਦੇ ਬਰਾਬਰ, ਐਵੇਂ ਨਹੀਂ ਤੁਸੀਂ ਬੈਠੇ, ਬਹੁਤ ਭਾਰਾ ਤੁਸੀਂ ਫਲ ਪ੍ਰਾਪਤ ਕਰੇ ਹੋ, ਕਈ ਕੋਟਕ ਜਗ ਫਲਾਂ ਸੁਣ ਗਾਵਣ ਹਾਰੇ ਰਾਮ, ਕਈ ਕਰੋੜ ਜਗ੍ਹਾ ਦਾ ਫਲ ਤੁਸੀਂ ਪ੍ਰਾਪਤ ਕਰ ਰਹੇ ਹੋ, ਜਿਹਦੇ ਨਾਲ ਅੰਦਰ ਜਾਗ ਪੈਦਾ ਹੁੰਦੀ ਹੈ, ਰੋਚਾ ਲੱਗਦੀ ਹੈ, ਨਾਮ ਜਪਣ ਦੀ ਰੁਚੀ ਲੱਗਦੀ ਹੈ, ਗੁਰੂ ਨਾਲ ਸਾਡਾ ਸੰਬੰਧ ਜੁੜਦਾ। ਸੋ ਇਸ ਕਰਕੇ ਅੰਦਰ ਜਿਹੜਾ ਹੈ ਸਾਨੂੰ, ਜਦ ਅਸੀਂ ਇਸ ਤਰ੍ਹਾਂ ਨਾਲ ਕਰਦੇ ਹਾਂ ਤਾਂ ਅੰਦਰ ਖੁੱਲਦਾ ਹੈ ਸਾਡਾ, ਅੰਦਰ ਜਿਹੜਾ ਹੈ 9 ਦਰਵਾਜੇ ਖਾਇਆ ਕੋਟ ਹੈ, 10ਵਾਂ ਗੁਪਤ ਰਖੀਜਾ, ਬੱਜਰ ਕਪਾਟ ਨਾ ਗੁਰ ਨਹੀਂ, ਗੁਰ ਸ਼ਬਦ ਕਲੀਟ ਹੈ, ਗੁਰੂ ਦੇ ਸ਼ਬਦ ਦਾ ਜਾਪ ਕਰਨਾ, ਅਸੀਂ ਰੁਕ ਕਿੱਥੇ ਗਏ? ਬਜਰ ਕਪਾਟ ਕਿਵੇਂ ਖੁੱਲਣ? 5 ਬਾਣੀਆਂ ਵੀ ਅਸੀਂ ਪੜ੍ਹ ਲਏ, ਉਹ ਵੀ ਛੋਟੀਆਂ ਹੀ ਬਣਾ ਦਿੱਤੀਆਂ, ਦਿਨੋਂ ਦਿਨ ਕੁਛ ਹੋਰ ਹੀ ਹੁੰਦਾ ਜਾਂਦਾ, ਉਹ ਬਾਣੀਆਂ ਦਾ ਝਾੜੂ ਦੇਣ ਵਾਸਤੇ ਨੇ, ਤਾਂ ਕਿ ਅਸੀਂ ਸਾਡੇ ਖਿਆਲ ਜਿਹੜੇ ਉਲਝੇ ਹੋਏ ਨੇ ਉਹ ਟਿਕ ਜਾਣ। ਅੰਦਰ ਦਾ ਨਾਮ ਤੋਂ ਬਗੈਰ ਨਹੀਂ ਜਾ ਹੁੰਦਾ, ਨਾਮ ਦੀ ਧੁਨ ਸਭ ਦੇ ਅੰਦਰ ਚੱਲਦੀ ਹੈ, ਉਸ ਧੁਨ ਨੂੰ ਫੜਨਾ ਪੈਣਾ, ਉਹ ਧੁਨ ਦੇ ਨਾਲ ਅੰਦਰ ਚੜ੍ਹਾਈ ਕਰਨੀ ਹੈ, ਜਿਉਂ ਜਿਉਂ ਚੜ੍ਹਾਈ ਕਰੂਗਾ ਬਜਰ ਗਵਾਤ ਨਾਲ ਖੁੱਲਣੀ, ਗੁਰ ਸ਼ਬਦ ਲਿਖਿਆ, ਗੁਰੂ ਦੇ ਸ਼ਬਦ ਦੇ ਨਾਲ ਉਹ ਖੁੱਲ ਜਾਣੇ, ਫਿਰ ਐਵੇਂ ਨਹੀਂ ਹੈ ਵੀ ਇਮੈਜੀਨੇਸ਼ਨ ਹੈ, ਮੇਅਰ ਏ ਕੰਸੈਪਸ਼ਨ ਹੈ, ਉਹ ਪ੍ਰੈਕਟੀਕਲ ਹੈ, ਆਹ ਦਰਵਾਜ਼ੇ ਧੁਨ ਵੱਜਦੇ ਗੁਰ ਸ਼ਬਦ ਸੁਣੀ ਜਾਏ।
ਫਿਰ ਪ੍ਰਕਾਸ਼ ਹੈ ਉੱਥੇ ਹੈ, ਪ੍ਰਕਾਸ਼ ਬਣ ਗਿਆ ਨੀ, ਉੱਥੇ ਗਿਆਨ ਦਾ ਅਨੁਭਵ ਦਾ ਪ੍ਰਕਾਸ਼ ਹੈ। ਚਿਤ ਘਟ ਅੰਤਰ ਕਰਨ ਚਲਣਾ ਕਰ ਭਗਤ ਮਲੀਕ ਹੈ। ਸਮੇਂ ਇੱਕ ਉਹ ਵਕਤ ਦਾ ਦਿਸਿਆ ਕਿ ਵੀ ਸਾਰਿਆਂ ਦੇ ਅੰਦਰ ਵਾਹਿਗੁਰੂ ਹੈ ਜਿਹਨੂੰ ਮੈਂ ਟੋਲਦਾ ਫਿਰਦਾ ਸੀ। ਆਪੇ ਰਚਨ ਰਚਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਹੈ। ਮਹਾਰਾਜ ਕਹਿ ਰਿਹਾ ਕਰੂ ਆਇਓ ਰੇ ਇੱਕ ਨਾਮ ਬਹੋ ਬਹੋ ਆਨ ਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ। ਬੜੇ ਪਿਆਰ ਦੇ ਨਾਲ ਸਮਝਾਉਂਦੇ ਨੇ ਕੇ ਬੰਦਗੀ ਕਰੋ, ਨਾਮ ਜਪੋ, ਨਾਮ ਜਪੋ, ਨਾਮ ਦੇ ਭੇਤਾਂ ਨੂੰ ਜਾਣੋ, ਨਾਮ ਕਿਵੇਂ ਤਰੱਕੀ ਕਰਦਾ, ਨਾਮ ਦੀ ਔਹਦ ਕੀ ਹੁੰਦੀ ਹੈ, ਨਾਮ ਦੀਆਂ ਪ੍ਰਾਪਤੀਆਂ ਕੀ ਹੁੰਦੀਆਂ, ਨਾਮ ਕਰਦਾ ਕੀ ਹੈ। ਕਹਿੰਦੇ ਹਰ ਹਰ ਅੰਮ੍ਰਿਤ ਨਾਮ ਹੈ ਮੇਰੀ ਜਿੰਦਗੀ, ਹਰ ਅੰਮ੍ਰਿਤ ਗੁਰਮਤ ਪਾਏ ਨਾਮ, ਗੁਰੂ ਦੀ ਮਤ ਧਾਰ ਕੇ ਨਾਮ ਦੀ ਪ੍ਰਾਪਤੀ ਹੋਣੀ। ਇਹਦੇ ਕਰਨਾ ਕੀ ਹੈ, ਹਉਮੈ ਮਾਇਆ ਵਿਖ ਹੈ ਮੇਰੀ ਜਿੰਦਗੀ, ਹਰ ਅੰਮ੍ਰਿਤ ਵਿਖ ਲੈ ਜਾਏ। ਜਿਹਨੂੰ ਜੈਰ ਚੜੀ ਹੋਵੇ ਉਹਦੀ ਅਗਲੇ ਨੀ ਟਿਕਾਣੀ ਆਉਂਦੀ, ਹੋਸ਼ ਹੀ ਨਹੀਂ ਆਉਂਦੀ। ਉਹ ਮਾਇਆ ਦੀ ਜਹਿਰ ਚੜ ਗਈ, ਤਿੰਨ ਗੁਣ ਰਜੋ ਗੁਣ ਤਮੋ ਗੁਣ ਸਦੋ ਗੁਣ ਪ੍ਰਕਿਰਤੀ ਦੇ ਬੰਦੇ ਦੀ ਹੋਸ਼ ਖਵਾ ਦਿੱਤੀ। ਇਹ ਤਿੰਨਾਂ ਗੁਣਾਂ ਚ ਹੋਇਆ ਕੀ, ਤੇ ਇਹ ਗੁਣੀ ਸੰਸਾਰ ਭਰ ਨੂੰ ਸੁੱਤਾ ਸੁੱਤਿਆ ਰਹਿਣ ਵਿਆਹੀ, ਸਾਡੀ ਉਮਰ ਲੰਘਦੀ ਚਲੀ ਜਾ ਰਹੀ ਹੈ। ਮਹਾਰਾਜ ਕਹਿੰਦੇ ਭੁੱਲ ਗਿਆ ਕਦੇ ਤਾਂ ਜਾ, ਦਿਨ ਤੇ ਪਹਿਰ ਪਹਿਰ ਤੇ ਕਰੀਆਂ ਆਪ ਕਦੇ ਤਾਂ ਛੀਜਿਆ, ਇਹ ਤਾਂ ਲੰਘ ਜਾਣਾ ਸਾਰਾ ਸਮਾਂ, ਤੂੰ ਅਜੇ ਵੀ ਹੋ ਗਿਆ। ਸਾਡੇ ਖਿਆਲ ਆਉਂਦਾ ਵੀ ਬੜਾ ਅਫਸੋਸ ਹੋ ਗਿਆ, ਮੇਰੀ ਤਾਂ ਉਮਰ ਲੰਘੀ। ਮਹਾਰਾਜ ਕਹਿੰਦੇ ਤੂੰ ਪੈਸੀਮਿਸਟਿਕ ਵੀ ਉਹਨਾਂ ਦਾ ਅਜੋ ਕੁਛ ਵਿਗੜਿਓ ਨਹੀਂ ਜੋ ਪ੍ਰਭ ਗੁਣ ਗਾਵਾ, ਜੇ ਹੁਣ ਵੀ ਤੈਨੂੰ ਸੋਚੀ ਆ ਜਾਵੇ ਤਾਂ ਵੀ ਤੇਰਾ ਉਧਾਰ ਹੋ ਸਕਦਾ, ਜਾਂਦੇ ਜਾਂਦੇ ਜੇ ਥੋੜੇ ਦਿਨ ਵੀ ਰਹਿ ਗਏ ਤਾਂ ਵੀ ਤੂੰ ਲੰਘ ਸਕੇ। ਤੂੰ ਕਿਉਂ ਲੋਕ, ਇੱਕ ਮਹਾਂਪਾਪੀ ਦੀ ਗੱਲ ਦੱਸਦੇ ਹਾਂ ਕਿ ਅਜਾਮਰ ਪਾਪੀ ਜਗ ਜਾਣੇ ਨੇ ਭਗਵਾਨ ਰਸਤਾਰਾ, ਉਹਦਾ ਰਸਤਾਰਾ ਹੋ ਗਿਆ ਤੇ ਸਾਡਾ ਕਿਉਂ ਨੀ ਹੋਏਗਾ, ਉਹਨੇ ਕਰਿਆ ਕੀ। ਕਹਿੰਦੇ ਅਜਾਮਰ ਪ੍ਰੀਤ ਪੁੱਤਰ ਵਰਤ ਕੀ ਨੀ, ਕਰ ਨਰਾਇਣ ਬੁਲਾਏ, ਨਰਾਇਣ ਦਾ ਨਾਂ ਸੀ। ਅੰਧਕਾਰ ਜਮਦੂਤ ਵੇਖ ਪੁੱਤਰ ਨਰਾਇਣ ਬੋਲੇ ਸ਼ਹਿਰ, ਪੁੱਤਰ ਨਰਾਇਣ ਨੂੰ ਹਾਕ ਮਾਰਦੀ ਉਹ ਸੋਝੀ ਆ ਗਈ, ਵਿਦਵਾਨ ਸੀ, ਪਤਤ ਹੋਇਆ ਹੋਇਆ ਸੀ, ਬਈ ਪੁੱਤਰੇ ਤਾਂ ਮੇਰੀ ਮਦਦ ਨਹੀਂ ਕਰਨੀ, ਕਿਉਂ ਨਾ ਮੈਂ ਨਰਾਇਣ ਨੂੰ ਹਾਕ ਮਾਰ। ਉਹ ਨਰਾਇਣ ਨੂੰ ਮੈਂ ਹਾਕ ਮਾਰਤੀ ਇੱਕੋ ਵਾਰ, ਮੇਰੇ ਡਾਕਟਰ ਕੇ ਮੈਨੂੰ ਭਾਈ ਬਾਰ ਨੀ, ਵਾਹਿਗੁਰੂ ਵਰਗਾ ਨਾ ਕੋਈ ਭੋਲਾ ਹੋਰ ਦੁਨੀਆਂ ਚ ਹੈ, ਨਾ ਕੋਈ ਪਿਆਰਾ ਹੋਰ, ਨਾ ਕੋਈ ਦਿਆਲ ਹੈ। ਮਹਾਰਾਜ ਕਹਿੰਦੇ ਸਦਾ 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 ਦਿਆਲ, ਸਿਵਰ ਸਿਵਰ ਨਾਨਕ ਪਏ ਨੇ। ਤਿੰਨ ਵਾਰੀ ਗਿਆ ਵੀ ਉਹ ਦਿਆਲ ਹੈ, ਦਿਆਲ ਹੈ, ਪਹਿਲਾਂ ਵੀ ਦਿਆਲ, ਹੁਣ ਵੀ ਦਿਆਲ, ਫਿਰ ਵੀ ਦਿਆਲ। ਤੇ ਉਹਦਾ ਦਿਆਲ ਹੈ, ਤੂੰ ਉਹਨੂੰ ਪਿਆਰ ਦਾ ਕਰ, ਵਾਹਿਗੁਰੂ ਨੂੰ ਭੁੱਖਾ ਹੈ ਪਿਆਰ ਦੀ, ਗੋਬਿੰਦ ਭਾਉ ਭਗਤ ਦਾ ਭੁੱਖਾ, ਤੂੰ ਮੰਗਦਾ ਹੈ ਤੈਨੂੰ ਦੇ ਹੀ ਜਾਂਦਾ, ਹਰ ਵਾਰ ਤੇਰੀ ਐਟੀਚਿਊਡ ਇਹ ਹੈ ਆਖੇ ਮੰਗੇ ਦੇ 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 ਦੇ, ਦਿਨ ਰਾਤ ਮੰਗਦੇ ਹਾਂ, ਸਵੇਰ ਤੋਂ ਮੰਗਣਾ ਸ਼ੁਰੂ ਕਰਦੇ। ਉਹ ਕਹਿੰਦੇ ਦਿੰਦਾ ਜਾਂਦਾ ਦਾਤ ਕਰੇ ਦਾਤਾ, ਪਰ ਅਫਸੋਸ ਇਹ ਹੈ ਕਿ ਦੁਨੀਆਂ ਉਹ ਦਾਤ ਨੂੰ ਦਾਤ ਪਿਆਰ ਹੀ ਵਿਸਰਿਆ, ਦਾਤਾ ਉਹਦੇ ਨਾਲ ਪਿਆਰ ਨਹੀਂ ਕਰਦੀ ਕਿਉਂਕਿ ਵਿਜੀਬਲ ਨਹੀਂ ਹੈ, ਦੇਖਦਾ ਨਹੀਂ, ਅਵਿਅਸਤ ਹੈ। ਅਵਿਅਸਤ ਦਾ ਬੇਅਸਤ ਜਿਹਦਾ ਆਕਸੀਜਨ ਦਾ ਵਿਅਸਤ ਹੈ, ਆਪਾਂ ਜਿਉਂਦੇ ਹਾਂ ਉਹਦੇ ਆਸਰੇ, ਇਹਦਾ ਟੋਏ ਦੁਸ਼ਹਿਰੇ ਚ ਵਰ ਜਾਓ ਉੱਥੇ ਕਾਰਬਨ ਆਉਂਦੀ ਹੈ, ਉੱਥੇ ਜਿਹੜੇ ਰਾਮ ਘੁੱਟ ਜਾਓ। ਬੇਅੰਤ ਜੀ ਦਾ ਅਭਿਅਸਤ ਨੇ ਸਾਇੰਸ ਦਾ ਯੁੱਗ ਆ ਗਿਆ, ਤੁਸੀਂ ਇੱਥੋਂ ਰਿਮੋਟ ਕੰਟਰੋਲ ਦਾ ਬਟਨ ਦਬੋ, ਇੱਥੇ ਜਿਸ ਤਰ੍ਹਾਂ ਕੋਲ ਆਉਂਦਾ ਟੈਲੀਵਿਜ਼ਨ ਦਾ ਬਟਨ, ਦੂਰ ਪਏ ਹਥਿਆਰ ਚੱਲ ਪੈਂਦੇ, ਦੂਰ ਪਏ ਜਿਹੜੇ ਸਾਡੇ ਅਸਮਾਨਾਂ 'ਚ ਗਏ ਹੋਏ ਨੇ ਯੰਤਰ, ਉਹ ਸਾਰੇ ਉਹ ਕੰਟਰੋਲ ਕਰ ਰਿਹਾ, ਜਿਸ ਤਰ੍ਹਾਂ ਕੋਲ ਜਦੋਂ ਉਹਨਾਂ ਅਧਿਸ਼ਤ ਚੀਜ਼ਾਂ ਦੇ ਵੀ ਸ਼ਕਤੀ ਹੈ, ਤਾਂ ਮਹਾਰਾਜ ਕਹਿੰਦੇ ਵਾਹਿਗੁਰੂ ਜਿਹੜਾ ਹਰ ਥਾਂ ਤੇਰੇ ਨਾਲ ਹੈ, ਜਿੱਧਰ ਵੀ ਜਾਣਾ ਹੈ, ਜਿਹੜੇ ਵੇਖੋ ਤਾਂ ਹਜ਼ੂਰ ਵਚਨ ਵਚਨ ਮੰਨ ਲਓ, ਕਿਉਂਕਿ ਗੁਰੂ ਹੈ, ਗੁਰੂ ਦਾ ਵਚਨ ਤਾਂ ਅਸੀਂ ਮੰਨਣਾ ਹੀ ਹੈ।
ਜੈ ਜੈ ਵੇਖੋ ਸਦਾ ਤੈਰ ਹਜ਼ੂਰ, ਦੂਰ ਨਾ ਕਦੇ ਜਾਏ, ਕਦੇ ਵੀ ਦੂਰ ਨਹੀਂ ਜਾਂਦਾ ਰੱਬ ਰਿਹਾ ਸਰਬੱਤਰ ਮੈਂ ਮਨ ਤੇ ਸੇ ਗਿਆ। ਹੁਣ ਇਹ ਹੈ ਵੀ ਨਾਮ ਜਪਣਾ, ਸਾਡੇ ਇਰਾਦਾ ਹੋ ਗਿਆ ਵੀ ਨਾਮ ਜਪੀਏ, ਵਾਹਿਗੁਰੂ ਮੰਤਰ ਦਾ ਜਾਪ ਕਰੀਏ। ਗੁਣ ਕਹਿੰਦੇ ਸਾਡੀ ਸੁਰਤ ਨਹੀਂ ਲੱਗਦੀ, ਉਹ ਸੁਰਤ ਇਹ ਨਹੀਂ ਲੱਗਦੀ ਅਜੇ ਤੱਕ, ਮਨ ਨਹੀਂ ਮੰਨਿਆ। ਮਾਮਾ ਮਨਸੋ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨਸੋ ਗਏ ਕਬੀਰਾ, ਮਨ ਸਾਹ ਮਿਲਿਆ। ਮਨ ਨੂੰ ਮਨਾਉਣਾ ਪੈਂਦਾ, ਜਿਹੜਾ ਮੰਨ ਗਿਆ ਮੰਨਿਆ ਧਰਮ ਸੇਤੀ ਸੰਬੰਧ, ਉਹਦਾ ਧਰਮ ਨਾਲ ਸੰਬੰਧ ਜੁੜ ਜਾਣਾ। ਮਨ ਨੂੰ ਸਮਝਾਓ, ਮਨ ਨੂੰ ਮਨਾਓ, ਇਹਦੇ ਨਾਲ ਕਰੋ ਘੋਲ, ਵਿਚਾਰੋ, ਵਿਚਾਰ ਕੇ ਬਾਣੀ ਦੇ ਰੋਸ਼ਨੀ ਚ ਨਾਮ ਜਪਣ ਦਾ ਕਰੋ ਉਪਰਾਲਾ। ਨਾਮ ਜਪਿਆ ਜਾਂਦਾ ਜਦੋਂ ਨਾਮ ਜਪਣ ਵਾਲੇ ਮਿਲਦੇ, ਆਵੇ ਸਾਹਿਬ ਚਿੱਤ ਤੇਰੀਆਂ ਭਗਤਾਂ ਦੇਖਿਆ। ਸੋ ਇਸ ਕਰਕੇ ਸਾਧ ਸਿੰਘ ਜੀ ਮੈਂ ਜੋ ਬੇਨਤੀ ਕਰਨਾ ਹੈ ਆਪਣੇ ਪਾਸ, ਸਾਰੇ ਸੰਸਾਰ ਦੇ ਪਾਸ ਅਸੀਂ ਕਰਦੇ ਹਾਂ। ਅਸੀਂ ਕਹਿੰਦੇ ਹਾਂ ਪਿਆਰਿਓ ਆਪਣਾ ਜੀਵਨ ਪ੍ਰਚਾਰੋ, ਰੁੜਦਾ ਤੁਰਿਆ ਜਾ ਰਿਹਾ, ਪ੍ਰਚਾਰਕਾਂ ਦਾ ਵੀ, ਦੁਨੀਆਂ ਦਾ ਵੀ, ਪ੍ਰੋਫੈਸਰਾਂ ਦਾ ਵੀ, ਦੀਨ ਰਿਟਾਂ ਦਾ ਵੀ, ਸਭ ਦਾ। ਕਿਉਂਕਿ ਅੰਦਰ ਖੋਜ ਨਹੀਂ ਕਰੀ, ਅੰਦਰ ਖੋਜੋ, ਅੰਦਰ ਖੋਜ ਕਰਨ ਦੇ ਨਾਲ ਤੱਤ ਦੀ ਪ੍ਰਾਪਤੀ ਹੋ ਜਾਏਗੀ। ਬਾਹਰ ਢੂੰਡਣ ਦੇ ਛੂਟ ਪਰੇ ਗੁਰੂ ਘਰ ਹੀ ਪਏ ਨੇ ਸਾਹਿਬ, ਗੁਰੂ ਦੀ ਸਿਰਫੇ ਹੁੰਦੀ ਹੈ ਕਰਮੇ ਕਰ ਦਿਖਾਏ ਦੇ, ਸੋ ਸਤਿਗੁਰ ਪੁਰਖ ਸੁਚਾ। ਜਦੋਂ ਦਿਖਾ ਦਿੱਤਾ ਕਹਿੰਦੇ ਨਿਸ਼ਾਨੀ ਪੰਜ ਸ਼ਬਦ ਤੁਨਕਾਰ ਤੁਨ ਬਾਜੇ ਸ਼ਬਦ, ਦੀਪ ਨੂੰ ਬਤਾਲ ਦੇ ਖੰਡ ਮੰਡਲ ਹੈਰਾਨ ਹੈਰਾਨ, ਵਿਸ਼ਵਾਸ ਦੀ ਅਵਸਥਾ ਆ ਗਈ। ਤਾਰ ਗੌਰ ਮਜੰਤਰ ਦੇ ਸਾਜ ਤਖ਼ਤ ਸੁਲਤਾਨ ਅੰਦਰ ਬੈਠਾ ਹੈ, ਗੁਰੂ ਦਿਖਾ ਰਿਹਾ ਹੈ। ਸੋ ਇਸ ਕਰਕੇ ਪਹਿਲਾਂ ਤਾਂ ਇਹ ਇਰਾਦਾ ਹੈ ਕਿ ਮੈਂ ਐਸੇ ਜਨਮ ਦੇ ਅੰਦਰ ਅੰਦਰ ਜੋ ਬੀਤ ਗਿਆ ਬੀਤ ਗਿਆ, ਹੁਣ ਮੈਂ ਤਗੜਾ ਹੋ ਕੇ ਜਿਹੜਾ ਕੰਮ ਨਹੀਂ ਕਰਿਆ ਉਹਨੂੰ ਕਰਨਾ ਸ਼ੁਰੂ ਕਰ। ਇਰਾਦਾ ਕਰ ਲਓ, ਲੇਕਿਨ ਸਵਾਲ ਇਹ ਹੁੰਦਾ ਮੈਨੂੰ ਇੱਥੇ ਪੁੱਛਿਆ ਵੀ ਜੀ ਇਰਾਦਾ ਕਰਦੇ ਹਾਂ ਭੁੱਲ ਗਿਆ ਜਾਂਦੇ ਹਾਂ, ਉਹ ਭੁੱਲਦੇ ਹਾਂ ਸਾਡੇ ਆਲੇ ਦੁਆਲੇ ਦਾ ਸੰਸਕਾਰ ਇਹੋ ਜਿਹੇ ਨੇ। ਉਹਦੇ ਜਵਾਬ ਆਦਮ ਮਾਰੀ ਜਿਹੜਾ ਮੈਗਜ਼ੀਨ ਹੈ, ਜੋ ਕੁਛ ਮੈਂ ਬੋਲਿਆ ਇਹ ਸਾਰੇ ਸ਼ੰਕੇ ਦੇ ਜਵਾਬ ਉਹਦੇ ਵਿੱਚ ਨੇ, 10 ਪੁਸਤਕਾਂ ਇਹਦੇ ਵਿੱਚੋਂ ਕੱਢੀਆਂ ਨੇ। ਤੇ ਇੱਕ ਦਾ ਹੈ ਬਾਤ ਗਮ ਕੀ, ਇੱਕ ਗਮ ਕੋ ਚਲਾ, ਇੱਕ ਸ਼ਬਦ ਸੁਰਤ ਮਾਰ, ਕਿਵ ਕੂੜਾ ਟੁੱਟਾ ਪਾਲ, ਇੱਥੇ ਆਈਆਂ ਹੋਈਆਂ ਨੇ, ਬੰਦੀਆਂ ਵੀ ਬਹੁਤ ਨੇ। ਤੇ ਉਹ ਤੁਸੀਂ ਸਟੱਡੀ ਕਰੋ, ਹੈਲਪ ਫੁੱਲ ਹੋਣਗੀਆਂ। ਇਹ ਸ਼ੰਕੇ ਜਿਹੜੇ ਨੇ ਇਹਨਾਂ ਦਾ ਜਵਾਬ ਦਿੱਤਾ ਗਿਆ ਮਹਾਰਾਜ ਦੇ ਮੁਖਾਰ ਮਿਹਨਤੋਂ, ਕਹਿੰਦੇ ਉਹ ਵਚਨ ਜਿਹੜੇ ਕਰਦੇ ਸੀ ਉਹ ਨੋਟਸ ਕੀਤੇ ਹੋਏ ਨੇ, ਰਿਕਾਰਡ ਉਹਨਾਂ ਨੇ ਆਪਣੇ ਹੱਥ ਨਾਲ ਤਾਂ ਰਿਕਾਰਡ ਕਰੇ ਨੇ, ਪਰ ਉਹ ਇੰਨੇ ਸੰਖੇਪ ਨੇ ਕਿ ਜਗਿਆਸ ਨੂੰ ਪਤਾ ਨਹੀਂ ਲੱਗ। ਸੋ ਸਤਸੰਗ ਕਰੋ, ਕਿਸੇ ਰੀਅਲ ਦੀ ਸੋਲ ਦੀ ਸਤਸੰਗ ਕਰੋ, ਕਿਸੇ ਤੱਤ ਪੁਸਤਕ ਦੀ ਸਤਸੰਗ ਕਰੋ। ਉਹਦੇ ਵਾਸਤੇ ਜੋ ਅਸੀਂ ਇਹ ਕੱਢਿਆ ਆਤਮ ਮਾਰ, ਉਹ ਸਾਰੇ ਸੰਸਾਰ ਚੋਂ ਸਾਨੂੰ ਚਿੱਠੀਆਂ ਆ ਗਈ ਵੀ ਅਸੀਂ, ਸਾਨੂੰ ਤਾਂ ਇਹਨੇ ਰਾਹ ਦਿਖਾਤਾ, ਪਤਾ ਹੀ ਨਹੀਂ ਸੀ ਲੱਗਦਾ। ਹੁਣ ਬਾਣੀ ਇਕੱਲੇ ਮੈਨੂੰ ਦੱਸਿਆ ਬੈਡ ਬੋਰਡ, ਕਹਿੰਦੇ ਜੀ ਉਹ ਆਤਮ ਮਾਰਗ ਮੈਗਜ਼ੀਨ ਕੀ ਹੈ, ਸਾਨੂੰ ਤਾਂ ਬਾਣੀ ਸਮਝ ਆ ਗਈ, ਅਸੀਂ ਤਾਂ ਬੜੀ ਦੇਰ ਦੇ ਪੜ੍ਹਦੇ ਸੀ, ਹੁਣ ਡੀ ਸਾਈਬਰ ਹੋ ਗਈ, ਹੁਣ ਅਨਗਰ ਸਮਝ ਆਉਣ ਲੱਗ ਗਈ ਸਰ। ਸੋ ਇੱਕ ਟਾਈਮ ਤਾਂ ਹੈ, ਉਹਦੇ ਵਿੱਚ ਇਹ ਚੀਜ਼ ਨਹੀਂ ਹੈ ਵੀ ਉਹਦੇ ਕੋਈ ਕਮਰਸ਼ੀਅਲ ਹੈ ਜਾਂ ਪੈਸੇ ਕਮਾਉਣੇ ਆ, ਮੈਨੂੰ ਤਾਂ ਪਤਾ ਹੀ ਨਹੀਂ ਹੈ ਨਾ ਮੇਰਾ ਹੈਗਾ, ਮੈਂ ਤਾਂ ਸੰਗਤ ਨੂੰ ਸਵਾਰਤਾ, ਸਾਰੀ ਦੁਨੀਆਂ ਨੂੰ ਸਾਂਝਾ ਕਰਤਾ, ਜਿਹਦਾ ਜੀ ਕਰਦਾ ਇੱਥੇ ਛਾਪ ਲਓ ਕੱਢ ਲਓ, ਉਹਦਾ ਹੱਕ ਕੋਈ ਰਾਈਟਸ ਨਹੀਂ ਅਸੀਂ ਰੱਖ ਮੇਰੇ 700 ਫਿਲਮ ਬਣ ਗਈ ਹੋਈ ਹੈ। ਉਹ 700 ਫਿਲਮ ਦੇ ਅੰਦਰ ਇਹੀ ਵਚਨ ਬੜੇ ਡਿਟੇਲ 3-3 ਘੰਟੇ ਦੀ ਦੀਵਾਨ ਲਾ ਕੇ ਕੀਰਤਨ ਕਰਕੇ ਸਮਝਾਉਣ ਦਾ ਯਤਨ ਕੀਤਾ ਗਿਆ। ਸੋ ਮੈਂ ਆਪ ਜੀ ਦੇ ਜੋ ਅੰਤਮ ਬੇਨਤੀ ਕਰਨੀ ਚਾਹੁੰਦਾ ਉਹ ਇਹ ਹੈ ਕਿ ਪ੍ਰੈਕਟੀਕਲ ਜੀਵਨ ਚ ਆਓ, ਥਰੋਟੀਕਲ ਚ ਨਾ। ਥਿਓਰੀ ਸਾਡੇ ਜਿੰਨੀ ਦੁਨੀਆਂ 'ਚ ਕਿਸੇ ਕੋਲ ਨਹੀਂ ਹੈ, ਸਭ ਤੋਂ ਵੱਡੀ ਥਿਓਰੀ ਗੁਰੂ ਗ੍ਰੰਥ ਸਾਹਿਬ ਕੋਲ ਹੈ।
ਲੇਕਿਨ ਉਹ ਕਰੂਗੀ ਜੇ ਅਸੀਂ ਵਰਤੋਂ ਵਿੱਚ ਨਾ ਲਿਆ। ਪ੍ਰੈਕਟਿਸ ਨਹੀਂ ਹੈ ਸਾਡੇ ਕੋਲ, ਪ੍ਰੈਕਟਿਸ ਤੋਂ ਅਸੀਂ ਖਾਲੀਆਂ ਇੱਧਰਲੀਆਂ ਉਧਰਲੀਆਂ ਗੱਲਾਂ ਮਾਰ ਲੈਂਦੇ ਹਾਂ, ਭੁੱਲ ਜਾਂਦੇ ਹਾਂ, ਕੋਈ ਕਦਮ ਨਹੀਂ ਪੱਟ ਰਹੇ। ਉੱਥੇ ਹੀ ਗੁਰਮੁਖ ਖੜਾ, ਉੱਥੇ ਹੀ ਮਨਮੁਖ ਖੜਾ, ਦੋਵਾਂ ਦਾ ਕੋਈ ਫਰਕ ਨਹੀਂ। ਨਾ ਉਹ ਕਰਨ ਤੋਂ ਕਦਮ ਪੁੱਟਿਆ, ਨਾ ਉਹਨੇ ਕਦਮ ਪੁੱਟਿਆ, ਸਾਰੀ ਜ਼ਿੰਦਗੀ ਉਹਦੀ ਲੰਘ ਗਈ, ਸਾਰੀ ਉਹਦੀ ਲੰਘ ਗਈ। ਪਰ ਇਹ ਨਹੀਂ, ਸਟੂਡੈਂਟਸ ਜਿਹੜਾ ਹੁੰਦਾ ਬੱਚੇ ਬਣਦੇ ਹਾਂ, ਅਸੀਂ ਕਹਿੰਦੇ ਤੂੰ ਪਹਿਲੀ ਪਾਸ ਕਰ ਲਈ, ਦੂਜੀ ਕਰ, ਹੁਣ ਤੀਜੀ ਕਰ, ਹੁਣ ਪੰਦਰਵੀਂ ਕਰ। ਆਪਣੇ ਆਪ ਤਾਂ ਦੇਖਦੇ ਨਹੀਂ ਇਹ ਵੀ ਸਤਸੰਗ ਵੀ 4 ਸਾਲ ਹੈ, ਅਸੀਂ ਇੱਥੇ ਆਉਂਦੇ ਹਾਂ ਗੁਰਦੁਆਰੇ, ਉਹ ਜਿਹੜਾ ਭਰਮ ਭੁਲੇਖਾ ਜਿਹਾ ਜੀ ਸਾਨੂੰ ਫਲ ਮਿਲੂਗਾ। ਐ ਨਾ ਕਰੋ, ਸੁਚੇਤ ਮਨ ਨਾਲ ਵੀ ਸਾਡਾ ਇੱਥੇ ਆਉਣ ਦਾ ਕੀ ਫਾਇਦਾ ਹੈ। ਮੇਰੇ 1 ਮਹੀਨੇ 'ਚ ਕੋਈ ਫਰਕ ਪਿਆ ਪਿਛਲੇ ਸਾਲ ਨਾਲੋਂ? ਮੈਂ ਕੁਛ ਤਰੱਕੀ ਕਰੀ ਹੈ ਕਿ ਮੈਨੂੰ ਓਨਾ ਹੀ ਕ੍ਰੋਧ ਆਉਂਦਾ, ਓਨਾ ਹੀ ਲੋਭ ਆਉਂਦਾ, ਓਨਾ ਹੀ ਮੇਰੇ ਮਨ ਵਿੱਚ ਵੈਰ ਹੈ, ਓਨਾ ਹੀ ਮੈਂ ਚੁਗਲੀਆਂ ਕਰ, ਓਨੀ ਉਹ ਈਰਖਾ ਮੇਰੇ ਮਨ ਵਿੱਚ। ਤਰੱਕੀ ਦਾ ਕੋਈ ਕਰੀ ਨਾ, ਸਬਜੈਕਟਿਵ ਤੌਰ ਦੇ ਉੱਤੇ ਸੁਚੇਤ ਹੋ ਕੇ ਜਦ ਅਸੀਂ ਲੱਗਾਂਗੇ, ਉਸ ਵੇਲੇ ਸਤਸੰਗ ਦੀ ਸਾਡੀ ਤਰੱਕੀ ਹੋਏਗੀ, ਗੱਲ ਸਮਝ ਆਏਗੀ। ਜੇ ਭਲਾ ਅਸੀਂ ਨਾ ਲੰਘ ਸਕੇ ਤਾਂ ਗੁਰੂ ਮਹਾਰਾਜ ਦੱਸ ਰਹੇ ਨੇ ਕਿ ਦੁਬਾਰਾ ਇਹ ਜੀਵ ਜਿਹੜਾ ਹੈ ਇਹਨੂੰ ਫਲ ਮਿਲ ਜਾਂਦਾ, ਇਹ ਮੁੜ ਕੇ ਉੱਥੋਂ ਹੀ ਸ਼ੁਰੂ ਕਰ ਲਿਆ ਕਰਦਾ ਜਿੱਥੋਂ ਛੱਡਦਾ। ਇਹ ਜਾਇਆ ਨਹੀਂ ਜਾਂਦੀ ਕਿਸੇ ਗੱਲ ਕਰ ਲਿਆ, ਇੱਕ ਤਿਲ ਨਾ ਗਵਾਈ, ਇਹਨੂੰ ਯੋਗ ਭ੍ਰਿਸ਼ਟ ਕਹਿੰਦੇ। ਚੱਲਿਆ ਤਾਂ ਰੱਬ ਨੂੰ ਮਿਲ ਸੀ ਪਰ ਵਿਚਾਰੇ ਰਹਿ ਗਿਆ। ਹੁਣ ਪਰਮੇਸ਼ਰ ਦੀ ਦੁਆਰਾ ਐਸੇ ਸਾਧਨ ਬਣਾ ਹੁੰਦਾ ਕਿ ਬਚਪਨ ਤੋਂ ਹੀ ਲੱਗ ਜਾਂਦਾ। ਸੋ ਇਸ ਕਰਕੇ ਸਾਨੂੰ ਇਸ ਰਸਤੇ ਨੂੰ ਅਪਣਾਉਣਾ ਚਾਹੀਦਾ, ਅਪਣਾ ਕੇ ਆਪਣਾ ਪ੍ਰੈਕਟੀਕਲ ਦੇ ਵਿੱਚ ਆ ਕੇ ਕਦਮ ਪੁੱਟੋ। ਕਿਉਂਕਿ ਕਲੂ ਪੁੱਤਰ ਨੂੰ ਆਇਆ ਰੋ ਇੱਕ ਨਾਮ ਬੋਵੋ ਪੋਵੋ ਆਹ ਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ। ਸੋ ਇਸ ਕਰਕੇ ਜੋ ਮੈਂ ਬੇਨਤੀਆਂ ਕੀਤੀਆਂ ਨੇ ਇਸ ਰੂਪ ਦੇ ਅੰਦਰ, ਆਪਣੀ ਸੁਲਝੀ ਹੋਈ ਸੰਗਤ ਤੋਂ ਬਹੁਤ ਮਹਾਰਾਜ ਦੀ ਮਿਹਰ ਹੈ ਕਿ ਐਡੀ ਦੂਰ ਬੈਠ ਕੇ ਤੁਸੀਂ ਆਪਣੇ ਸਰੂਪ ਨੂੰ ਵੀ ਕਾਇਮ ਰੱਖ ਰਹੇ ਹੋ ਅਤੇ ਗੁਰੂ ਮਹਾਰਾਜ ਦੀ ਬਾਣੀ ਵੀ ਸਰਵਣ ਕਰ ਰਹੇ ਹੋ। ਕਿਉਂਕਿ ਮਾਇਆ ਦੀ ਸ਼ਾਸਨਾਰਥ ਦੇ ਵਿੱਚ ਜੇ ਭੁੱਲੇ ਨਹੀਂ, ਅਤੇ ਮੇਰੀ ਇਹ ਬੇਨਤੀ ਹੈ ਕਿ ਅੱਗੇ ਵਧੋ। ਇੱਥੇ ਰੋਗੋ ਰਾਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇੱਕ ਮੈਂ ਬੇਨਤੀ ਹੋਰ ਕਰਨਾ, ਇੱਕ ਤਾਂ ਪਹਿਲਾਂ ਕਰਦੀ ਸੀ ਬੜੀ ਕਿਰਪਾ ਕਰੀ, ਬੇਨਤੀ ਉੱਖੜ ਜਾਂਦੀ ਹੈ, ਨਾ ਇਹ ਮਰਿਆਦਾ ਨਹੀਂ ਹੈ ਇਸ ਸਫਲਤਾ ਦੀ, ਵੀ ਸ਼ਬਦ ਦਾ ਮੁੱਲ ਪਾਇਆ ਜਾਏ। ਅਸੀਂ ਕਿਉਂ ਪਾਈਏ ਜਦ ਵਾਹਿਗੁਰੂ ਜੀ ਸਾਨੂੰ ਕਹਿੰਦਾ ਸਮਰੱਥ ਨੇ ਕਾਇਰੇ ਮਨ ਚਿਤਾਰੋ ਤਾਂ ਆਹ ਮਰਜ਼ੀ ਉੱਪਰੇ। ਇਹ ਗੱਲ ਚ ਨਹੀਂ ਆਉਣਾ, ਨਹੀਂ ਆਉਂਦੇ। ਦੂਜਾ ਇਹ ਹੈ ਕਿ ਅਸੀਂ ਗੁਰਦੁਆਰਿਆਂ ਤੋਂ ਸਰੋਪੇ ਨਹੀਂ ਲੈਂਦੇ, ਉਹਦਾ ਕਾਰਨ ਹੈ। ਕਈ ਕਹਿਣਗੇ ਵੀ ਜੀ ਇਹ ਦਿਖਾਵਾ ਕਰਨਾ, ਮੈਂ ਲਿਆ ਹੀ ਨਹੀਂ ਕਦੇ ਵੀ, ਸਾਰੀ ਜ਼ਿੰਦਗੀ ਮੇਰੀ ਲੰਘ ਗਈ, ਪਹਿਲਾਂ ਮੈਂ ਲੈਂਦਾ ਹੀ ਨਹੀਂ ਸੀ। 1986 ਨੇ ਕੋਈ ਸਰੋਪਾ ਨਹੀਂ ਲਿਆ, ਸਾਰੀਆਂ ਫਿਲਮਾਂ ਅਸੀਂ ਫ੍ਰੀ ਦੇ ਰਹੇ ਹਾਂ। ਸਾਡਾ 2200 ਰੁਪਇਆ ਇੱਕ ਫਿਲਮ 'ਤੇ ਲੱਗਦਾ, ਉਹਦਾ ਕੇਵਲ ਫਿਲਮ ਦਾ ਮੁੱਲ ਲੈ ਲੈਂਦੇ ਹਾਂ, ਬਾਕੀ ਅਸੀਂ ਛੱਡਤਾ। ਕਿਉਂਕਿ ਸਾਡੇ ਕੋਲ ਪੈਸਾ ਆ ਜਾਂਦਾ, ਅਸੀਂ ਕਿਹੜਾ ਉਹਦਾ ਕੁਛ ਲੈਣਾ, ਉਹ ਗੁਰੂ ਦਾ ਪੈਸਾ, ਗੁਰੂ ਦੇ ਨਿਮਿਤ ਖਰਚਣਾ। ਇੱਥੇ ਜੋ ਗੁਰਦੁਆਰਾ ਹੈ ਇਹ ਮੇਰਾ ਹੀ ਗੁਰਦੁਆਰਾ, ਮੇਰੇ ਤੋਂ ਇਲਾਵਾ ਨਹੀਂ ਹੈ, ਮੈਂ ਕੁਝ ਹੋਰ ਨਹੀਂ ਚਲਾਉਂਦਾ। ਉੱਥੇ ਵੀ ਲੰਗਰ ਚੱਲਦਾ, ਇੱਥੇ ਵੀ ਲੰਗਰ ਚੱਲਦਾ, ਫਿਰ ਇਹ ਤੋਂ ਲੈਣ ਦੇਣ ਦਾ ਸਵਾਲ ਕਿਹੜੀ ਗੱਲ ਦਾ ਹੋਵੇ? ਇਹ ਵੀ ਸਾਡਾ ਹੀ ਹੈ, ਉਹ ਵੀ ਸਾਡਾ ਹੀ ਹੈ। ਸੋ ਇਸ ਆਸ਼ੇ ਨੂੰ ਅਧੀਨ ਰੱਖ ਕੇ ਨਾ ਸਾਡੇ ਮਹਾਂਪੁਰਸ਼ ਲੈਂਦੇ ਸੀ, ਨਾ ਅਸੀਂ ਲੈਂਦੇ ਹਾਂ। ਇਸ ਕਰਕੇ ਠੀਕ ਹੈ, ਤੁਹਾਡਾ ਸਤਿਕਾਰ ਇੰਨਾ ਹੀ ਬਹੁਤ ਹੈ ਸਾਨੂੰ, ਵੀ ਬੜੇ ਪਿਆਰ ਦੇ ਨਾਲ ਟਿਕ ਕੇ ਤੁਸੀਂ ਬਚਨ ਸੁਣੇ ਨੇ। ਇਹ ਤੋਂ ਬੜਾ ਮੈਨੂੰ ਕੋਈ ਸਰੋਪਾ ਨਹੀਂ ਹੈ। ਜੇ ਬੰਦਗੀ ਕਰਨ ਲੱਗ ਜਾਓ ਦਰਗਾਹ ਦੇ ਵਿੱਚ, ਧੰਨ ਧੰਨ ਹੋ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।